ਓਹੋ ਨਿਭੜ ਗਿਆ ਕੰਮ ਤਾਂ ਇੱਕ ਆਰਾਮ ਗਰਮ ਪੋਰਾ ਇਹ ਕਮੁੰਡਾ ਨਹੀਂ ਪਤਾ ਕਦੋਂ ਆਊਗਾ ਕੋਈ ਟਾਈਮ ਨਹੀਂ ਇਹ ਤਾਂ ਨਾ ਦੱਸ ਕੇ ਜਾਵੇ ਨਾ ਪੁੱਛ ਕੇ ਜਾਵੇ ਇਹ ਤਾਂ ਕੋਈ ਹਾਲ ਨਹੀਂਗਾ ਓਹੋ ਦੇਖਾ ਮੜਾ ਜੇ ਆਰਾਮ ਕਰਾਂ ਦੇਖਦੀਆਂ ਫੇਰ ਰੋਟੀ ਟੁਕ ਲੱਗਦੀਆਂ ਆਜੂਗਾ ਪਕਾਵਾਂਗੇ ਰੋਟੀਆਂ ਵੀ ਆ ਗਿਆ ਕਿਵੇਂ ਆਉਂਦਾ ਦੇਖ ਇਹਨੂੰ ਸ਼ਰਮ ਨਹੀਂ ਹੈਗੀ ਪੋਰਾ ਡੱਫਕੇ ਆ ਜਾਂਦਾ ਏ ਕਿੱਥੋਂ ਆਇਆ ਮੈਂ ਬਹਿ ਜਾ ਬਹਿ ਜਾ ਪਹਿਲਾਂ ਡੱਫੀ ਕਿੱਥੇ ਆ ਬਹਿ ਜਾ ਉਰੇ ਬਹਿ ਜਾ ਕਿੱਥੋਂ ਆਇਆ ਡੱਪ ਕੇ ਕੋਈ ਦੱਸ ਕੇ ਨਹੀਂ ਜਾਣਾ ਹੁੰਦਾ ਘਰੇ ਆ ਗਿਆ ਦਿਨੇ ਨਹੀਂ ਡੱਫੀ ਫਿਰਦਾ ਏ ਇਹੋ ਜਿਹੇ ਦੇ ਕੰਜਰ ਆੜੀ ਜਿਹੜੇ ਇਹਨੂੰ ਲੈ ਜਾਂਦੇ ਨੇ ਦੁਖੀ ਕੀਤਾ ਪਿਆ ਇਹਨੇ ਮੁੰਡੇ ਨੇ ਤਾਂ ਮੈਨੂੰ ਦੁਖੀ ਕੀਤਾ ਮੇਰੀ ਗੱਲ ਸੁਣ ਲੈ ਸੁਣ ਲੈ ਇਹਦੀ ਗੱਲ ਤੂੰ ਬੋਲ ਨਾ ਬੋਲ ਤੂੰ ਚੁੱਪ ਕਰਕੇ ਬਹਿ ਜਾ ਹਾਂ ਦੁਖੀ ਕੀਤਾ ਪਿਆ ਇਹਨੇ ਮੁੰਡੇ ਨੇ ਇੱਕ ਇੱਕ ਮੁੰਡਾ ਸੀ ਇਹਨੇ ਤਾਂ ਮੇਰਾ ਲਹੂ ਪੀਤਾ ਪਿਆ ਦੱਸ ਕੀ ਕਹਾ ਮੈਂ ਇਸ ਨੂੰ ਮੈਂ ਕਹਾਂ ਲੁੱਬੀ ਲਿਆ ਹਾਂ ਕਿੱਥੇ ਗਿਆ ਹੋਇਆ ਸੀ ਸਵੇਰ ਦਾ ਉੱਜੜਿਆ ਹੋਇਆ ਸੀ ਇਹਨੂੰ ਕਰਦਾ ਕੋਈ ਪਤਾ ਨਹੀਂ ਹੁੰਦਾ ਹੈ ਦੱਸ ਕੇ ਨਹੀਂ ਜਾਣਾ ਹੁੰਦਾ ਮਾਂ ਨੂੰ ਸਵੇਰ ਦੀ ਧੰਪੇਟ ਦੀਆਂ ਤੁਹਾਡੇ ਹੈ ਰੋਟੀ ਆਊਗਾ ਤਾਂ ਤਾਜੀ ਰੋਟੀ ਪਕਾ ਕੇ ਖਿਲਾਉਂਗੀ ਇਹਨੂੰ ਕੰਜਰ ਨੂੰ ਢੱਪਣ ਤੋਂ ਬੇਹਲ ਨਹੀਂਗੀ ਦਿਮਾਗ ਨਾ ਖਾ ਚ ਰੋਟੀ ਪਾਜੇ ਅਜੇ ਤੈਨੂੰ ਰੋਟੀ ਦੀ ਕਸਰ ਨਾ ਜਿਨਾਂ ਕੋ ਬਹਿ ਕੇ ਢੱਪਦਾ ਏ ਉਹਨਾਂ ਦੀਆਂ ਮਾਵਾਂ ਤੈਨੂੰ ਰੋਟੀ ਨਹੀਂ ਦਿੰਦੀਆਂ ਕੰਜਰਾ ਮਾੜੀ ਮੋਟੀ ਸ਼ਰਮ ਕਰ ਲੈ ਉਹ ਆਪਣੇ ਤਾਈ ਦੇ ਪੁੱਤ ਨੂੰ ਦੇਖ ਦੇਖ ਕਿੰਨਾ ਵਧੀਆ ਕੰਮ ਚੱਕਿਆ ਹੋਇਆ ਨਾਲੇ ਨੂੰਹ ਦੇਖ ਕਿੰਨੀ ਚੰਗੀ ਆਏ ਤੈਨੂੰ ਕੰਜਰਾ ਕਿਸੇ ਨੇ ਕੁੜੀ ਨਹੀਂ ਦੇਣੀ ਰੋਟੀਆਂ ਖਿਲਾ ਦੋ ਇਹਨਾਂ ਨੂੰ ਆਹ ਰੋਟੀਆਂ ਖਲਾਈ ਚੱਲੋ ਇਹਨੂੰ ਦੇਖਿਆ ਕਦੇ ਉਹਦਾ ਕੰਮ ਜਾ ਕੇ ਕਿਵੇਂ ਕੰਮ ਕਰਦਾ ਨਾਲੇ ਕਿਵੇਂ ਬਹੂ ਕੰਮ ਕਰਦੀ ਆ ਦੇਖ ਮੜ ਮੁੱਟ ਤਾਈ ਕੋਲ ਜਾ ਕੇ ਤੈਨੂੰ ਪਤਾ ਲੱਗੇ ਰੰਗ ਭਾਗ ਲੱਗੇ ਪਏ ਨੇ ਇੱਥੇ ਤੂੰ ਘਰੋਂ ਜਿਹੜਾ ਲੈਨਰ ਹੁੰਦਾ ਉਹ ਵੀ ਲੈ ਜਾਂਦਾ ਹੁੰਜ ਕੇ ਮੇਰੀ ਗੱਲ ਸੁਣ ਮੈਂ ਸੋਨੇ ਦੀ ਗੱਲ ਬਾਹਲੇ ਸਿਆਣੇ ਦੀ ਮੇਰੀ ਗੱਲ ਤਾਂ ਸੁਣ ਲੈ ਬੱਕਲਾ ਫੌਂਕਲਾ ਤੂੰ ਫੌਂਕਲਾ ਗਰੇਂਦਰ ਦਾ ਕੰਮ ਚੱਲਦਾ ਨਾ ਉਹਦੇ ਨਾਲ ਤੈਨੂੰ ਤਕੜਾ ਕੰਮ ਕਰਕੇ ਦਿਖਾਵਾਂ ਮੇਰੇ ਟਰੈਂਮ ਆ ਰਹੇ ਨੇ ਤੈਨੂੰ ਸੋਨੇ ਦੀਆਂ ਇੱਟਾਂ ਨਾ ਲਵਾਤੀਆਂ ਸੋਨੇ ਦੀਆਂ ਇੱਟਾਂ ਦਾ ਤਾ ਤੂੰ ਤੂੰ ਲਵਾ ਲਈ ਜਦ ਲਵਾਉਣੀਆਂ ਨੇ ਜਿਹੜੀਆਂ ਆਪ ਸੀਮੈਂਟ ਦੀਆਂ ਤੇਰਾ ਪਿਓ ਲਵਾ ਕੇ ਗਿਆ ਹੋਇਆ ਨਾ ਉਹ ਵੀ ਤੂੰ ਤਾਂ ਬੇਚ ਦੇਂਗਾ ਹਾਂ ਸੋਨੇ ਦੀਆਂ ਇੱਟਾਂ ਨਾਲ ਗੱਲਾਂ ਕਰਾ ਲਓ ਇਹਨੂੰ ਜਿੰਨੀਆਂ ਮਰਜ਼ੀ ਓ ਬੱਬਾ ਜੇ ਜ਼ਰੂਰ ਕੋਈ ਬਟੂਆ ਨਹੀਂ ਛੱਡਦਾ ਕੋਈ ਟਰੰਕ ਨਹੀਂ ਛੱਡਦਾ ਜਿੱਥੋਂ 10 20 ਰੁਪਏ ਮਿਲੇ ਟੱਕ ਲੈ ਜਾਂਦਾ ਹੈ ਹੁਣ ਇਹਨਾਂ ਨੂੰ ਰੋਟੀਆਂ ਖਿਲਾਓ ਬੱਜਾ ਬਗਜਾ ਬਗਜਾ ਜੱਪ ਤੂੰ ਬੈਠਾ ਰਹਿ ਬਗਜਾ ਰੋਟੀਆਂ ਨਾਲੇ ਆਪ ਭੁੱਖਾ ਮਰਦਾ ਨਾਲੇ ਮੈਨੂੰ ਮਾਰਦਾ ਏ ਆ ਬਗਜਾ ਭੁੱਖਾ ਮਰ ਰ ਮੈਂ ਤੈਨੂੰ ਕਿਹਾ ਬਜ਼ੁਰਗ ਰੋਟੀ ਰੋਟੀ ਤਾਂ ਪਾਦਾ ਇਹਨੂੰ ਬੇਰੂਪ ਰੋਟੀ ਪਾਦਾ ਤੈਨੂੰ ਲੈ ਹੁਸਾਉਂ ਗਿਆ ਡੱਫ ਕੇ ਆ ਕੇ ਦੱਸ ਕੀ ਰੋਟੀ ਖਲਾਵਾ ਇਹਨੂੰ ਨਸ਼ਾ ਉਤਰੂ ਤਾਂ ਕਿਤੇ ਰੋਟੀ ਖਾਊਗਾ ਇਹਦੇ ਚੱਕਰ 'ਚ ਤਾਂ ਮੇਰੇ ਵੀ ਕੰਮ ਰਹਿ ਜਾਂਦੇ ਨੇ ਮੈਂ ਜਾਣਾ ਸੀ ਕਰਮਜੀਤ ਕੋਲ ਮੈਂ ਦਾਦੀ ਦਾ ਪਤਾ ਕਰਕੇ ਆਉਣਾ ਐ ਸੂਟ ਸਮਾਉਣੇ ਦੇਣੇ ਆ ਪਹਿਲਾਂ ਮੈਂ ਉਹੀ ਕਰਿਆ ਮੈਂ ਇਹ ਤਾਂ ਜਦ ਨੂੰ ਉੱਠੂਗਾ ਪਹਿਲਾਂ ਮੈਂ ਉਹੀ ਜਾ ਕੇ ਆਵਾਂ ਕਰਕੇ ਆਵਾਂ ਬਸ ਦਰੂਪੀ ਪਿਆ ਡੱਫੀ ਪਿਆ ਹੈ ਵਿਆਹ ਤਾਂ ਹੁਣ ਕਰਨਾ ਹੀ ਪੈਣਾ ਕਰੂੰਗੀ ਵਧੀਆ ਸ਼ਰੀਕਾਂ ਨਾਲੋਂ ਵਧੀਆ ਕਰੂੰਗੀ ਵਿਆਹ ਹਾਂ ਦੇਖਣਗੇ ਲੋਕ ਖੜ ਖੜ ਕੇ ਹਾਂ ਐ ਕਰੂੰਗੀ ਵਿਆਹ ਮੈਂ ਲੈ ਇਹਨਾਂ ਦੇ ਤਾਂ ਲੱਗਦਾ ਗੱਡੀ ਵੀ ਲੈ ਲਈ ਵਧੀਆ ਰੰਗ ਭਾਗ ਲੱਗੇ ਹੋਏ ਨੇ ਚੱਲ ਕੋਈ ਨਹੀਂ ਮੇਰੇ ਵਾਲੇ ਨੂੰ ਵੀ ਕਦੇ ਤਾਂ ਕਲਾਉਗੀ ਉਹ ਲੈ ਇਹ ਤਾਂ ਬਾਹਰ ਹੀ ਬੈਠੀਆਂ ਨੇ ਲੈ ਤੇਰੇ ਚਾਚੇ ਆ ਗਏ ਕਰਨਜੀਤ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਠੀਕ ਠਾਕ ਬੜੀ ਵਧੀਆ ਤੁਸੀਂ ਬਾਹਰੇ ਬੈਠੇ ਹੋ ਹੈਂ ਹੋਰ ਦੇਖੀ ਸਰਦੀ ਹੋ ਗਈ ਜਾਦੇ ਕਰਨਜੀਤ ਨੇ ਬਾਹਰ ਡਾਤਾ ਮੰਜਾ ਬੜੀ ਕੰਡ ਜਾਦਾ ਆਪਾਂ ਬਾਹਰ ਬੈਠਦੇ ਆ ਵਧੀਆ ਇੱਥੇ ਧੁੱਪ ਹੋਰ ਚਾਹ ਲੈ ਕੇ ਆਈ ਮਮੀ ਹਾਂ ਕਰਨਜੀਤ ਤੇਰੀ ਚਾਚੀ ਆ ਗਿਆ ਚਾਹ ਬਣਾ ਲੈ ਬਟੇ ਜਲਦੀ ਹੋਰ ਸਾ ਵਧੀਆ ਪੈਣੇ ਬਸ ਜਿਹੜਾ ਕੰਮ ਪਾਸ ਹੋ ਜਵੇ ਵਧੀਆ ਹੀ ਆ ਹਾਂ ਚਲੋ ਵਧੀਆ 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 ਹੀ ਚਾਹੀਦਾ ਸੁਣਾ ਕੇ ਮੈਂ ਆ ਬਸ ਵਧੀਆ ਆ ਮੈਂ ਖਲਾ ਸਬਜੀ ਜੀ ਕੱਟ ਲੈਣੇ ਆ ਕਰਮਜੀਤ ਕਹਿੰਦੀ ਮੈਂ ਤਾਂ ਮਮੀ ਆਪੇ ਕੱਟ ਲੂੰਗੀ ਤੁਸੀਂ ਪਿਆਜ਼ ਕੱਟ ਲਓ ਜੇ ਕੱਟਾ ਜਾਂਦਾ ਨਹੀਂ ਰਹਿਣ ਦਿਓ ਤੈਨੂੰ ਪਤਾ ਹੈ ਕਰਮਜੀਤ ਦਾ ਸੁਭਾਅ ਦੇਖੀ ਬਹੁਤਾ ਹੀ ਨਹੀਂ ਹਾਂ ਨਹੀਂ ਬਾਹਲੀ ਚੰਗੀ ਹੈ ਬਹੁਤ ਮੈਨੂੰ ਤਾਂ ਕੋਈ ਕੰਮ ਕਰਨੇ ਨਹੀਂ ਦਿੰਦੇ ਕਿਸਮਤ ਵਾਲੀਆਂ ਤੂੰ ਕਿਸਮਤ ਵਾਲੀਆਂ ਭੈਣੇ ਹਾਂ ਬਸ ਵਹਿਗੁਰੂ ਦੀ ਕਿਰਪਾ ਆਪਾਂ ਕਦੇ ਕਿਸੇ ਦਾ ਮਾੜਾ ਕਰਿਆ ਨਹੀਂ ਨਾ ਰੱਬ ਕਰਾਵੇ ਨਾ ਬਸ ਰੱਬ ਕਰਾਵੇ ਬੱਚੇ ਜਿਉਂਦੇ ਬਸਦੇ ਰਹੇ ਬਸ ਬਸ ਹੋਰ ਭੈਣੇ ਜੋਤ ਦਾ ਫੋਨ ਫੋਨ ਆ ਜਾਂਦਾ ਠੀਕ ਨੇ ਸਾਰੇ ਜੋਤ ਦਾ ਫੋਨ ਹਾਂ ਕਦੇ ਕਦਾਈ ਆ ਜਾਂਦਾ ਘੱਟੇ ਕਰਦੀ ਆ ਪਰ ਉਧਰ ਤਾਂ ਸਾਰਿਆਂ ਨੂੰ ਕੰਮ ਕਰਨਾ ਲੱਗਦਾ ਹੈ ਕੰਮ ਕੁਮ ਕਮ ਤੇ ਚਲੀ ਜਾਂਦੀ ਹੈ ਬਸ ਬਿਜੀ ਲਾਈਫ ਹੋ ਜਾਂਦੀ ਉਧਰ ਜਾ ਕੇ ਤਾਂ ਤੈਨੂੰ ਪਤਾ ਹੀ ਹੈ ਭੈਣੇ ਚੱਲ ਵਧੀਆ ਭੈਣੇ ਕੰਮ ਵੀ ਜ਼ਰੂਰੀ ਆ ਦੇਖ ਨਿਆਣੇ ਉੱਥੇ ਕੰਮ ਤਾਂ ਸਾਰਿਆਂ ਨੂੰ ਹੀ ਕਰਨਾ ਪੈਂਦਾ ਹੈ ਹਨਾ ਕੰਮ ਜ਼ਰੂਰੀ ਆ ਤੇ ਚੱਲ ਵਧੀਆ ਤੇਰੇ ਤਾਂ ਭਾਈ ਕੋੜਮ ਵੀ ਚੰਗੇ ਨੇ ਭੈਣੇ ਤੂੰ ਤਾਂ ਕਿਸਮਤ ਵਾਲੀ ਆ ਨੂੰ ਵੀ ਚੰਗੀ ਮਿਲ ਗਈ ਪੁੱਤ ਵੀ ਤੇਰਾ ਲਾਇਕ ਆ ਵਾਹਿਗੁਰੂ ਰੰਗ ਭਾਗ ਲਾਈ ਰੱਖੇ ਇਹਨਾਂ ਨੂੰ ਬਸ ਇਹਨਾਂ ਨੂੰ ਇਹ ਦੇਖ ਦੇਖ ਕੇ ਜਿਉਨੇ ਆ ਬੱਚੇ ਸੁਖੀ ਰਹਿਣ ਹੋਰ ਕੀ ਮੈਂ ਤਾਂ ਆਈ ਸੀ ਤੇਰੇ ਕੋਲ ਕੰਮ ਇਹਦੇ ਕੋਲ ਮੈਂ ਕਿਹਾ ਕਰਮਜੀਤ ਨੂੰ ਪੁੱਛ ਲਵਾਂ ਨਹੀਂ ਮੈਂ ਕਿਹਾ ਰੂਪ ਨੂੰ ਕਿਹਾ ਤੇਰੀ ਤਾਈ ਨੂੰ ਪਤਾ ਹੋਊ ਤਾਂ ਉਹਨੂੰ ਨਾਲ ਲੈ ਜਾਊਂਗੀ ਮੈਂ ਸਮਾਉਣੀ ਸੀ ਸੂਟ। ਅੱਛਾ। ਇਹ ਕਰਮਜੀਤ ਕੀ ਤਾਂ ਸਮਾਉਂਦੀ ਆ ਸੂਟ ਬੜੀ ਵਧੀਆ ਫਿਟਿੰਗ ਹੁੰਦੀ ਆ ਪਹਿਣੇ। ਮੇਰੇ ਤਾਂ ਜੱਖਣਾ ਵੱਡ ਦਿੰਦੀਆਂ ਨੇ ਸੂਟ ਵੀ। ਅੱਛਾ। ਮੈਂ ਕਰਮਜੀਤ ਦੇ ਸੂਟ ਤਾਂ ਬਹੁਤ ਸੋਹਣੇ ਹੁੰਦੇ ਨੇ ਸੁੰਤੇ ਵੇ। ਪੁੱਛ ਲਈ ਉਹਨੂੰ ਮੈਂ ਕਰਮਜੀਤ ਨੂੰ ਬੁਲਾ ਦੇਣੀ ਆ ਪੁੱਛ ਲੈ। ਹਾਂ ਮੈਂ ਚਲੀ ਜਾਊਗੀ ਨਾਲ। ਨਹੀਂ ਮੈਂ ਚਲੀ ਜਾਵੇ ਨਹੀਂ ਤੂੰ ਚੱਲ ਪੀ ਪਹਿਣੇ ਜੋ ਮਰਜੀ ਜੀ ਜੀ ਮਰਜੀ ਚ ਕਰ ਲਿਓ। ਹਾਂ। ਮੈਂ ਮਾਰਾ ਆਵਾਜ਼ ਫੇਰ ਕਰਮਜੀਤ ਨੂੰ ਚਾਹ ਬਣਾਉਂਦੀ ਆ ਪਹਿਣੇ। ਹਾਂ ਚਲ ਕੋਈ ਨਾ ਚਾਹ ਲੈ ਆਉਂਦੀ ਆ। ਚਾਹ ਲੈ ਆਉਂਦੀ ਆ ਫੇਰ ਮੈਂ ਲੈ ਜੂਗੀ ਉਹਨੂੰ। ਹਾਂ ਨਾਲੇ ਲੈ ਜ ਆਹੋ ਗੱਲਾਂ ਆਉਂਦੀਆਂ ਨੇ ਭਾਈ ਜੀ ਦੀ ਲਾਦ ਚੰਗੀ ਗੱਲਾਂ ਆਉਣੀਆਂ ਹੀ ਨੇ ਕੀ ਕਹਿਆ ਭੈਣੇ ਕੁਛ ਕਹਿਣੀ ਆ ਨਾ ਨਾ ਭੈਣੇ ਮੈਂ ਕਾਹਨੂੰ ਕੁਛ ਕਹਿਨੀ ਆ ਮੈਂ ਤਾਂ ਕਹਿਨੀ ਆ ਭਾਈ ਕਿਸਮਤ ਵਾਲੀ ਆ ਤੂੰ ਤੇਰੀ ਨੂੰ ਚੰਗੀ ਸੇਵਾ ਕਰਦੀ ਵਧੀਆ ਕੰਮ ਕਰ ਸਾਂਭੀ ਬੈਠੀ ਆ ਦੇ ਇੱਕ ਮੰंजे ਤੇ ਬੈਠੀ ਨੂੰ ਚਾਹ ਪਾਣੀ ਮਿਲਦਾ ਹੈ ਹਾਂ ਬੰਦੀ ਮੇਰੀ ਬਥੇਰੀ ਸੇਵਾ ਕਰਦੀ ਆ ਸੁੱਖ ਨਾਲ ਮੇਰਾ ਪੁੱਤ ਵੀ ਬਥੇਰਾ ਲੈ ਕੇ ਆ ਹਾਂ ਜੇ ਪੁੱਤ ਲੈ ਕੇ ਤਾਂ ਹੀ ਨੂੰ ਵੀ ਲੈ ਕੇ ਹਾਂ ਅਸੀਂ ਅੰਦਰ ਚਾਹ ਪੀਵਾਂਗੇ ਕਿ ਇੱਥੇ ਲਿਆਵਾਂ ਦੇਖ ਲੈ ਤੇ ਚਾਚੀ ਨੂੰ ਪੁੱਛ ਲੈ ਅੰਦਰੇ ਬਹਿ ਜਾਂਦੇ ਹਾਂ ਹੁਣ ਇੱਥੇ ਕਾ ਨੂੰ ਹਨ ਹੋਰ ਅੰਦਰ ਬਹਿ ਜਾਂਦੇ ਚਲ ਚੱਲ ਭੈਣੇ ਅੰਦਰੇ ਚੱਲਦੇ ਆਂ ਹੋਰ ਚਾਹ ਬਣਾਤੀ ਕਰਮਜੀਤ ਨੇ ਚਲ ਚਾਹ ਤਾਂ ਭਾਈ ਬੜੀ ਸਵਾਦ ਬਣਾਈ ਸੀ ਬਹੂ ਨੇ ਨਾ ਕੰਮ ਤਾਂ ਸਾਰੇ ਜਾਣਦੀ ਆ ਚਾਹ ਵੀ ਦਾਲ ਸਬਜ਼ੀ ਤਾਂ ਬਹੁਤ ਵਧੀਆ ਬਣਾਉਂਦੀ ਆ ਬਹੂ ਰਾਣੀ ਹਾਂ ਨਹੀਂ ਕੰਮ ਤਾਂ ਵਧੀਆ ਕਰਦੀ ਆ ਭਾਈ ਵਧੀਆ ਕਰਦੀ ਪਹਿਲੀ ਚਾਹ ਜੱਚੀ ਚਾਤਾ ਪੀਲੀ ਤੂੰ ਮੇਰੀ ਗੱਲ ਸੁਣ ਪਹਿਲਾਂ ਮੈਂ ਤਾਂ ਤੇਰੇ ਕੋਲ ਕੰਮ ਆਈ ਸੀ ਪੁੱਤ ਬਹਿ ਜਾਵਾ ਨਾ ਜਾ ਕੰਮ ਨਹੀਂ ਤੇਰੀ ਚਾਚੀ ਦੀ ਗੱਲ ਸੁਣ ਲੈ ਪੁੱਤ ਪਹਿਲਾਂ ਫੇਰ ਕਰ ਲੈ ਕੰਮ ਹਾਂ ਪਹਿਲਾਂ ਤਾਂ ਤੂੰ ਆਹ ਦੇਖ ਤੀਏ ਮੇਰਾ ਸੂਟ ਦੇਖ ਤਾਂ ਕਿਵੇਂ ਆ ਸੂਟ ਤਾਂ ਬਹੁਤ ਸੋਹਣਾ ਚਾਚੀ ਕਿੱਥੋਂ ਕਿਵੇਂ ਭੈਣ ਸੂਟ ਦੇਖ ਰੰਗ ਤਾਂ ਬਹੁਤ ਸੋਹਣਾ ਹੈ ਲੈ ਦੇਖ ਲਓ ਮੰਮੀ ਲੈ ਰੰਗ ਵਧੀਆ ਸਮਾਲਾ ਸਮਾਨਾ ਵਾਲਾ ਹੋਰ ਹੋਰ ਸਮਾਲਾ ਇਹਨਾਂ ਮੈਂ ਭਾਈ ਤੇਰੇ ਜਿਹੜਾ ਜਿਹੜਾ ਦਰਜੀ ਆ ਤੇਰੇ ਵਾਲਾ ਉਹਨੂੰ ਦੇਣਾ ਮੈਂ ਘਰ ਨਾਲੇ ਤਾਂ ਪਤਾ ਲੱਗ ਜੂ ਵੀ ਕਿਵੇਂ ਸਵਾਉਂਦਾ ਤੇਰੇ ਸੂਟ ਬਾਲੇ ਵਧੀਆ ਬਣਾਏ ਹੁੰਦੇ ਨੇ ਸਾਡੇ ਤਾਂ ਪਿੰਡਾਂ ਵਾਲੀਆਂ ਤੈਨੂੰ ਪਤਾ ਹੀ ਆ ਜਖਣਾ ਪੜ ਦਿੰਦੀਆਂ ਨੇ ਕੋਈ ਨਾ ਚਾਹੀ ਮੈਂ ਦੇ ਆਉਂਗੀ ਸਵਾਉਣਾ ਨਹੀਂ ਤੁਸੀਂ ਮੇਰੇ ਨਾਲ ਵਗਦੇ ਹਾਂ ਤੂੰ ਮੈਨੂੰ ਨਾ ਦੁਕਾਨ ਦਿਖਾ ਲਈ ਆਇਆ ਨਾ ਫਿਰ ਭੈਣੇ ਜਿੱਤੇ ਬੇਲੇਕ ਵੇਲੇ ਜਾਣਾ ਮੈਂ ਕੱਲੀ ਵੀ ਜਾ ਸਕਦੀ ਹਾਂ 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 ਕੋਈ ਨਾ ਹਾਂ ਅਸੀਂ ਦੋਹੇ ਚੰਗੀਆਂ ਜਾਣਗੀਆਂ ਸੂਟਾਂ ਦੀ ਫਿਟਿੰਗ ਬਹੁਤ ਸੋਹਣੀ ਹੁੰਦੀ ਆ ਉਹ ਤਾਂ ਦਰਜੀ ਵਧੀਆ ਸੀ ਹੁੰਦਾ ਕੱਪੜੇ ਮੈਂ ਤਾਂ ਮੰਮੀ ਨੂੰ ਵੀ ਕਿਹਾ ਮਮੇ ਤੁਸੀਂ ਵੀ ਉੱਥੇ ਜਾ ਹਾਂ ਤੂੰ ਭੈਣੇ ਉੱਥੇ ਸਵਾਈ ਪਹਿਲਾਂ ਦੇਖ ਲੈ ਇੱਕ ਵਾਰੀ ਸਵਾ ਕੇ ਮੈਂ ਤਾਂ ਖਲਣੀਆਂ ਉਹਨਾਂ ਦਾ ਬਹੁਤ ਸੋਹਣਾ ਸੂਟ ਹੈ ਗਾਜਾ ਮੇਰੇ ਪਾਇਆ ਵਧੀਆ ਲੱਗੋ ਵਧੀਆ ਲੱਗੋ ਪਿਆ ਰੰਗ ਬਹੁਤ ਸੋਹਣਾ ਮੇ ਤਾਂ ਬਹੁਤ ਚਲ ਫਿਰ ਤਾਂ ਠੀਕ ਆ ਮੈਂ ਤਾਂ ਡਰਦੀ ਡਰਦੀ ਨੇ ਲਿਆ ਮੈਂ ਕਿਹਾ ਕਿਤੇ ਬਹੂ ਕੋਈ ਚਾਚੀ ਨੇ ਇਹ ਜੇ ਰੰਗ ਪਾਉਣਾ ਨਾ ਨਾ ਚਾਚੀ ਬਹੁਤ ਸੋਹਣਾ ਹੈਗਾ ਅੱਛਾ ਚਲ ਠੀਕ ਆ ਫਿਰ ਚੱਲ ਤੂੰ ਆਪਣਾ ਨਵੇੜ ਲਿਆ ਕੰਮ ਆਪਾਂ ਜਾਇਆ ਹੀ ਮਤਲਬ ਦਰਦੀ ਤੇ ਜਾਇਆ ਹੋਰ ਆਹ ਹੈ ਕਈ ਦਰਜਿਆਂ ਦੇ ਫਿਟਿੰਗ ਲਈ ਠੀਕ ਆਉਂਦੀ ਕਈਆਂ ਦੀ ਵਧੀਆ ਸੈਟ ਆ ਜਾਂਦੀ ਹੈ ਕਿੰਨਾ ਟਾਈਮ ਹੋਗਾ ਕਰ ਲਈ ਤੋੜਨ ਗਈਆਂ ਨੂੰ ਆਈਂ ਨੇਗੇ ਹੁਣ ਤੱਕ ਇੰਨਾ ਤਾਂ ਟਾਈਮ ਲੱਗਣਾ ਨਹੀਂ ਤਿਲੇ ਲੈ ਅੱਗੇ ਪੁੱਤ ਹਾਂ ਮੰਮੀ ਆਗੇ ਠੰਡੇ ਬਹੁਤ ਦਾ ਬਾਹਰ ਤਾਂ ਹੋਰ ਮੈਂ ਤਾਂ ਆਫ ਹਜੇ ਹੁਣ ਕਹਿ ਕੇ ਹਟਿਆ ਮੈਂ ਕਿ ਬਹੁਤ ਟਾਈਮ ਲਾਤਾ ਉਹਨਾਂ ਨੇ ਤੇਰੀ ਚਾਚੀ ਚਾਚੀ ਲੰਘੀ ਆਪਦੇ ਘਰ ਨੂੰ ਉਹਨੂੰ ਵੀ ਲਿਆਉਂਦੀ ਬੱਸ ਕਹਿੰਦੀ ਮੈਂ ਹੁਣ ਕੀ ਕਰਨ ਹੈਗਾ ਮੰਮੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂ ਚਾਚੀ ਦੇ ਸੁਭਾਅ ਕਿੱਦਾਂ ਦੇਗਾ ਬੱਸ ਸੁਭਾਅ ਤਾਂ ਵਧੀਆ ਹੈ ਦਾ ਠੀਕ ਹੈ ਦੇਖ ਜਾਈਏਗੀ ਲੈ ਮੈਂ ਬਾਹਰ ਵੀ ਦੇਖੀ ਦੇਖੀ ਚੱਬਮੀ ਜੀ ਗੱਲ ਕਰਦੀ ਹੈ ਹਨਾ ਚਾਚੀ ਓਹੋ ਇਹਦਾ ਕਰਮ ਜੀ ਤੇਨੂੰ ਆ ਦਤਾ ਚੱਪ ਮੈਂ ਗੱਲਾਂ ਕਰਨ ਦੇ ਕਰਦੀ ਐ ਇਹ ਚਲਾਕੀ ਜੀ ਤਾਂ ਹਾਂ ਦੇਖੀ ਹੁਣ ਮੇਰੇ ਨਾਲ ਵੀ ਗਈ ਨਾ ਉਹੀ ਨਾਲੇ ਮੁੰਡੇ ਦਾ ਆਪਾਂ ਨੂੰ ਪਤਾ ਹੈਗਾ ਜੇ ਗਰੂਪ ਦਾ ਬੀ ਹਾਂ ਵੀ ਬੇਲਾ ਜਾਏਗਾ ਹੈਨਾ ਫਿਰ ਵੀ ਐ ਜੇ ਕਹੀ ਗਈ ਵੀ ਹਾਂ ਉਹ ਨੌਕਰੀ ਲੱਗ ਗਈ ਆਏ ਆਗਾ ਵਾਹ ਲੱਗ ਗਈ ਤੇ ਖਬਰ ਆਪਾਂ ਨੂੰ ਗੱਲ ਤਾਂ ਤਾਂ ਇਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਚੱਲ ਕੋਈ ਨਾ ਤੂੰ ਨਾ ਇਹਦੀ ਗੱਲ ਦਾ ਗੁੱਸਾ ਕਰੀ ਇਹਦਾ ਸੁਭਾਅ ਇਹ ਆਜਾ ਅੱਛਾ ਚੰਗੀ ਹੈ ਜਹੀ ਜੀ ਹੈ ਆਪਦੇ ਘਰ ਦੀ ਜੀ ਮਰਜੀ ਗੱਲਾਂ ਕਰੀ ਜਾਵੇ ਮੰਮੀ ਪਰ ਮੈਨੂੰ ਤਾਂ ਨਹੀਂ ਮਾੜਾ ਚੰਗਾ ਕਹਿੰਦੀ ਮੇਰੇ ਨਾਲ ਤਾਂ ਵਧੀਆ ਪੁੱਤ ਪੁੱਤ ਕਰੀ ਗਈ ਆ ਇਹਦਾ ਮੈਨੂੰ ਅੱਛਾ ਅੱਛਾ ਚਲਾਂ ਤਾਂ ਸਾਊ ਵੀ ਹੈ ਵਧੀਆ ਵਧੀਆ ਚੱਲ ਮੈਂ ਥੋੜੀ ਜਿਹੀ ਵੱਡੀ ਜੀ ਗੱਲ ਕਰਦੀ ਹੈ ਹਨਾ ਚੱਲ ਬੰਦੇ ਨੂੰ ਹੁਣ ਆਪਾਂ ਕਿਹੜਾ ਰੋਕ ਸਕਦੇ ਆ ਕਰੀ ਜਾ ਵੀ ਜਿਹੜਾ ਕੁਝ ਕਰਨਾ ਪੁੱਤ ਚੱਲ ਠੀਕ ਆ ਮੈਂ ਤਾਂ ਪਾਣੀ ਪੀਣੀ ਹੈਗੇ ਹਾਂ ਪੀ ਲੈ ਪੁੱਤ ਪੀ ਲੈ ਕੱਪੜੇ ਤਾਂ ਲੱਗਦਾ ਸੁੱਕੇ ਪਏ ਨੇ ਕਰਦਾ ਤਾਂ ਹਾਂ ਚਾਰ ਕੱਪੜਿਆਂ ਦੇ ਹਾਂ ਹਾਂ ਬੂਆ ਜੀ ਕੋਈ ਨਾ ਮੈਂ ਕਰ ਲੂੰਗੀ ਗੱਲ ਮੰਮੀ ਹੋਰਾਂ ਨਾਲ ਨਾ ਨਾ ਕੋਈ ਗੱਲ ਨਹੀਂ ਹਾਂ ਹੋਰ ਛੋਟੀ ਠੀਕ ਹੈ ਅੱਛੇ ਗਈ ਹੋਈ ਹੈ ਚਲ ਕੋਈ ਨਾ ਬੋਈ ਮਰ ਮਾ ਸ਼ਾਮ ਨੂੰ ਫੋਨ ਕਰ ਲੂੰਗੀ ਹੈ ਨਾ ਠੀਕ ਹੈ ਕਿਹਦਾ ਫੋਨ ਆ ਪੁੱਤ ਮੰਮੀ ਦਾ ਪੂਆ ਜੀ ਦਾ ਫੋਨ ਧੀਗਾ ਅੱਛਾ ਹੂੰ ਠੀਕ ਠਾਕ ਨੇ ਸਭ ਹਾਂ ਉਹ ਤਾਂ ਠੀਕ ਨੇ ਪਰ ਉਹ ਗੱਲ ਪੂਆ ਜੀ ਕਹਿੰਦੀ ਦੀ ਹੂੰ ਕਹਿੰਦੀ ਵੀ ਆਪਾਂ ਹੁਣ ਛੋਟੀ ਦਾ ਵਿਆਹ ਵੀ ਕਰਨਾ ਹੈਗਾ ਹਾਂ ਹਾਂ ਤੇ ਮੇਰੀ ਭੈਣ ਦਾ ਚੇ ਉਹ ਆਂਗੇ ਤੇ ਵੀ ਜਮੀਨ ਦੀ ਮੁੰਡਾ ਭਈ ਆਪਣਾ ਹੁਣੇ ਦੇਖ ਲਓ ਤੁਸੀਂ ਵੀ ਕੱਲ ਨੂੰ ਫਿਰ ਰੌਲਾ ਪੈਂਦਾ ਫਿਰੂਗਾ ਚੱਲ ਰੌਲਾ ਕਾ ਨੂੰ ਪਾਉਣਾ ਪੁੱਤ ਸਿਆਣੀਓ ਤੁਸੀਂ ਰੌਲਾ ਕਾ ਨੂੰ ਪਾਉਣਾ ਖੜੀ ਖੜੀ ਤੇ ਮਿੱਟੀ ਪਈ ਜਾਂਦੀ ਇਹਦੇ ਬਸ ਵੀਰਤਾ ਬਾਹਰੇ ਮੈਂ ਵੀਰੇ ਹਾਂ ਜਗਰੂਪ ਕੀ ਹਾਲ ਬਹਾਲ ਵਧੀਆ ਮੈਂ ਨਾ ਹੜੇ ਕੰਮ ਆਇਆ ਸੀਗਾ ਹਾਂ ਬਈ ਹਾਂ ਫੈਲ ਜਿਹੜੇ ਤੁਸੀਂ ਕਹਿੰਦੇ ਕਾਗਜ਼ ਫੜਾ ਜੀ ਮੈਨੂੰ ਹਾਂ ਮਾ ਫਿਰ ਅੱਜ ਮੇਰਾ ਕੰਮ ਹੋ ਜਾਊਗਾ ਗੱਲ ਤਾਂ ਕਰਨੀ ਤੇਰੀ ਭੂਆ ਦੀ ਸਿਆਣੀ ਆ ਪੁੱਤ ਜਿਹੜਾ ਕੰਮ ਸਮਾਈ ਨਾਲ ਹੋ ਜਵੇ ਇਹਦੇ ਵਰਗੀ ਤਾਂ ਰੀਸ ਨਹੀਂ ਹੈਗੇ ਹਾਂ ਮੰਮੀ ਮੈਂ ਵੀ ਭੂਆ ਨੂੰ ਇਹੀ ਕਹਦੀ ਮਾ ਜਲ ਮੈਂ ਗੱਲੀ ਜੀ ਕਰਕੇ ਦੱਸ ਦੂੰਗੀ ਸੋਨ ਨੂੰ ਹੈਨਾ ਹਾਂ ਹਾਂ ਪਰ ਮੈਂ ਸੋਚਦੀ ਆਂਗੀ ਮੰਮੀ ਵੀ ਛੋਟੀ ਤਾਂ ਵਿਆਹ ਹੋ ਜਾਂਦੇ ਫੇਰ ਦੇਖਦੇ ਆਂ ਵੀ ਪਰੌਣਾ ਕਿਹਾ ਜਾ ਮਿਲਦਾ ਉਹਨੂੰ ਉਹ ਤਾਂ ਐ ਗੱਲ ਕਰਦੇ ਤੇ ਕਹਿੰਦੇ ਵੀ ਜਿਹੜੀ ਸਾਨੂੰ ਜ਼ਮੀਨ ਆਉਂਦੀ ਹੈਗੀ ਢਾਈ ਢਾਈ ਕਿੱਲੇ ਵੀ ਦੇਖ ਲਓ ਭਾਈ ਜੇ ਤਾਂ ਦੋ ਹੀ ਭੈਣਾ ਰੱਖ ਲਓ ਤੁਸੀਂ ਬੀਜ ਦੋਏ ਪਰਣਾ ਨੇ ਤਾਂ ਨਹੀਂ ਰੱਖਣੀ ਹੈਗੀ ਕਰ ਵੀ ਤਾਂ ਤੇ ਛੋਟੀ ਤੇ ਨੌ ਕਰਵਾ ਦਾਂਗੇ ਆਪਾਂ ਬਾਅਦ ਚ ਕੋਈ ਇਤਰਾਜ ਤਾਂ ਨਹੀਂ ਮੰਮੀ ਤੁਹਾਨੂੰ ਲੈ ਹੈ ਪੁੱਤ ਸਾਨੂੰ ਕੋਰਾ ਇਤਰਾਜ ਹੈ ਤੁਹਾਡੀ ਚੀਜ਼ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਓਕਣੇ ਕਰ ਲਓ ਮੈਨੂੰ ਕੋਈ ਲਾਲਚ ਨਹੀਂ ਹੈਗਾ ਪੁੱਤ ਚਲੋ ਠੀਕ ਹੈ ਮੰਮੀ ਪਰ ਮੈਂ ਤਾਂ ਨਹੀਂ ਸੋਚਿਆ ਹੈਗਾ ਵੀ ਚਲੋ ਛੋਟੀ ਦੇ ਜਦ ਵਿਆਹ ਹੋ ਗਿਆ ਨਾ ਜੇ ਉਹਨਾਂ ਨੂੰ ਪਰਿਵਾਰ ਵਧੀਆ ਮਿਲ ਗਿਆ ਫਿਰ ਮੈਂ ਤਾਂ ਸਾਰਾ ਉਸੇ ਨੂੰ ਹੀ ਦੇ ਦੇਣਾ ਹੈਗਾ ਚਲ ਪੁੱਤ ਪ੍ਰਮਾਤਮਾ ਕਰੇ ਚੰਗਾਈ ਪਰਿਵਾਰ ਮਿਲੇ ਉਹਨੂੰ ਥੋੜੀ ਜ਼ਮੀਨ ਆ ਪੁੱਤ ਜੀ ਮੈਂ ਤੁਹਾਨੂੰ ਦੋਨਾਂ ਭੈਣਾਂ ਨੂੰ ਠੀਕ ਲੱਗਦਾ ਉਵੇਂ ਜਿਵੇਂ ਕਰ ਲਿਓ ਨਾ ਮੈਂ ਕੁਸ ਕਹਾ ਤੈਨੂੰ ਨਾ ਗ੍ਰਿੰਦਰ ਕਹੇ ਸਾਨੂੰ ਪੁੱਤ ਕੋਈ ਲਾਲਚ ਨਹੀਂ ਹੈਗਾ ਬਰਬਾਤ ਮਾਰ ਸੁੱਖ ਨਾਲ ਰੰਗ ਲਾਇਆ ਵਾ ਰੰਗ ਭਾਗ ਇਕਣੇ ਲੱਗੇ ਰਹਿਣ ਠੀਕ ਹੈ ਮੰਮੀ ਹਾਂ ਤਾਂ ਚਲੋ ਮੈਂ ਉਹਨਾਂ ਨਾਲ ਵੀ ਗੱਲ ਕਰੂੰਗੀ ਜੇ ਉਹਨਾਂ ਨੂੰ ਸਹੀ ਲੱਗਿਆ ਨਾ ਫਿਰ ਦੇਖ ਲਾਂਗੇ ਅਸੀਂ ਹੈਨਾ ਹੋਰ ਹੋਰ ਕਰ ਲਿਓ ਸਲਾਹ ਦੋਏ ਜਣੇ ਹੋ ਜਾਊਗਾ ਤੇਰਾ ਕੰਮ ਠੀਕ ਹੈ ਠੀਕ ਹੈ ਜੀ ਹਾਂ ਹੋਰ ਆ ਜਾ ਸਾਫੀ ਲੈ ਬਸ ਹੀ ਬਸ ਚਲ ਠੀਕ ਹੈ ਹਾਂ ਠੀਕ ਹੈ ਚੰਗਾ ਲਗਾਸ ਛੋਟਾ ਜਿਹਾ ਕੰਮ ਹੈ ਵੀ ਤੂੰ ਆਪ ਕਰ ਲੈ ਚੱਲ ਦੇਖਦੇ ਆਂਗੇ ਮੰਮੀ ਲੈ ਕੱਪੜੇ ਫੜਾ ਦੂ ਮੈਨੂੰ ਲੈ ਪੁੱਤ ਤੰਦਰ ਕਰਾਂਗੇ ਆ ਪਰ ਮੈਂ ਤੈਨੂੰ ਕੰਮ ਜੀ ਤੈ ਐ ਕਹਿੰਦੀ ਸੀ ਪੁੱਤ ਤੇਰੀ ਭੂਆ ਜੀ ਨੇ ਤੁਸੀਂ ਪਾ ਲਈਓ ਪੜਾਈਆਂ ਲਿਖਾਈਆਂ ਪੁੱਤ ਕਿਤੇ ਉਹ ਤਾਂ ਨਹੀਂ ਗੁੱਸਾ ਕਰੂਗੀ ਉਹਨੂੰ ਨਾਰਾਜ਼ ਕਰ ਦੇਓ ਕਿਤੇ ਨਹੀਂ ਨਹੀਂ ਮੰਮੀ ਉਹ ਨਹੀਂ ਗੁੱਸਾ ਕਰਦੇ ਅੱਛਾ ਕੀ ਗੱਲ ਹੋ ਗਈ ਕੁਝ ਨਹੀਂ ਜੀ ਉਹ ਤਾਂ ਭੂਆ ਜੀ ਦਾ ਫੋਨ ਆਇਆ ਸੀ ਕਹਿੰਦੇ ਹੁਣ ਛੋਟੀ ਦਾ ਵਿਆਹ ਕਰਨਾ ਭਾਈ ਤੁਸੀਂ ਆਪਣੀ ਜ਼ਮੀਨ ਬਾਰੇ ਦੇਖੋ ਕੀ ਕਰਨਾ ਅੱਛਾ ਹਾਂ ਫਿਰ ਕਾਲੀ ਨਾ ਕਰਿਓ ਜਿਹੜਾ ਵੀ ਕੰਮ ਕਰਨਾ ਸੋਲ ਵਿਚਾਰੀ ਕਰਿਓ ਠੀਕ ਹੈ हां जी हां वे भी मम्मी ਨੂੰ ਐਂ ਕਹਿ ਰਹੀ ਸੀ ਮਹਾ ਪਹਿਲਾ ਉਹਦਾ ਸਰ ਸੋਹਰਾ ਪਰਿਵਾਰ ਦੇਖ ਲਿਏ ਵੀ ਕਿਦਾਂ ਹੈਗਾ ਵੀ ਫੇਰ ਅੱਵਾ ਮੈਂ ਤਾਂ ਐ ਸੋਚੇ ਜੀ ਵੀ ਮੈਂ ਛੋਟੀ ਦੇ ਨਾਮ ਹੀ ਕਰਵਾ ਦੂੰਗੀ ਆਪਣੇ ਤਾਂ ਰੱਬ ਨੇ ਚਾਹ ਰੂਜ ਦਿੱਤਾ ਹੀ ਹੋਇਆ ਆਹੋ ਚਲ ਆ ਵੀ ਗੱਲ ਠੀਕ ਏ ਤੇਰੀ ਪਰ ਪੂਆ ਉਹ ਤਾਂ ਤਰਾ ਦੀ ਨਾ ਨਾ ਪੂਆ ਨਹੀਂ ਤਰਾਜ ਕਰਦੀ ਉਹ ਤਾਂ ਕਹਿੰਦੀ ਭਾਈ ਮੈਂ ਨਹੀਂ ਤੁਹਾਡੇ ਢੱਡੇ ਚ ਪੜਦੀ ਹੈਗੀ ਮੈਂ ਤਾਂ ਗ੍ਰਿੰਦਰ ਨੂੰ ਕਿਹਾ ਭਾਈ ਹੁਣ ਕੁੜੀ ਦਾ ਵਿਆਹ ਤਾਂ ਕਰਨਾ ਆਈ ਐ ਸੁੱਖ ਨਾਲ ਉਹਦੀ ਉਮਰ ਆ ਭਾਈ ਸਾਨੂੰ ਕੋਈ ਲਾਲਚ ਨਹੀਂ ਹੈਗਾ ਜਿਵੇਂ ਠੀਕ ਲੱਗਦਾ ਤੁਸੀਂ ਆਪੇ ਕਰ ਲਓ ਉਹ ਭਾਈ ਮਰਜੀ ਤੇਰੀ ਹੈ ਨਾ ਜੇ ਸਹੀ ਲੱਗਦਾ ਕਰ ਲਓ ਆਪਣੇ ਚਲੋ ਠੀਕ ਹੈ ਅਸੀਂ ਕੀ ਕਹਿਣਾ ਮੈਂ ਕਰ ਲੂੰਗੀ ਭੂਆ ਨਾਲ ਗੱਲ ਫਿਰ ਚਲ ਮਮੀ ਮਾਤਰਾ ਮੈਂ ਵੜਾ ਤੁਮੇ ਕਰਾਏ ਪੁੱਤ ਕਰਾ ਦੇ ਅਸੀਂ ਕੀ ਕਰਨੇ ਆ ਪੁੱਤ ਥੋੜੀ ਜਮੀਨ ਖਾਓ ਹੰਡਾਓ ਮਰ ਜਾ ਕਰੋ ਸਾਨੂੰ ਕੋਈ ਲਾਲਚ ਨਹੀਂ ਹੈਗਾ ਤੀਏ ਸ਼ਾਮ ਹੋ ਗਈ ਮੁੰਡਾ ਨਹੀਂ ਆਇਆ ਪਤਾ ਨਹੀਂ ਕਿੱਥੇ ਚਲਿਆ ਜਾਂਦਾ ਇਹ ਮਮੀ ਹਾਂ ਪੁੱਤ ਆ ਗਿਆ ਹਾਂ ਫੜਾਇਆ ਕਾ ਕੰਮ ਤਾਂ ਦੇ ਆ ਵੀਰੇ ਨੂੰ ਕਹਿੰਦਾ ਕੰਮ ਕਰਾ ਵੀ ਦਊਗਾ ਹਾਂ ਕਹਿੰਦਾ ਹੋ ਜਾਊਗਾ ਕੰਮ ਤਾਂ ਸਵਾਰ ਕੇ ਗੱਲ ਕਰਨੀ ਸੀ ਪੁੱਤ ਗੱਲ ਤਾਂ ਮੈਂ ਕਰਿਆ ਸਮਾਰ ਕਿ ਉਹ ਕਹਿੰਦਾ ਮੇਰੀ ਜ਼ਿੰਮੇਵਾਰੀਆਂ ਕੰਮ ਹੋ ਜਾਊਗਾ ਕਾਗਜ਼ ਪੱਤਰ ਪੂਰੇ ਹੋਣੇ ਚਾਹੀਦੇ ਆ ਮੈਂ ਹਾਂ ਕਾਗਜ਼ ਪੱਤਰ ਦੇਖ ਲੈਣਾ ਸੀ ਫਿਰ ਵੀ ਤੂੰ ਇੱਕ ਵਾਰ ਚੈੱਕ ਕਰ ਲੈਣੇ ਸੀ ਸਾਰੇ ਆਪਣੇ ਮੈਂ ਘਰੋਂ ਕਰਕੇ ਲੈ ਕੇ ਗਿਆ ਸੀ ਚਾ ਠੀਕ ਆ ਹਾਂ ਚੱਲ ਵਧੀਆ ਕੀਤਾ ਹਾਂ ਤੁਸੀਂ ਤਾਂ ਕਹਿੰਦੇ ਹੋ ਕਿ ਗੁਰਿੰਦਰ ਬਹੁਤ ਸਿਆਣਾ ਹਾਂ ਸਿਆਣਾ ਹੀ ਆ ਮੈਨੂੰ ਤਾਂ ਐ ਲੱਗਦਾ ਕਿ ਉਹਦੇ ਵਰਗਾ ਪਾਗਲ ਬੰਦਾ ਕੋਈ ਹੈ ਹੀ ਨਹੀਂ ਦੁਨੀਆ ਤੇ ਪਾਗਲ ਉਹ ਕਿਵੇਂ ਮੈਨੂੰ ਗੱਲ ਨਹੀਂ ਸਮਝਾਈ ਤੇਰੀ ਕੀ ਕਹਿਣਾ ਲੈ ਕਹਿੰਦੇ ਗੱਲ ਨਹੀਂ ਸਮਝੇ ਉਹ ਮੈਂ ਆਪਣੇ ਕੰਨ ਸੁਣ ਕੇ ਆਇਆ ਈ ਗ੍ਰਿੰਦਰ ਦੀ ਜਿਹੜੀ ਸਾਲੀ ਆ ਹਾਂ ਭਾਬੀ ਦੀ ਭੈਣ ਹਾਂ ਉਹਨਾਂ ਨੂੰ ਪੁੱਛੋਂ ਪਰਿਵਾਰ ਚੋਂ 5 ਕਿੱਲੇ ਨੇ ਅੱਛਾ ਭਾਬੀ ਨੂੰ ਤਾਂ 2.5 ਕਿੱਲੇ ਆਉਂਦੇ ਨੇ ਹਾਂ ਤੇ 2.5 ਉਹ ਆਉਂਦੇ ਨੇ ਭਾਬੀ ਦੀ ਭੈਣ ਆਪ ਕੋ 2000 ਦੁੱਧ ਦੀ ਲੈਣ ਗਈ ਆ ਹਾਂ ਤੇ ਭਾਬੀ ਮੈਂ ਕੰਨੀ ਸੁਣਿਆ ਉਹ ਕਹਿੰਦੀ ਸੀ ਕਹਿੰਦੀ 5 ਦੇ 5 ਕਿੱਲੇ ਛੋਟੀ ਜਗਾਂ ਲਵਾ ਦੰਨੇ ਆ ਉੱਥੋਂ ਗ੍ਰਿੰਦਰ ਨੇ ਮਨਾਂ ਕਰਤਾ ਵੀ ਆਪਾਂ ਨੇ ਜ਼ਮੀਨ ਕੀ ਕਰਨੀ ਆ ਆਪਾਂ ਤਾਂ ਪਹਿਲੇ ਹੀ ਰੱਜੇ ਪੁੱਜੇ ਆ ਦੱਸ ਜੇ ਉਹਦੀ ਜਗ੍ਹਾ ਮੈਂ ਹੁੰਦਾ ਮੈਂ ਤਾਂ ਛੱਟਪਟ ਕਹਿ ਦਿੰਦਾ ਵੀ ਆ 2.5 ਕਿੱਲੇ ਮੇਰੇ ਨਾਲ ਲਵਾਓ ਉਠਾਈ ਕਿਲੇ ਆਪਣੇ ਹੱਥੋਂ ਗਵਾ ਰਿਆ। ਪਾਗਲ ਨਾ ਹੋਇਆ ਤਾਂ ਹੋਰ ਕੀ ਹੋਇਆ? ਅੱਛਾ ਜਾਨੀ ਇਹਨਾਂ ਨੇ ਜਵਾਬ ਦਿੱਤਾ ਢਾਈ ਕਿਲਿਆਂ ਨੂੰ ਹੈ। ਹੋਰ 6 ਤੁੰਕ ਮਣਾਈ। ਗਰੀਦ ਨਹੀਂ ਮੈਂ ਹਮਲਾ। ਹਾਂ। ਮੈਂ ਕਿਵੇਂ ਤੁੰਕ ਮਣਾਂ? ਢਾਈ ਕਿਲੇ ਨੂੰ ਕਹਿੰਦਾ ਮੈਂ ਨਾ ਲਵਾ ਲੈਂਦਾ। ਆਪਾਂ ਤੇਰੇ ਨਾਲ 5 ਕਿਲੇ ਲਵਾਵਾਂਗੇ। ਅੱਜ ਤੱਕ ਘਰ ਦੀ ਘਾਤ ਰਹਿ ਜੋ। ਸਾਲੀ ਕੁਵਾਰੀ ਹੈ ਨਾ? ਹਾਂ। ਆਪਾਂ ਉੱਥੇ ਰਿਸ਼ਤੇ ਦੀ ਗੱਲ ਕਰਦੇ ਆਂ। ਨਾਲੇ ਤਾਂ ਕੁੜੀ ਆਪਣੇ ਘਰ ਚ ਆ ਜੀ ਨਾਲੇ ਜੀ ਵੀਨ ਤੇਰੇ 9.5 ਕਿੱਲੇ ਹੋ ਜੂ ਕਮਲਾ ਗੁਰਿੰਦਰਨੀ ਕਮਲਾ ਤੂੰ ਆ 2.5 ਕਿੱਲੇ ਤੇ ਬੈਠੀ ਆਪਾਂ 5 ਕਿੱਲੇ ਲਵਾਂਗੇ ਉਹ ਮੰਮੀ ਮੈਂ ਤਾਂ ਨਾ ਤੱਤਾ ਚਲ ਗਿਆ ਨਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਆਇਆ ਲੱਗਿਆ ਵੀ ਉਹ 2.5 ਕਿੱਲੇ ਨਾ ਕਦੇ ਕਰਦੀ ਤੂੰ ਮੇ ਪੁੱਤਾਂ ਮੈਂ ਮਾਂ ਐ ਮੈਂ ਤਾਂ ਆਪਣੇ ਪੁੱਤ ਦਾ ਸੋਚਣਾ ਨਾ ਤੂੰ ਘਬਰਾ ਨਾ ਫਿਰ ਹੁਣ ਤੁਸੀਂ ਗੱਲ ਤੋੜ ਲਓ ਹਾਂ ਬਸ ਹੁਣ ਤੂੰ ਮੇਰੇ ਤੇ ਛੱਡ ਦੇ ਸਾਰੀ ਗੱਲ ਬਸ ਫਿਰ ਫਿਰ ਆਪਾਂ ਹੁਣਾਂ ਨਹੀਂ 5 ਕਿੱਲੇ ਆਪਾਂ ਹੀ ਵਾਣੇ ਆ ਆਪਾਂ ਹੀ ਵਾਵਾਂਗੇ ਚਲੋ ਠੀਕ ਆ ਫਿਰ ਤੂੰ ਐ ਕਰ ਪਹਿਲਾਂ ਤਾਂ ਚੱਕੀ ਤੇ ਆਟਾ ਰੱਖਿਆ ਹੋਇਆ ਉਹ ਲੈ ਆ ਠੀਕ ਆ ਫਿਰ ਕੱਲ ਨੂੰ ਕਰਾਂਗੇ ਬਾਕੀ ਗੱਲ ਆਪਾਂ ਪਹਿਲਾਂ ਜਾ ਪੁੱਤ ਬਣ ਕੇ ਆਟਾ ਚੱਕ ਕੇ ਲਿਆ ਚਲ ਠੀਕ ਹਾਂ ਜਾ ਚੱਕੀ ਤੋਂ ਆਟਾ ਚੱਕ ਲਿਆ ਹੋਰ ਕੁੜੇ ਕਰਨਜੀਤ ਕਿੱਥੋਂ ਭਾਈ ਨਹੀਂ ਆ ਜਾ ਆ ਜਾ ਭੈਣੇ ਲੰਗੇ ਹੋਰ ਭੈਣੇ ਠੀਕ ਹੋ ਹਾਂ ਸਭ ਠੀਕ ਠਾਕ ਵਧੀਆ ਤੂੰ ਸੁਣਾ ਕੀ ਹਾਲ ਹੈ ਵਧੀਆ ਭੈਣੇ ਆਜੋ ਭਾਈ ਜਾ ਜਗਰੂਪ ਵੀ ਠੀਕ ਐ ਸਾਰੇ ਵਧੀਆ ਨੇ ਤੂੰ ਸੁਣਾ ਕਿਵੇਂ ਆ ਬਸ ਵਧੀਆ ਭਣੀ ਜਿਹੜਾ ਟਾਈਮ ਹੋਰ ਠੰਡ ਕੀ ਕਹਿੰਦੀ ਐ ਠੰਡ ਤਾਂ ਹੁਣ ਜ਼ਿਆਦਾ ਹੋਗੀ ਬਾਹਰ ਬਾਹਲੀ ਆ ਤੁਹਾਡੇ ਅੰਦਰ ਅਜ ਨਹੀਂ ਹਵਾ ਚੱਲਦੀ ਐ ਹਾਂ ਬਾਹਰ ਤਾਂ ਬਾਹਲੀ ਠੰਡ ਆ ਅੰਦਰ ਨਹੀਂ ਪਤਾ ਲੱਗਦਾ ਪਰ ਠੰਡ ਤਾਂ ਹੈਗੀ ਕਰਮਜੀਤ ਕਿੱਥੇ ਆ ਕਰਮਜੀਤ ਤਾਂ ਗ੍ਰਿੰਦਰ ਨਾਲ ਗਈ ਐ ਬਾਜ਼ਾਰ ਗਈ ਹੋਏ ਨੇ ਦੋਵੇਂ ਜਣੇ ਟਾਈਮ ਲਉਣਗੇ ਹਾਂ ਨਾ ਉਹ ਥੋੜਾ ਜਿਹਾ ਸਮਾਨ ਜਾ ਲੈ ਕੇ ਆਉਣ ਵਾਲਾ ਸੀ ਘਰ ਦਾ ਅੱਛਾ ਲੱਗੂ ਘਰ ਨੂੰ ਥੋੜਾ ਜਿਹਾ ਟਾਈਮ ਮੈਂ ਤਾਂ ਉਹਦੇ ਕੋਲ ਆਈ ਸੀ ਕੰਮ ਕਰਮਜੀਤ ਕੋਲ ਲਾਕੜ ਮੈਨੂੰ ਦੱਸ ਦੇ ਕੋਈ ਮੈਨੂੰ ਨਹੀਂ ਦੱਸਣਾ ਨਾ ਨਾ ਭੈਣੇ ਲਈ ਦੱਸ ਐ ਤੈਨੂੰ ਨਾ ਦੱਸਣ ਵਾਲੀ ਕਿਹੜੀ ਗੱਲ ਐਹੀ ਜੀ ਹੈ ਚੱਲ ਤੇਰੀ ਮਰਜ਼ੀ ਐ ਹੁਣ ਦੱਸਣਾ ਹੋਊਗਾ ਨਾ ਨਾ ਇਹ ਜੀ ਕੋਈ ਗੱਲ ਐ ਨਹੀਂ ਉਹ ਮੈਂ ਤਾਂ ਐ ਗੱਲ ਕਰਦੀ ਸੀ ਵੀ ਇਹਦੀ ਕਰਮਜੀਤ ਜੀ ਜਿਹੜੀ ਭੈਣ ਆ ਛੋਟੀ ਹਾਂ ਪੜਪੜ ਤਾਂ ਲਈ ਹੁਣ ਕਹਿੰਦੇ ਹਾਂ ਹਾਂ ਪੜ ਤਾਂ ਹੋ ਲਈ ਮਟਿਆਰਾ ਸੁਖ ਨਾਲ ਹੋਣਾ ਉਹ ਤਾਂ ਹੀ ਤਾਂ ਭੈਣ ਮੈਂ ਆਈ ਸੀ ਇਹਦੇ ਕੋਲ ਕਰਮਜੀਤ ਕੋਲ ਮੈਂ ਕਿਹਾ ਸਿਆਣੀ ਆ ਇਹ ਬੜੀ ਐ ਨਹੀਂ ਕਰਨਾ ਹੁਣ ਉਹਦਾ ਹਾਂ ਵੀ ਉਹਦੇ ਲਈ ਮੁੰਡਾ ਕੋਈ ਦੇਖੀ ਐ ਹੱਛਾ ਹਾਂ ਜੇ ਤਾਂ ਹੈਗੀ ਐ ਸਲਾਹ ਮੁੰਡਾ ਇੱਕ ਵਾਰੀ ਨਿਗਾਹ ਤੱਕਾ ਦੇਣੇ ਆਪਾਂ ਗਾਹਾਂ ਭਾਈ ਇਹਨਾਂ ਦੀ ਮਰਜ਼ੀ ਸੰਜੋਗ ਨੇ ਜਿਵੇਂ ਹੋਣਗੇ ਦੋ ਉਵੇਂ ਹੋ ਜਾਣਗੇ ਇਹ ਤਾਂ ਗੱਲ ਹੈ ਜਿੱਥੇ ਸੰਜੋਗ ਹੋਣੇ ਨੇ ਰਿਸ਼ਤਾ ਤਾਂ ਉੱਥੇ ਹੋਣਾ ਹੋਰ ਤੈਨੂੰ ਕਹੀ ਦੇਖਿਆ ਮੁੰਡਾ ਕੋਈ ਹੈ ਨਜ਼ਰ ਚ ਨਹੀਂ ਮੁੰਡਾ ਹੈਗਾ ਤਾਂ ਹੀ ਭੈਣੇ ਆਈਆਂ ਅੱਛਾ ਅੱਛਾ ਮੁੰਡਾ ਤਾਂ ਹੈਗਾ ਇਹ ਤਾਂ ਬਚੋਲਣ ਬਣਦੀਆਂ ਹੁਣ ਨਹੀਂ ਬਚੋਲਣ ਕਾਦੀ ਭੈਣੇ ਤੇ ਤੋਣ ਕਾਦਾ ਉਲਾਏ ਹੈਂ ਫੇਰ ਤੂੰ ਕਹੇਂਗੀ ਪਤਾ ਨਹੀਂ ਕੀ ਗੱਲ ਕਰਦੀ ਆ ਨੂਹਾ ਨਾਲ ਕੀ ਮੇਰੀਆਂ ਨਾਲ ਗੱਲ ਆਏ ਆ ਭੈਣੇ ਮੁੰਡਾ ਹੁਣ ਆਪਾਂ ਕਹਿੰਦੇ ਨਾ ਦੀਵੇ ਥੱਲੇ ਹਨੇਰਾ ਹੈ ਮੁੰਡਾ ਹੁਣ ਤੋਂ ਨੂੰ ਨਹੀਂ ਪਤਾ ਹਾਂ ਮੁੰਡਾ ਆਪਣਾ ਰੂਪ ਜਗ ਰੂਪ ਦੀ ਗੱਲ ਕਰਨ ਆਈ ਆ ਭੈਣੇ ਮੈਂ ਤਾਂ ਅੱਛਾ ਹੋਰ ਜਗ ਰੂਪ ਦੇ ਰਿਸ਼ਤੇ ਬਾਰੇ ਗੱਲ ਕਰਦੀ ਆ ਹਾਂ ਹੁਣ ਉਹਦਾ ਵੀ ਤਾਂ ਕਰਨਾ ਹੀ ਆ ਉਹਦਾ ਵੀ ਕਰਨਾ ਉਹਦਾ ਪਿਓ ਬਾਹਰ ਬੈਠਾ ਮੈਨੂੰ ਕਹੀ ਜਾਂਦਾ ਤੂੰ ਦੇਖ ਲੈ ਕੁੜੀ ਕਾੜੀ ਜਦ ਪਾਈ ਤੂੰ ਕਰ ਦੇਗੀ ਫਾਈਨਲ ਕਹਿੰਦਾ ਫੇਰ ਮੈਂ ਜਹਾਜ ਚੜ੍ਹਿਆ ਆਉਂਗਾ अच्छा अच्छा हां ਗੱਲ ਤਾਂ ਤੇਰੀ ਠੀਕ ਐ ਪਰ ਮੈਨੂੰ ਤਾਂ ਲੱਗਦਾ ਕਰਮਜੀਤ ਦੀ ਭੈਣ ਦਾ ਰਿਸ਼ਤਾ ਤਾਂ ਕੋਈ ਉਹ ਬਾਹਰਲਾ ਦੇਖਣਗੇ ਉਹ ਕੁੜੀ ਤਾਂ ਹੁਣ ਆਈ ਲੈਟਸ ਕਰਨ ਲੱਗੀ ਹੋਈ ਐ ਉਹ ਤਾਂ ਕੁੜੀ ਬਾਹਰ ਹੀ ਸੈੱਟ ਹੋਊਗੀ ਮੈਂ ਤਾਂ ਬੜਾ ਮੈਨੂੰ ਤਾਂ ਐ ਸੀਗਾ ਮੈਂ ਚੱਲ ਕਰਮਜੀਤ ਸਿਆਣੀ ਆ ਉਹ ਵੀ ਇਹਦੀ ਉਹ ਭੈਣ ਆ ਨਾਲੇ ਦੋਹੇ ਭੈਣਾਂ ਇਕੱਠੀਆਂ ਇੱਕੋ ਘਰ ਚ ਹੋ ਜਾਣਗੀਆਂ ਤੇਰੇ ਮੇਰੇ ਘਰ ਚ ਕੀ ਫਰਕ ਆ ਇੱਥੇ ਹੋਈਗੇ ਉੱਥੇ ਹੋਈ ਚਲ ਉਹ ਤਾਂ ਤੇਰੀ ਗੱਲ ਠੀਕ ਐ ਭੈਣੇ ਪਰ ਇਹ ਤਾਂ ਰਿਸ਼ਤਾ ਹੁਣ ਬਾਹਰਲੇ ਮੁੰਡੇ ਨੂੰ ਕਰਨਗੇ ਇਹਨੇ ਕੁੜੀ ਨੇ ਇੱਥੇ ਰਹਿਣਾ ਹੀ ਨਹੀਂ ਜਦ ਬਾਹਰ ਲਈ ਮੁੰਡਾ ਲੱਭਣਗੇ ਬਾਹਰ ਲਿਆ ਨੂੰ ਕੀ ਉਹ ਆ ਤੈਨੂੰ ਪਤਾ ਭੈਣੇ ਅੱਜ ਕੱਲ ਦਾ ਜਵਾਨਾ ਬਾਹਰ ਜਾਂਦੇ ਨੇ ਜਵਾਕ ਫਿਰ ਆਪੇ ਪਸੰਦ-ਪਸੰਦ ਕਰ ਲੈਂਦੇ ਨੇ ਉਹ ਫਿਰ ਤਾਂ ਇੱਥੇ ਵਾਲੀ ਕੀ ਕਾਹਨੂੰ ਗੱਲ ਰਹਿੰਦੀ ਆ ਫਿਰ ਉੱਥੇ ਹੀ ਗੱਲ ਕਰਨਗੇ ਜਿਹੜੇ ਕਰਨਗੇ ਭੈਣੇ ਤਾਂ ਉਰੇ ਤਾਂ ਹੁਣ ਕਾਹਨੂੰ ਕਰਮਜੀਤ ਦੇਖਲਾ ਕਰੂਗੀ ਤੇਰੇ ਸਾਹਮਣੇ ਚੱਲ ਭੈਣੇ ਫਿਰ ਹੁਣ ਤੇਰਾ ਤਾਂ ਸਮਝ ਲੈ ਜਵਾਬ ਆ ਫਿਰ ਕੋਈ ਫਾਇਦਾ ਤਾਂ ਹੈ ਨਹੀਂ ਗੱਲ ਕਰਨ ਦਾ ਹਨਾ ਉਹ ਨਹੀਂ ਨਹੀਂ ਕਰਮਜੀਤ ਆਉਣੇ ਆਲੀਆ ਤੂੰ ਕਰ ਲਈ ਕਰ ਉਹਦੇ ਨਾਲ ਕਰਮਜੀਤ ਨੇ ਵੀ ਤਾਂ ਭੈਣੇ ਤੇਰੀ ਪੈਰ ਚ ਪੈਰ ਧਰਨਾ ਉਹ ਕਿਹੜਾ ਤੇਰੇ ਤੋਂ ਬਾਹਰ ਆ ਠੀਕ ਆ ਨਾ ਚੱਲ ਕੋਈ ਨਹੀਂ ਮੈਂ ਫੇਰ ਆਉਂਗੀ ਹੁਣ ਚਲਦੀ ਆ ਮੈਂ ਠੀਕ ਹੈ ਦੇਖੀ ਬਹਿ ਜਾ ਮੈਂ ਤਾਂ ਕਹਿੰਦੀ ਮੈਂ ਚਾਹ ਬਣਾਉਣੀ ਆ ਕੋਈ ਨਾ ਕਰੀ ਤੂੰ ਨਹੀਂ ਆ ਜਾਂਦੇ ਕੋਈ ਨਹੀਂ ਕੋਈ ਨਹੀਂ ਮੈਂ ਫੇਰ ਆਉਂਗੀ ਗੁੱਸਾ ਨਾ ਕਰੀ ਭੈਣੇ ਮੇਰੀ ਗੱਲ ਦਾ ਨਾ ਨਾ ਭੈਣੇ ਗੁੱਸਾ ਕਿਹੜੀ ਗੱਲ ਦਾ ਜਿਹੜੀ ਗੱਲ ਅਸੀਂ ਤੂੰ ਮੈਨੂੰ ਸੱਚ ਦੱਸਤੀ ਬਸ ਠੀਕ ਆ ਹੁਣ ਹੋਰ ਕੀ ਗੱਲ ਰਹਿ ਗਈ ਲੈ ਮੈਨੂੰ ਤਾਂ ਪਤਾ ਹੀ ਸੀ ਇਹਨੇ ਜਵਾਬ ਦੇਣਾ ਹੈ ਆ ਇਹ ਇਹ ਜਾਦੂ ਮੇਰੇ ਮੁੰਡੇ ਨੂੰ ਇਹ ਤਾਂ ਉਹੀ ਨਹੀਂ ਚਰਦੀ ਹੈਗੀ ਮੇਰੀ ਮੱਤ ਮਾਰੀ ਸੀ ਮਾਂ ਇਹਦੇ ਕੋਲ ਆ ਗਈ ਉਹ ਬਹੂ ਨੇ ਸੂਟ ਦੇਣ ਆਉਣਾ ਸੀ ਉਹਨੂੰ ਇਹ ਪੁੱਛ ਲੈਂਦੀ ਆ ਇਹ ਤਾਂ ਉਹੀ ਨਹੀਂ ਚਰਦੀ ਹੈਗੀ ਮੇਰੇ ਨਿਆਣੇ ਨੂੰ ਦੇਖ ਕੇ ਹਾਂ 1:00 ਵਜ ਗਿਆ ਸਾਰਾ ਦਿਨ ਹੀ ਲੱਗ ਗਿਆ ਕੰਮ ਨਹੀਂ ਤਾਂ ਆ ਗਈ ਪੁੱਤ ਹਾਂ ਮੰਮੀ ਆ ਗਈ ਗ੍ਰਿੰਦਰ ਨਹੀਂ ਆਇਆ ਮੰਮੀ ਉਹ ਤਾਂ ਪਤਾ ਨਹੀਂ ਜਗਰੂਪ ਦਾ ਕੰਮ ਕਰਨ ਗਏਗੇ ਕੋਈ ਮੈਨੂੰ ਉਤਾਰ ਗਏ ਬਾਹਰੇ ਅੱਛਾ ਮੁਰਗੇ ਬਾਹਰ ਹੋਈ ਹਾਂਜੀ ਹਾਂ ਚਲ ਠੀਕ ਹੈ ਦੇਖੀ ਤੇਰੀ ਚਾਚੀ ਆ ਕੇ ਗਈ ਹੈ ਅੱਛਾ ਚਾਚੀ ਆਈ ਦੀ ਹੈ ਓਹੋ ਸੂਟਾ ਬਾਰੇ ਪੁੱਛਦੀ ਹੋਣੀ ਚਾਚੀ ਨਹੀਂ ਨਹੀਂ ਸੂਟਾ ਬਾਰੇ ਕਾ ਨੂੰ ਉਹ ਤਾਂ ਪੁੱਤ ਹੋਰੇ ਕੰਮ ਕਹਿੰਦੀ ਸੀ ਉਹ ਤਾਂ ਤੇਰੀ ਭੈਣ ਦਾ ਰਿਸ਼ਤਾ ਮੰਗਦੀ ਹੈ ਜਗਰੂਪ ਲਈ ਉਹਦੀ ਗੱਲ ਕਰਦੀ ਸੀ ਮੈਂ ਤਾਂ ਭਈ ਉਹਨੂੰ ਕਹੇਤਾ ਮਖਾ ਕਰਮਜੀਤ ਦੀ ਭੈਣ ਦਾ ਰਿਸ਼ਤਾ ਤਾਂ ਕੈਨੇਡਾ ਵਾਲੇ ਮੁੰਡੇ ਨਾਲ ਕਰਨਗੇ ਉਹ ਤਾਂ ਬਾਹਰਲਾ ਮੁੰਡਾ ਲੱਭਦੇ ਫਿਰਦੇ ਨੇ ਅੱਛਾ ਜਗਰੂਪ ਦੇ ਰਿਸ਼ਤੇ ਬਾਰੇ ਆਈ ਦੀ ਹੈ ਵੀ ਮੇਰੀ ਭੈਣ ਨਾਲ ਕਰਵਾ ਦਿੰਨੇ ਆ ਅੱਛਾ ਇਹ ਤਾਂ ਵਧੀਆ ਦੀ ਗੱਲ ਮੰਮੀ ਫਿਰ ਤੁਸੀਂ ਕਹਤੇ ਜਵਾਬ ਦੇਤਾ ਲੈ ਹੈ ਕਰਮਜੀਤ ਤੂੰ ਝੱਲੀ ਹੋ ਗਈ ਤੇਰੀ ਭੈਣ ਦਾ ਰਿਸ਼ਤਾ ਉਹ ਵੀ ਜਗਰੂਪ ਨੂੰ ਲੈ ਜਗਰੂਪ ਐਨੀ ਤਾਂ ਸ਼ਰਾਬ ਪੀਂਦਾ ਉਹ ਨਹੀਂ ਠੀਕ ਹੈਗਾ ਮੁੰਡਾ ਲੈ ਮੰਮੀ ਸ਼ਰਾਬ ਅੱਜ ਗੱਲ ਕੋਣ ਨਹੀਂ ਪੀਂਦਾ ਸਭ ਪੀ ਜਾਂਦੇ ਨੇਗੇ ਨੜੇ ਇੰਨਾ ਸਾਹੂ ਹੈਗਾ ਇੰਨਾ ਸੋਹਣਾ ਸੁਨੱਖਾ ਹੈਗਾ ਕਦੇ ਕਿਸੇ ਨਾਲ ਲੜਦਾ ਝਗੜਦਾ ਨਹੀਂ ਆਪਾਂ ਨੇ ਦੇਖਿਆ ਹੈਗਾ ਠੀਕ ਤੀਗਾ ਮੰਮੀ ਨਾ ਮੇਰੀ ਭੈਣ ਨਾਲ ਜੋੜੀ ਜੱਜਦੀ ਉਹਦੀ ਚੱਲ ਪੁੱਤ ਆ ਤਾਂ ਗੱਲ ਤੇਰੀ ਠੀਕ ਹੈ ਸੋਹਣਾ ਸੁਨੱਖਾ ਹੈ ਕਿਸੇ ਨਾਲ ਲੜਦਾ ਝਗੜਦਾ ਨਹੀਂ ਸੁਭਾਅ ਵੀ ਵਧੀਆ ਪਰ ਪੁੱਤ ਕੋਈ ਕਮਾਈ ਦਾ ਸਾਧਨ ਹੈਗਾ ਤੇ ਕੋਲ ਕੀ ਖਵਾਊਗਾ ਤੇਰੀ ਭੈਣ ਨੂੰ ਬੇਲੜਾ ਆਹੋ ਮੰਮੀ ਕਮਾਈ ਦਾ ਸਾਧਨ ਚਾਚਾ ਜੀ ਤਾਂ ਬਾਹਰ ਗਏ ਹੋਏ ਨੇਗੇ ਬਥੇਰਾ ਪੈਸਾ ਭੇਜ ਦੇਣਗੇ ਤੁਸ ਤਾਂ ਉਹੀ ਕਹੀ ਜਾਣੇ ਹੋ ਜਦ ਵਿਆਹ ਹੋ ਗਿਆ ਇਹਦਾ ਆਪੇ ਕਮਾਉਣ ਲੱਗ ਜੂਗਾ ਆਪੇ ਖਵਾਊਗਾ ਫਿਰ ਕਿਤੋਂ ਕਿਤੋਂ ਦਾ ਖਵਾਊਗਾ ਹੀ ਲਿਆ ਕੇ ਆਹ ਤਾਂ ਤੇਰੀ ਗੱਲ ਠੀਕ ਆ ਕਰਮਜੀਤ ਤੇਰਾ ਚਾਚਾ ਤਾਂ ਬਥੇਰੇ ਕਮਾਈ ਕਰਦਾ ਬਾਹਰ ਉੱਥੇ ਪੈਸੇ ਬਥੇਰੇ ਭੇਜਦਾ ਪਰ ਇਹ ਇਹ ਸਾਹਮਣੇ ਨਹੀਂ ਕੋਈ ਪੈਸਾ दारू ਥਾਈਂ ਡਾਉਂਦਾ ਸਾਰੇ ਪੈਸੇ ਨਾ ਤੇਰੀ ਚਾਚੀ ਉਹਨੂੰ ਹਟਾ ਆਵੇ ਰਿਸ਼ਤਾ ਤਾਂ ਤੂੰ ਚੇਹੇ ਕਰਾ ਦੇ ਜੇ ਤੂੰ ਮੇਰੀ ਨਹੀਂ ਮੰਨਣੀ ਪਰ ਤੇਰੀ ਭੈਣ ਮੇਰੇ ਹਿਸਾਬ ਨਾਲ ਸੁਖੀ ਨਹੀਂ ਰਹਿ ਸਕਦੀ ਇੱਥੇ ਤੇਰੀ ਚਾਚੀ ਨੇ ਉਹਦੇ ਪੈਰ ਨਹੀਂ ਲੱਗਣ ਦੇਣੇ ਕੁੜੀ ਆ ਸਾਉ ਤੇਰੀ ਭੈਣ ਮੰਮੀ ਤੁਸੀਂ ਤਾਂ ਉਹੀ ਜਵਾਬ ਦਿੱਤਾ ਚਾਚੀ ਦੇਹਲਾ ਮਨੇ ਇਨਾ ਪੁੱਤ ਪੁੱਤ ਕਰਦੀ ਐ ਐ ਮੇਰੇ ਭੈਣ ਨੂੰ ਕਰੀ ਜਾਂਦੀ ਦੱਸ ਅਸੀਂ ਦੋਏ ਭੈਣਾਂ ਮੰਮੀ ਇੱਕ ਥਾਂ ਮੇ ਇਕੱਠੀਆਂ ਹੋ ਜਾਂਦੀਆਂ ਨਹੀਂ ਕਿਉਂ ਬੋਲਦੀ ਤਾਂ ਬਥੇਰਾ ਮਿੱਠਾ ਤੇਰੀ ਚਾਚੇ ਪਰ ਪੁੱਤੋ ਮੈਥੇ ਤਾਂ ਹੁਣ ਜਵਾਬ ਦੇ ਗਿਆ ਜੇ ਤਾਂ ਹੁਣ ਮੇਰੇ ਉੱਪਰ ਦੀ ਰਿਸ਼ਤਾ ਕਰਾਉਣਾ ਤਾਂ ਕਰਾ ਦੇ ਤੇਰੀ ਮਰਜ਼ੀ ਐ ਫਿਰ ਮੈਂ ਨਹੀਂ ਕੁਛ ਕਹਿਣੀ ਤੈਨੂੰ ਮੰਮੀ ਉੱਪਰ ਦੀ ਥੋੜੀ ਕਰਵਾਉਣਾ ਐ ਜੇ ਰਿਸ਼ਤਾ ਚੱਲ ਜੇ ਹੁਣ ਜਵਾਬ ਦੇਤਾ ਤਾਂ ਠੀਕ ਐਗਾ ਹੋਰ ਰਿਸ਼ਤੇ ਬਥੇਰੇ ਚਲੋ ਠੀਕ ਐ ਚਲ ਮੈਂ ਕੱਪੜੇ ਬਦਲ ਲਾਂ ਹੁਣ ਹੋਰ ਬਦਲ ਲਾ ਪੁੱਤ ਲਿਆ ਦੱਸ ਮੁੰਡਾ ਨਾ ਮੁੰਡੇ ਦਾ ਨਾਮ ਸ਼ਰਾਬੀ ਹੈਗਾ ਉਹ ਪਤਾ ਨਹੀਂ ਇਹਦੇ ਕੀ ਮਨ ਨੂੰ ਲੱਗ ਗਿਆ ਮੈਨੂੰ ਪਤਾ ਹੈ ਉਹ ਇਹਦੇ ਨਾਲ ਮਿੱਠੇ ਮਿੱਠੇ ਗੱਲਾਂ ਕਰੀ ਜਾਂਦੀ ਐ ਕਰਮਜੀਤ ਤਾਂ ਦੀ ਚਾਚੀ ਦਾ ਗੱਲਾਂ ਚ ਆ ਗਏ ਹੁਣ ਲਿਆ ਦੱਸ ਮੰਮੀ ਨੇ ਤਾਂ ਭੂਈ ਜਵਾਬ ਦਿੱਤਾ ਮੁੰਡਾ ਇੰਨਾ ਵਧੀਆ ਤੀਗਾ ਠੀਕ ਤੀਗਾ ਜਗਰੂਪ ਪਤਾ ਨਹੀਂ ਮੰਮੀ ਦੇ ਮਨ 'ਚ ਕੀ ਆਇਆ ਮੰਮੀ ਤਾਂ ਚਾਚੀ ਦਾ ਸੁਭਾਅ ਹੀ ਜਾਂਦੀ ਐ ਇੰਨਾ ਕਦਾ ਅੱਜ ਗੱਲ ਸਭੇ ਹੁੰਦੇ ਨੇਗੇ ਚਲ ਹੁਣ ਮੰਮੀ ਨੇ ਜਿਹੜਾ ਕੁਝ ਕਰਤਾ ਠੀਕ ਹੈਗਾ ਜਿਵੇਂ ਉਤੋਂ ਦੀ ਉਹ ਕੋਈ ਰਿਸ਼ਤਾ ਕਰਾਉਂਗੀ ਤਾਂ ਆਪਦੇ ਘਰ ਚ ਵਿਗੜ ਪਊਗੀ ਚਲ ਜਿਹੜਾ ਕੁਝ ਹੋ ਗਿਆ ਹੁਣ ਤਾਂ ਠੀਕ ਹੈ ਲੈ ਚਲ ਉਹਨਾਂ ਦੇ ਆਉਂਦੇ ਨੂੰ ਸਫਾਈ ਹੋ ਜਾਊਗੀ ਨਾ ਕੀ ਗੱਲ ਭੈਣੇ ਆਪੇ ਲੱਗੀ ਹੋਈਆਂ ਅੱਜ ਕਰਮਜੀਤ ਕਿਤੇ ਗਈ ਹੋਈ ਆ ਕਿ ਲੜ-ਲੁੜ ਪਈ ਤੇਰੇ ਨਾਲ ਨਹੀਂ ਕਾਹਨੂੰ ਭੈਣੇ ਐ ਕਾਹਨ ਬੋਲਦੀਆਂ ਅਸੀਂ ਨਹੀਂ ਕਰੇ ਸੱਸ ਨੂੰ ਲੜ ਨਹੀਂ ਮੈਂ ਕਿ ਅੱਜ ਤੇਰੇ ਹੱਥ ਚ ਝਾੜੂ ਉਹ ਤਾਂ ਆਪ ਬਥੇਰਾ ਕੰਮ ਕਰ ਲੈਂਦੀ ਐ ਨਹੀਂ ਉਹ ਤਾਂ ਆਪੇ ਕਰਦੀ ਐ ਭੈਣੇ ਰੋਜ਼ ਮੈਨੂੰ ਤਾਂ ਉਹ ਕਰਨੇ ਨਹੀਂ ਦਿੰਦੇ ਓ ਗਏ ਉਹਨੇ ਬਾਜ਼ਾਰ ਦੋਈ ਜੜੇ ਮੈਂ ਖਿਆ ਚੱਲ ਕਰਤਾ ਗਈ ਸੀ ਉਹ ਮੋਟੀ ਮੋਟੀ ਸਫਾਈ ਮੈਂ ਖਿਆ ਲੈ ਮੈਂ ਆਉਂਦੇ ਆਉਂਦੀ ਨੂੰ ਮਕਾਦਾ ਪਰਾ ਕੰਮ ਹੋਰ ਤੂੰ ਸੁਣਾ ਪੈਣੇ ਬੈ ਜਾ ਬੈਠੀ ਆ ਜਾ ਬੈ ਜਾ ਕੜੀ ਕੀ ਬਣਦਾ ਬਣਨਾ ਕੀ ਆ ਮੈਂ ਤਾਂ ਨਾਲੇ ਮੈਂ ਕਿਹਾ ਚੱਲ ਸੂਟ ਦਾ ਪਤਾ ਕਰਿਆ ਵਾਂ ਬਾਹਲੇ ਦਿਨ ਹੋ ਗਏ ਦਿੱਤੇ ਨੂੰ ਨਾਲੇ ਮੈਂ ਕਿਹਾ ਮੈਂ ਤੇਰੇ ਕੋਲ ਜਾ ਆਵਾ ਕਰਮਜੀਤ ਆ ਤੇਰੇ ਸੂਟੇ ਫੜਨ ਗਈ ਐ ਕਹਿੰਦੀ ਮੰਮੀ ਮੈਂ ਫੜ ਲਿਆ ਵਾਂ ਮੈਂ ਕਾਪਾ ਹੀ ਫੜ ਲਿਆ ਜਾ ਕੇ ਤਾਂ ਵਧੀਆ ਕੀਤਾ ਕਰਮਜੀਤ ਹੋਰ ਫੜ ਲਿਆ ਹੋਗੀ ਤੇ ਚਲ ਲੈ ਆਉਗੀ ਫੇ ਠੀਕਾ ਮੈਂ ਤਾਂ ਫਿਰ ਚਾਨਨੀ ਆ ਨਹੀਂ ਫਿਰ ਨਹੀਂ ਬਹਿ ਜਾ ਇਨੇ ਸੂਟ ਲੈ ਕੇ ਚਲੀ ਗਈ ਹੁਣ ਇਹ ਸੂਟ ਦੀ ਕੀ ਗੱਲ ਆ ਪਹਿਣੇ ਮੈਂ ਤਾਂ ਤੇਰੇ ਕੋਲ ਗੱਲ ਦਸਣ ਆਈ ਸੀ ਕੋਈ ਲੈ ਫਿਰ ਬੁਝਾਰਤਾ ਕੀ ਪਾਈ ਜਾਨੀਆਂ ਕੁੜੇ ਦੱਸ ਦੇ ਕੀ ਗੱਲ ਆ ਬੁਝਾਰਤਾ ਕੀ ਦੱਸਾਂ ਹੁਣ ਆਪਣਾ ਝੱਗਾ ਚੱਕੇ ਤੇ ਆਪਣਾ ਢਿੱਡ ਨੰਗਾ ਹੁੰਦਾ ਆਪਣੀ ਨੂੰ ਤੇਰੀ ਨੂੰ ਕਰਮਜੀਤ ਕੀ ਗੱਲ ਕੁੜੇ ਕੀ ਕਹਤਾ ਕਰਮਜੀਤ ਨੇ ਹਾਜਾ ਤੂੰ ਪੁੱਛੀ ਨਾ ਪਹਿਣੇ ਆ ਬਾੜਾ ਕੁਛ ਕਰਦੀ ਆ ਉਹ ਪਿੰਡ ਚ ਬਾੜਾ ਕੁਛ ਜੀ ਨੂੰ ਉਹਨੂੰ ਮੇਰੀ ਸੱਸ ਆਏ ਮੇਰੀ ਸੱਸ ਆਏ ਮੇਰੀ ਸੱਸ ਆਏ ਬਾੜਾ ਤੁਗਲੀਆਂ ਕਰਦੀ ਆ ਤੂੰ ਰਹਿਣ ਦੇ ਉਹਨੂੰ ਮੜਾ ਮੋਟਾ ਸਮਝਾ ਨਹੀਂ ਭੈਣ ਮੈਨੂੰ ਤਾਂ ਨਹੀਂ ਯਕੀਨ ਆਉਂਦਾ ਕਰਮਜੀਤ ਲਈ ਸਾਡੀ ਇੱਕ ਮੋੜ ਜੀ ਕਦੇ ਮੈਂ ਮੈਂ ਮੇਰੀ ਗੱਲ ਸੁਣ ਮੈਨੂੰ ਹੈਗੀ ਭੈਣ ਤੂੰ ਪਹਿਲਾਂ ਠੀਕ ਆ ਆਪਾਂ ਜਰਾਣੀ ਜਠਾਣੀ ਹੋਵਾਂਗੇ ਰਿਸ਼ਤੇ ਚ ਵੱਖਰੀ ਗੱਲ ਆ ਪਰ ਤੂੰ ਮੇਰੀ ਭੈਣ ਆ ਬੜੀ ਠੀਕ ਤੇ ਤੈਨੂੰ ਮੈਂ ਤਾਂ ਹੀ ਸਮਝਾਉਣ ਆਈ ਆਂ ਵੀ ਉਹਨੂੰ ਮਾੜਾ ਮੋਟਾ ਹੱਥ ਚ ਰੱਖ ਬਾਲਾ ਕੁਛ ਬੋਲਦੀ ਆ ਤਾਂ ਕਹਿੰਦੀ ਨਹੀਂ ਮੈਂ ਤੈਨੂੰ ਕੋਈ ਗੱਲ ਕਹਾ ਕਹਣੇ ਪਰ ਕਰਮਜੀਤ ਨੇ ਕਦੇ ਮੇਰੇ ਸਾਹਮਣੇ ਹੀ ਨਹੀਂ ਇਹ ਜੀ ਗੱਲ ਕਰੀ ਮੈਨੂੰ ਤਾਂ ਯਕੀਨ ਆਉਂਦਾ ਨਹੀਂ ਹੈਗਾ ਪਰ ਭਾਈ ਕੀ ਕਹਿ ਸਕਦੀ ਤੂੰ ਇਹ ਗੱਲ ਸੁਣ ਤੇਰੀ ਗੱਲ ਵਿੱਚ ਆ ਮੈਂ ਟੋਕਤੀ ਤੂੰ ਮੇਰੀ ਗੱਲ ਸੁਣ ਇਹ ਕਹਿੰਦੀ ਵੀ ਮੇਰੇ ਪੇਕਿਆਂ ਤੋਂ ਜ਼ਮੀਨ ਆਉਣੀ ਭਲਾ ਇਹਨਾਂ ਨੂੰ ਜ਼ਮੀਨ ਆਉਣੀ ਹੈ ਪੇਕਿਆਂ ਹਾਂ ਹਾਂ ਭੈਣ ਇਹਨਾਂ ਨੂੰ ਜ਼ਮੀਨ ਆਉਣੀ ਹੈ ਹਾਂ ਤੇ ਫੇਰ ਜ਼ਮੀਨ ਆਉਂਦੀ ਆ ਤੇ ਮੈਨੂੰ ਕਿਵੇਂ ਪਤਾ ਲੱਗਿਆ ਮੈਨੂੰ ਸੁਪਨਾ ਤਾਂ ਨਹੀਂ ਆਇਆ ਬੁੜੀਆਂ ਉੱਤੇ ਗੱਲਾਂ ਕਰ ਬੁੜੀਆਂ ਤੋਂ ਮੈਨੂੰ ਪਤਾ ਲੱਗਿਆ ਨਾਲੇ ਆਪ ਵੀ ਦੱਸਿਆ ਫਿਰ ਇਹਨੇ ਮੈਂ ਇਹਨੂੰ ਪੁੱਛਿਆ ਸੀ ਮੈਂ ਕਿਹਾ ਭਾਈ ਕੀ ਗੱਲ ਆ ਤੂੰ ਬੁੜੀਆਂ ਕੋਲ ਕਰਦੀ ਫਿਰਦੀ ਆ ਫਿਰ ਇਹਨੇ ਮੈਨੂੰ ਦੱਸਿਆ ਕਹਿੰਦੀ ਚਾਚੀ ਜੀ ਆਹ ਗੱਲ ਆ ਸਾਨੂੰ ਆਉਂਦੀ ਆ ਜ਼ਮੀਨ ਦੋਹਾਂ ਭੈਣਾਂ ਨੂੰ ਮੈਂ ਕਹਿਤਾ ਵੀ ਛੋਟੀ ਨੂੰ ਦੇ ਦੇਣੀ ਆ ਵੀ ਸਾਡੇ ਲਵੇ ਬਥੇਰਾ ਕੋਸ਼ ਆ ਆਖੇ ਦੋ ਇਹ ਮਾਂ ਪੁੱਤਾਂ ਨਿਕਲੇ ਛਪਾਇਆ ਹੋਇਆ ਮੈਨੂੰ ਸੁਪਨਾ ਤਾਂ ਨਹੀਂ ਆਇਆ ਬੁੜੀਆਂ ਨਾਲ ਗੱਲਾਂ ਕਰਦੀਆਂ ਸੀ ਤਾਂ ਹੀ ਪਤਾ ਲੱਗਿਆ ਸਾਰੇ ਪਿੰਡ ਚ ਫਲਾ ਰੱਖੀ ਐ ਇਹਨੇ ਗੱਲ ਨਾ ਨਾ ਭੈਣੇ ਮੈਂ ਤਾਂ ਕਦੇ ਉਹਨੂੰ ਕਿਹਾ ਨਹੀਂ ਵੀ ਜ਼ਮੀਨ ਲੈ ਕੇ ਆ ਮੇਰਾ ਨੀ ਮਾਂ ਨੰਦਾ ਵੀ ਐ ਕਹਿੰਦੀ ਹੁਣ ਸਾਡੀ ਬੋਨੀ ਪੈਣੇ ਤੈਨੂੰ ਨਹੀਂ ਪਤਾ ਬਾਹਲਾ ਕੁਛ ਕਰਤੀ ਆ ਉਹ ਹਾਂ ਮੈਨੂੰ ਕਹਿ ਕੇ ਆਈ ਐ ਕਹਿੰਦੀ ਉਹਦੋਂ ਸਾਡਾ ਆਦਮੀ ਤੀਵੀ ਦਾ ਵੀ ਰੌਲਾ ਪੁਆਤਾ ਮੰਮੀ ਨੇ ਆਖੇ ਇਹਨੇ ਆਈ ਕਹਿੰਦੀ ਐ ਛੋਟੀ ਨੂੰ ਦੇਣਾ ਮੇਰਾ ਬਰਾਬਰ ਦਾ ਹਿੱਸਾ ਨਹੀਂ ਗਾ ਮੇਰਾ ਪੁੱਤ ਨਹੀਂ ਜਵਾਈ ਉਹਨਾਂ ਦਾ ਨਹੀਂ ਸੱਚੀ ਕਹੇ ਪੈਣੇ ਸੱਚੀ ਉਹ ਕਹਿੰਦੀ ਆ ਤੈਨੂੰ ਮੇਰੇ ਤੇ ਵੀਸ਼ਵਾਸ ਨਹੀਂ ਗਾ ਹੁਣ ਤੈਨੂੰ ਉਹ ਤਾਂ ਕੱਲ ਆਈ ਐ ਆਪਾਂ ਤਾਂ ਪਹਿਲਾਂ ਦੀਆਂ ਵਰਤਦੀਆਂ ਤੈਨੂੰ ਪਤਾ ਹੀ ਐ ਹੁਣ ਲੋੜ ਆ ਗਿਆ ਪੈਣੇ ਕਿਹਜਾ ਟਾਈਮ ਹੋ ਗੇ ਦੱਸ ਮੈਂ ਤਾਂ ਸਾਡੀ ਬਹੂ ਨੂੰ ਬਹੁਤ شریف ਸਮਝਦੀ ਸੀ ਇਹ ਉੱਪਰੋਂ ਉੱਪਰੇ شریف ਆ ਤੇਰੇ ਮੂੰਹ ਤੇ ਹੀ شریف ਆ ਅੰਦਰੋਂ ਮਿੰਨੀ ਛੁਰੀ ਆ ਇਹ ਦੱਸ ਇਹ ਤਾਂ ਫਿਰ ਬਹੁਤ ਮਾੜੀ ਗੱਲ ਐ ਸਾਰਿਆਂ ਕੁਲਕਾਇਕੀ ਆਈਏ ਗੁੱਗਾ ਗਾ ਕੇ ਆਈਏ ਇੱਕ ਤੋ ਬੱਤੇ ਵਾ ਮੂੰ ਮੈਂ ਮਰ ਜਾ ਫੇਰ ਮੈਂ ਇਹ ਜੀ ਦਾ ਕੀ ਕਰਨਾ ਜਦ ਉਹ ਮੇਰੀਓ ਭੰਡੀ ਕਰਦੀ ਫਿਰਦੀ ਆ ਭੈਣੇ ਦੇਖ ਆਪਣਾ ਭਾਈ ਹਾਂ ਮੈਨੂੰ ਠੀਕ ਲੱਗਦਾ ਮੈਂ ਤਾਂ ਤੈਨੂੰ ਦੱਸਣੀ ਸੀ ਗੱਲ ਦੱਸ ਤੀ ਤੂੰ ਮੇਰੀ ਬੜੀ ਭੈਣ ਆ ਠੀਕ ਆ ਦਰਾਣੀ ਜਠਾਣੀ ਹੋ ਮੰਗੇ ਆਪਾਂ ਹੋਰ ਗੱਲ ਆ ਪਰ ਤੂੰ ਮੇਰੀ ਭੈਣ ਆ ਮੈਨੂੰ ਦਰਦ ਆ ਤਾ ਕਰਕੇ ਮੈਂ ਤਾਂ ਤੈਨੂੰ ਦੱਸਣ ਆਈ ਆ ਤੇ ਚੱਲ ਆ ਵੀ ਨਾ ਜਾਵੇ ਮੈਂ ਫਿਰ ਚਲਦੀ ਆ ਚੱਲ ਭੈਣ ਤੈ ਤਾਂ ਭੈਣ ਵਾਲੀ ਗੱਲ ਪਗਾਤੀ ਪਰ ਉਹਨੇ ਤਾਂ ਕੁਝ ਨਹੀਂ ਸੋਚਿਆ ਬਸ ਮੈਨੂੰ ਤਾਂ ਹੀ ਤਾਂ ਮੈਨੂੰ ਦੁੱਖ ਆਇਆ ਮੈਂ ਕਿਹਾ ਮੈਂ ਆਪਣੀ ਭੈਣ ਨੂੰ ਦੱਸ ਕੇ ਆਵਾ ਉਹ ਤਾਂ ਗੁਣਗੌਂਦੀ ਨਹੀਂ ਰੱਜਦੀ ਇਹਦੀ ਮੇਰੀ ਨੂੰ ਇੰਨੀ ਚੰਗੀ ਇੰਨੀ ਚੰਗੀ ਇਹ ਕੀ ਕੁਛ ਕਰਦੀ ਆ ਮੈਂ ਤਾਂ ਇਹਨੂੰ ਚੰਗੀ ਉਹ ਸਮਝਦੀ ਸੀ ਹੁਣ ਕੀ ਕਰੇ ਬੰਦਾ ਕੀ ਕਰੇ ਨੂਹਾ ਆ ਜਾਂਦੀਆਂ ਨੇ ਭਾਈ ਅਹੀ ਜੀਆਂ ਹਾਂ ਕੀ ਕਰੀਏ ਚੱਲ ਭੈਣੇ ਮੈਂ ਤਾਂ ਚਲਦੀਆਂ ਫਿਰ ਕਿਤੇ ਆ ਵੀ ਨਾ ਜਾਵੇ ਉਹ ਫਿਰ ਬਹਿ ਜਾ ਮੈਂ ਤਾਂ ਕਹਿੰਦੀ ਹੁਣ ਮਿਲ ਕੇ ਚੱਲੀ ਜਾਂਦੀ ਨਹੀਂ ਉਹਨੂੰ ਭੇਜਦੀ ਆਪੇ ਫੜਾਇਆਊਗੀ ਫਿਰ ਮੇਤੋ ਬਾਰੀ ਬਾਰੀ ਤਾਂ ਆਇਆ ਨਹੀਂ ਜਾਂਦਾ ਪਰ ਤੈਨੂੰ ਪਤਾ ਹੀ ਹੈ ਰੂਪ ਨੂੰ ਵੀ ਦੇਖਣਾ ਹੁੰਦਾ ਏ ਬਾਰੀ ਬਾਰੀ ਨਹੀਂ ਆਇਆ ਜਾਂਦਾ ਉਹਨੂੰ ਵੀ ਕਹਿਦੀ ਮੇਰੇ ਕੋਲ ਮੇਰੇ ਕੱਪੜੇ ਫੜਾਇਆਊਗੀ ਚੱਲ ਭੈਣੇ ਹੁਣ ਫੇ ਮੈਂ ਜਾਂਦੀ ਆ ਬਾਰੀ ਬਾਰੀ ਨਹੀਂ ਆਈਦਾ ਮੇਤੋ ਮੈਂ ਤਾਂ ਕਹਿੰਦੀ ਚਾਹ ਪੀ ਕੇ ਚਲੀ ਜਾਂਦੀ ਨਹੀਂ ਨਹੀਂ ਕੋਈ ਨਹੀਂ ਤੂੰ ਉਹਨੂੰ ਭੇਜਦੀ ਬਸ ਹਾਂ ਹੁਣ ਨਹੀਂ ਬਾਰੀ ਬਾਰੀ ਆਈਦਾ ਮੇਤੋ ਹੁਣ ਪਤਾ ਲੱਗੂ ਇਹਨਾਂ ਨੂੰ ਤਮਾਸ਼ਾ ਹੁਣ ਪਟਣ ਗਈ ਇੱਕ ਦੂਜੇ ਦੀ ਗੁੱਤ ਨਾਲੇ ਮੇਰੇ ਪੁੱਤ ਨੂੰ ਕਹਿੰਦੀ ਸੀ ਰਿਸ਼ਤਾ ਨਹੀਂ ਉਹ ਮੇਰੇ ਪੁੱਤ ਨੂੰ ਦੇਖੀ ਮਿੰਤਾ ਕਰਕੇ ਰਿਸ਼ਤਾ ਦੇਣਗੇ ਮੇਰੇ ਪੁੱਤ ਨੂੰ ਆ ਮਾਰਦੀ ਆ ਗੱਲਾਂ ਮੈਂ ਵੀ ਜਗਰੂਪ ਨੂੰ ਨਾ ਕਰਮਜੀਤ ਦੀ ਭੈਣ ਨਾਲੇ ਵਿਆਹ ਲਾਲਵੇ ਜਿਹੜਾ ਜੋਰ ਲੱਗਦਾ ਫਿਰ ਇਹ ਤੋਂ ਕਿਹਾ ਜਾ ਟਾਈਮ ਆ ਗਿਆ ਦੱਸ ਬੂ ਮੈਂ ਤਾਂ ਕਦੇ ਕਰਮਜੀਤ ਨੂੰ ਬਗਾਨੀ ਨਹੀਂ ਸਮਝਿਆ ਆਪਣੀ ਧੀਆ ਵਾਂਗੋ ਸਮਝਦੀ ਐ ਇਹ ਮੈਨੂੰ ਹੋਰ ਕੀ ਸੁਣਾ ਗਈ ਕੀ ਬਣੂਗਾ ਇਹ ਦੱਸ ਪਰ ਮੇਰਾ ਮਨ ਨਹੀਂ ਮੰਨਦਾ ਕਰਮਜੀਤ ਲੱਗਦੀ ਨਹੀਂ ਹੈ ਇਹਹੀ ਜੀ ਕੀ ਕਰਾਂ ਸਾ ਕਰਨਿਆ ਭਾਈ ਟਾਈਮ ਖਰਾਬ ਨੇ ਕਰਮਜੀਤ ਹੋ ਲੈ ਚਾਚੀ ਤੇਰੇ ਸੂਟ ਰਹਿ ਗਿਆ ਥੀ ਗਾਉਦੇ ਸੂਟ ਤਾਂ ਰਹਿ ਗਿਆ ਥੀ ਠੀਕ ਆ ਤੇ ਤੂੰ ਬਾਰੋਂ ਬੜ ਫੜਾ ਕੇ ਮੁਰਗੀ ਸੂਟ ਕੁੜੇ ਅੰਦਰੇ ਨਹੀਂ ਆਈ ਹੈਗੀ ਹੈਂ ਦੱਸ ਚਾਚੀ ਕੰਮਾਂ ਦਾ ਟਾਈਮ ਹੋ ਰਿਹਾ ਤੀ ਰੋਟੀ ਬਣਾਉਣੀ ਦੀ ਮਤਲਬ ਚਲੋ ਕੰਮ ਤਾਂ ਧੀਏ ਚੱਲਦੇ ਹੀ ਰਹਿੰਦੇ ਨੇ ਕੰਮਾਂ ਦਾ ਕੀ ਹੈ ਇਹ ਕਦੇ ਮੁੱਕੇ ਨੇ ਕੰਮ ਕਿਸੇ ਦਾ ਹੋਰ ਆ ਸੂਟ ਨਾ ਫੜ ਰਹਿ ਗਿਆ ਤੀ ਮੈਂ ਚੱਲ ਮੈਂ ਆ ਵੀ ਚਲ ਕੋਈ ਨਾ ਵਧੀਆ ਕੀਤਾ ਤੂੰ ਫੜਾ ਗਈ ਸੂਟ ਤਾਂ ਵਧੀਆ ਆ ਚੱਲਦੀ ਹੈ ਚਾਚੀ ਮੈਂ ਤਾਂ ਚਲਦੀ ਆ ਹੁਣ ਤੂੰ ਬਹਿ ਜਾ 2 ਮਿੰਟ ਬਾਹਲੀ ਕਾਲੀ ਆ ਗਈ ਹਾਂ ਸੂਟ ਵਧੀਆ ਆ ਗਿਆ ਤੇਰਾ ਉਹਨੇ ਸਿਉਂ ਤਾਂ ਵਧੀਆ ਟੇਲਰ ਨੇ ਹੁਣ ਮੈਂ ਹੋਰ ਸੂਟ ਲੈ ਲੂ ਸਿਆਲਾਂ ਵਾਲੇ ਲੈ ਲੂਗੀ ਆ ਉਹ ਦੇਖ ਹਾਂ ਫੜਾਇਆ ਈ ਤੇ ਹੋਰ ਸੁਣਾ ਠੀਕ ਸਾਹਿਬ ਬਸ ਵਧੀਆ ਠੀਕ ਹੈ ਉਹ ਬਹਿ ਜਾ ਚਾਚਾ ਅੱਧੀ ਕੁੱਟ ਕਰਦੀ ਆਂ ਸ਼ਾਮ ਨੂੰ ਉਹ ਨਹੀਂ ਨਹੀਂ ਚਾਚੀ ਮੈਂ ਨਹੀਂ ਚਾਹ ਪੀਣੀ ਹੈਗੀ ਕੋਈ ਨਾ ਦੋ ਕੁੱਟਾ ਨਾ ਕੀ ਫਰਕ ਪੈਂਦਾ ਚਾਹ ਮੂੰਹ ਬਹਿ ਜਾਨੀ ਆ ਚਾਹ ਜੂ ਨਹੀਂ ਮੈਂ ਪੀਣੀ ਹੈਗੀ ਮੈਂ ਤਾਂ ਹੁਣੇ ਪੀ ਕੇ ਆਈ ਸੀ ਮੰਮੀ ਕਹਿੰਦੀ ਚਾਹ ਕਰ ਲਾ ਮੈਂ ਚਾਹ ਕਰ ਲਈ ਚਾਚਾ ਤੂੰ ਕਿੱਥੇ ਆਉਣੀ ਆ ਸਾਡੇ ਘਰੇ ਚੱਲ ਬਹਿ ਜਾ 10 ਮਿੰਟ ਕੋਈ ਨਾ ਚਲੂ ਭੈਜਨ ਨਹੀਂ ਆਗੀ ਚਾਚੀ ਪਰ ਚਾਹ ਨਾ ਕਰੀ ਹੁਣ ਚਲ ਚਾਹ ਨਹੀਂ ਕਰਦੀ ਕੁੜੇ ਕੋਈ ਗੱਲ ਬਾਤੇ ਕਰ ਲਾ ਕੀ ਗੱਲ ਸੁਣਾਈਏ ਚਾਚੀ ਬਸ ਘਰੇ ਪਕਾ ਲੀਆਂ ਖਾ ਲੀਆਂ ਹੀ ਨਹੀਂ ਉਹ ਤਾਂ ਸਾਰੇ ਇਹ ਨਹੀਂ ਆਪਣੀਆਂ ਮੁਕੜੀਆਂ ਜਨਾਨੀਆਂ ਦੇ ਕਿਤੇ ਮੁੱਕਦੀਆਂ ਹੋਰ ਕੀ ਕਰੀਏ ਸਾਰਾ ਦਿਨ ਹੀ ਲੰਘਦੀਆਂ ਤੇਰੀ ਸੱਸ ਕੀ ਕਰਦੀ ਸੀ ਸੱਚ ਕੀ ਹੋ ਗਿਆ ਚਾਚੀ ਉਹ ਕਰੇ ਸੀ ਮੇਰੇ ਲਈ ਤਾਂ ਕੋਈ ਗੱਲ ਨਹੀਂ ਹੋਈਗੀ ਚਾਚੀ ਤਾਂ ਕੁਝ ਨਹੀਂ ਬਸ ਬੋਲਦੀ ਆ ਮੈਨੂੰ ਉਦੋਂ ਸੁਣਾ ਕੇ ਗਈ ਆ ਕਈ ਕੁਝ ਮੇਰੀ ਸੱਸ ਆਹੋ ਸਾਰੇ ਪਿੰਡ ਚ ਬੋਲਦੀ ਫਿਰਦੀ ਆ ਮੈਨੂੰ ਗੱਲ ਦੱਸ ਚਾਚੀ ਕੀ ਕਹਿ ਰਹੀ ਐ ਗੱਲ ਤਾਂ ਹੁਣ ਮੈਂ ਤੈਨੂੰ ਕੀ ਦੱਸਾਂ ਧੀਏ ਫੇਰ ਤੂੰ ਕਹੇਂਗੀ ਸਾਡੇ ਘਰ 'ਚ ਕਲੇਸ਼ ਪਾਉਂਦੀ ਐ ਹੈ ਨਹੀਂ ਫੇਰ ਵੀ ਦੱਸ ਤਾਂ ਸੀ ਜੇ ਕੋਈ ਗੱਲ ਕਰੀ ਐ ਤੇ ਤੂੰ ਦੱਸ ਦੇ ਦੇਖਤੀ ਐ ਤੇਰੇ ਪੇਕਿਆਂ ਦੀ ਜ਼ਮੀਨ ਆ ਠੀਕ ਆ ਹੁਣ ਤੁਹਾਡੀ ਦੋਨੋਂ ਭੈਣਾਂ ਦੀ ਐ ਤੁਸੀਂ ਜਿਵੇਂ ਮਰਜ਼ੀ ਕਰੋ ਸਾਾਨੂੰ ਤਾਂ ਨਹੀਂ ਸੀ ਪਤਾ ਨਾ ਸਾਨੂੰ ਪਤਾ ਸੀਗਾ ਨਾ ਨਾ ਚਾਚੀ ਕਦੇ ਗੱਲੇ ਨਹੀਂ ਹੋਈ ਆਪਣੀ ਨਾਲ ਸਾਨੂੰ ਸਾਨੂੰ ਨਹੀਂ ਪਤਾ ਤੁਹਾਡੇ ਕੋਲ ਓੜਾ ਐ ਸਾਨੂੰ ਨਹੀਂ ਪਤਾ ਤੁਹਾਡੇ ਕੋਲ ਕਿਲਾ ਐ ਠੀਕ ਆ ਮੈਨੂੰ ਤਾਂ ਕਹਿੰਦੀ ਸੀ ਕਹਿੰਦੀ ਅਖਾ 2 2 ਕਿਲੇ ਆਉਂਦੇ ਨੇ ਭੈਣਾਂ ਨੂੰ ਦੋਹਾਂ ਨੂੰ ਹਾਂ ਅਖੇ ਸਾਡੀ ਤਾਂ ਚਤਰੋ ਕਹਿੰਦੀ ਆ ਛੋਟੀ ਭੈਣ ਨੂੰ ਦਊਂਗੀ ਮੈਂ ਸਾਰੀ ਜ਼ਮੀਨ ਮੈਂ ਆਪਣੇ ਹਿੱਸੇ ਦੀ ਵੀ ਉਹਨੂੰ ਦਵਾਂ ਅਖੇ ਮੇਰਾ ਪੁੱਤ ਗਾਂ ਜਮਾਈ ਨਹੀਂ ਉਹਨਾਂ ਦਾ ਮੇਰੇ ਪੁੱਤ ਦਾ ਹੱਕ ਨਹੀਂ ਹੈਗਾ ਮੇਰਾ ਪੁੱਤ ਜਾਇਆ ਕਰੂਗਾ ਉਹਦੇ ਕੋਲ ਭਰਾ ਬਣ ਕੇ ਸਾਰਾ ਕੁਝ ਕਰੂਗਾ ਐਂ ਕੁਝ ਬੋਲਦੀ ਸੀ ਮੇਰੇ ਕੋਲ ਤਾਂ ਪਰ ਚਾਚੀ ਮੈਂ ਤਾਂ ਮੇਰੇ ਮੰਮੀ ਨੂੰ ਪੁੱਛੇ ਕੀ ਸਾਰਾ ਗੱਲ ਕੀਤੀ ਹੈਗੀ ਅੱਗੇ ਮੇਰੇ ਭੂਆ ਨਾਲ ਮੈਂ ਸਾਰੀ ਗੱਲ ਕੀਤੀ ਹੈ ਮੇਰੇ ਨਹੀਂ ਤੇਰੇ ਮੂੰਹ ਤੇ ਕਰਦੀ ਆ ਉਹ ਤੇਰੇ ਮੂੰਹ ਤੇ ਹੋਰ ਹੈ ਅੱਗੇ ਪਿੱਛੇ ਤਾਂ ਉਹਨੂੰ ਐ ਹੋਇਆ ਪਿਆ ਵੀ ਹਾਂ ਹਾਂ ਢਾਈ ਕਿਲੇ ਭੈਣ ਨੂੰ ਕਿਉਂ ਦਵੇ ਸਾਡੇ ਮੇਰੇ ਪੁੱਤ ਦਾ ਹੱਕ ਆ ਤੇ ਮੇਰੇ ਇੱਥੇ ਲੈ ਕੇ ਆਵੇ ਨਹੀਂ ਜਦ ਮੈਂ ਮੰਮੀ ਨਾਲ ਗੱਲ ਕਰੀ ਸੀ ਤੀ ਫਿਰ ਮੰਮੀ ਉਸ ਟਾਈਮੇ ਮੈਨੂੰ ਕਹਿਦੀ ਵੀ ਬਈ ਨਾ ਤੂੰ ਆਪਦਾ ਹਿੱਸਾ ਲੈ ਕੇ ਆ ਮੇਰੇ ਲਈ ਤਾਂ ਮੰਮੀ ਨੇ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਦੇਖ ਪੁੱਤ ਮੈਨੂੰ ਤਾਂ ਉਹ ਦੱਸ ਕੇ ਗਈ ਆ ਤਾਂ ਮੈਨੂੰ ਪਤਾ ਲੱਗਿਆ ਵੀ ਥੋਡੀ ਜ਼ਮੀਨ ਆ ਮੈਨੂੰ ਤਾਂ ਐ ਸੀ ਵੀ ਭੂਆ ਨੇ ਪਾਲੀਆਂ ਭੂਆ ਦਾ ਹੱਕਾ ਰੱਖਣ ਦਾ ਠੀਕ ਆ ਮੈਨੂੰ ਕੀ ਪਤਾ ਨਹੀਂ ਭੂਆ ਦਾ ਕਹਿੰਦੀ ਦੇਖ ਭਾਈ ਥੋਡੀ ਜ਼ਮੀਨ ਐ ਤੁਹਾਡੇ ਮਾਪਿਆਂ ਦੀ ਜ਼ਮੀਨ ਐਗੀ ਇਹ ਵੀ ਮੈਂ ਹੀ ਨਹੀਂ ਰੱਖਦੀ ਐਗੀ ਸਾਡੀ ਭੂਆ ਦੇ ਤਾਂ ਸਾਫ਼ ਜਵਾਬ ਦੇਖ ਪੁੱਤ ਤੈਨੂੰ ਪਤਾ ਹੀ ਆ ਮੈਂ ਤਾਂ ਤੇਰੀ ਮਾਂ ਸੱਸ ਕਰਕੇ ਹੀ ਹੁਣ ਅੱਡ ਹੋਈਆਂ ਠੀਕ ਆ ਨਾ ਅੱਗੇ ਪਕਾਉਂਦੇ ਸੀ ਖਾਂਦੇ ਸੀ ਇਹ ਤਾਂ ਅਲੂ ਤਰੋ ਲਾਈ ਰੱਖਦੀ ਸੀ ਲਈ ਜਦੋਂ ਤੇਰਾ ਚਾਚਾ ਗਿਆ ਉਹ ਮੈਨੂੰ ਅੱਡ ਕਰਾ ਗਿਆ ਕਹਿੰਦਾ ਇਹਨੇ ਤੇਨੂੰ ਬਸਣ ਨਹੀਂ ਦੇਣਾ ਤੇਰੀ ਸੱਸ ਨੇ ਠੀਕ ਆ ਤਾਂ ਮੈਨੂੰ ਆਇਆ ਵੀ ਚੱਲ ਇੱਕ ਪੁੱਤ ਉਹ ਗੁਰਿੰਦਰ ਆ ਇੱਕ ਇਹ ਆ ਤੇ ਇਹ ਆਪਣੀ ਘਰੇ ਚਲੀ ਗਈ ਥੋਡੀ ਤੇਰੀ ਨਨਦ ਠੀਕ ਆ ਨਾ ਵੀ ਚੱਲ ਕੋਈ ਨਾ ਹੁਣ ਅੱਡ ਅੜ ਕਟਕੜ ਪਿੰਡ 'ਚ ਬੈਠੇ ਤਾਂ ਹੈਗੇ ਆ ਇਹ ਹੈ ਨਹੀਂ ਕਿ ਕਿਸੇ ਨਾਲ ਲਾ ਕੇ ਖਾਣ ਵਾਲੀ ਤੈਨੂੰ ਮੈਂ ਦੱਸਾਂ ਤੂੰ ਤਾਂ ਆਇਆ ਕੱਲ ਤੈਨੂੰ ਨਹੀਂ ਪਤਾ ਹੈਗਾ ਚਲੋ ਤੁਹਾਡੇ ਪੁਰਾਣੀਆਂ ਗੱਲਾਂ ਦਾ ਮੈਨੂੰ ਕੀ ਪਤਾ ਹੈ ਚਾਚੀ ਕੀ ਮੈਂ ਰਹਿੰਦੇ ਤੇ ਪਾ ਪੁਰਾਣੀਆਂ ਗੱਲਾਂ ਦਾ ਕੀ ਕਰਨਾ ਆਪਾਂ ਨੇ ਹੁਣ ਤੂੰ ਨਵਾਂ ਜਿਹੜਾ ਆ ਤੁਹਾਡਾ ਹੈਗਾ ਨਾ ਝੱਜੂ ਪਿਆ ਹੋਇਆ ਇਹਨੂੰ ਭੈਣੇ ਮੇਰੀ ਇਹ ਪੁੱਤ ਇਹਨੂੰ ਸਮੇਟ ਲੋ ਪਰ ਮੈਨੂੰ ਤਾਂ ਲੱਗਦਾ ਨਹੀਂ ਮੇਰੀ ਸੱਸ ਕੋਈ ਗੱਲ ਕਰਦੀ ਹੋਣੀ ਪਰ ਪਤਾ ਵੀ ਕੀ ਹੈਗਾ ਚਾਚੀ ਅੱਜ ਕਰਦਾ ਦੋ ਦੋ ਮੂੰਹ ਨੇਗਾ ਸੱਸਾਂ ਦੇ ਮੂੰਹ ਮੂੰਹ ਤੇ ਕੁਛ ਆ ਪਿੱਠ ਪਿੱਛੇ ਕੁਛ ਆ ਉਹ ਤਾਂ ਹੈਗਾ ਹੀ ਹੈ ਚਲ ਕੋਈ ਨਾ ਚਾਚੀ ਪੁੱਛੂਗੀ ਤਾਂ ਸੀ ਮੈਂ ਵੀ ਮੰਮੀ ਤੂੰ ਆਏਗਾ ਤੇ ਕਰਦੀ ਫਿਰਦੀ ਐ ਹੋਰ ਤੂੰ ਕੁੜੀ ਲਈ ਤੂੰ ਆਪਣੀ ਭੈਣ ਲਈ ਰਿਸ਼ਤਾ ਵਧੀਆ ਦੇਖ ਮੇਰੇ ਰਿਸ਼ਤਾ ਤਾਂ ਚੱਲ ਮੈਂ ਤਾਂ ਆਈ ਕਹਿੰਦੀ ਸੀ ਵੀ ਜੱਜ ਗਰੂਪ ਨੂੰ ਹੋ ਜਾਂਦਾ ਮੈਂ ਵੀ ਆਈ ਕਹਿੰਦੀ ਸੀ ਦੋਹੇ ਭੈਣਾਂ ਤੁਸੀਂ ਨਾਲੇ ਤਾਂ ਦੇਖ ਪਿੰਡ ਚੋਂ ਕੱਠੀਆਂੋਂ ਦੁੱਖ ਸੁੱਖ ਕੱਠੀਆਂ ਕਰ ਲਏ ਹੋਰ ਚਾਚੀ ਦੋ ਗੜੀ ਬੂ ਮੱਥੇ ਲੱਗਦੀ ਐ ਹੁਣ ਤਾਂ ਡੋਣ ਨਾਲੇ ਚੱਲ ਆਏ ਆ ਘਰ ਦੀ ਘਰ ਚ ਰਹਿ ਜੂਗੀ ਤੂੰ ਤੁਹਾਡੇ ਨਾਲ ਵੀ ਵਰਤੀ ਹੋਈਆਂ ਤੇਰਾ ਸਭਾ ਚੰਗਾ ਐ ਮੈਨੂੰ ਤਾਂ ਆਏ ਆ ਵੀ ਤੇਰੇ ਅਰਗੀ ਕੋਈ ਸਾਡੇ ਘਰੇ ਆ ਜੂਗੀ ਬਾਹਰ ਤੋਰ ਦਾਂਗੇ ਇਹਨਾਂ ਦੋਹਾਂ ਨੂੰ ਜਗਰੂਪ ਨੂੰ ਵੀ ਲੈ ਜੂਗੀ ਕੁੜੀ ਵੀ ਚਲੀ ਜਾਊਗੀ ਪਿਓ ਲੈ ਜਾਊਗਾ ਇਹਨਾਂ ਨੂੰ ਦੋਹਾਂ ਨੂੰ ਬਾਹਰ ਤੋਰ ਦਾਂਗੇ ਜਿੰਦਗੀ ਬਣ ਜੂਗੀ ਹੋਰ ਜਿੰਦਗੀ ਬਣ ਜੂਗੀ ਮਗਰ ਇੱਕ ਮੈਨੂੰ ਬੁਲਾ ਲੈਣਗੇ 2-4 ਸਾਲਾਂ ਬਾਅਦ ਪੱਕੇ ਹੋ ਕੇ ਚਾਚੇ ਆਏਕਰ ਫਿਰ ਮੈਂ ਮੇਰੀ ਭੈਣ ਨਾਲ ਗੱਲ ਕਰਕੇ ਦੇਖਦੀ ਆਂ ਮੇਰੀ ਸਪੈਣ ਤੇ ਤੋਂ ਬਾਹਰ ਭੈਣ ਤੇਰੀ ਉਹ ਮੰਨੋ ਤੂੰ ਬੜੀ ਆ ਗੱਲ ਨਹੀਂ ਕਰਨੀ ਤੂੰ ਪੱਕੀ ਗੱਲ ਕਰ ਜਗਰੂਪ ਦਿਖ ਤੇਰੇ ਸਾਹਮਣੇ ਆ ਤੂੰ ਦੇਖਿਆ ਹੀ ਆ ਸਾਰਾ ਕੁਝ ਤੇ ਤੋ ਕੋਈ ਲੁਕਿਆ ਤਾਂ ਹੈ ਨਹੀਂ ਨਾ ਨਾ ਜੀ ਮੈਂ ਤੋ ਕੋਈ ਲੁਕਿਆ ਨਹੀਂ ਜੋ ਜਿਵੇਂ ਤੁਸੀਂ ਕਹੋਗੇ ਗਹਿਣੇ ਕੱਟੇ ਜੋ ਜਿਵੇਂ ਕਹੇਗੀ ਆਪਾਂ ਉਵੇਂ ਬਣਵਾਵਾਂਗੇ ਨਹੀਂ ਉਹ ਤਾਂ ਚਲ ਠੀਕ ਹੈਗਾ ਕੋਈ ਨਾ ਫਿਰ ਮੈਂ ਗੁਰਿੰਦਰ ਨਾਲ ਗੱਲ ਕਰਕੇ ਦੇ ਹਾਂ ਗੁਰਿੰਦਰ ਨਾਲ ਗੱਲ ਨਹੀਂ ਕਰਨੀ ਉਹਨੂੰ ਮਨਾਉਣਾ ਹੈ ਉਹ ਲੱਗਦਾ ਆਪਣੀ ਮਾਂ ਮਗਰ ਹਾਂ ਕਦੇ ਕਦੇ ਉਹਦੀ ਵੀ ਗੱਲ ਮੰਨੇ ਹੀ ਲੈਂਦੇ ਹੈਗੇ ਤੂੰ ਬਸ ਉਹਨੂੰ ਮਨਾ ਕੇ ਨਾ ਇਹ ਸਿਰੇ ਚਾੜ ਤੇ ਆਪਾਂ ਤਾਂ ਆਉਂਦੇ ਸਿਆਲ ਨੂੰ ਇਹਨਾਂ ਨੂੰ ਤੋੜ ਦਈਏ ਬਾਹਰ ਨੂੰ ਹਾਂ ਹਾਂ ਤਾਂ ਸਹੀ ਹੈ ਚੱਲ ਚਾਚੀ ਹੁਣ ਮੈਨੂੰ ਜਾਣ ਦੇ ਚੱਲ ਠੀਕ ਹੈ ਬਹੁਤ ਹੋ ਗਏ ਮੇਰੀ ਸੱਸ ਤਾਂ ਇਹ ਕਹੂਗੀ ਉੱਥੇ ਬੈਗੀ ਜਾ ਕੇ ਹੋਰ ਕਹਿ ਦੂਗੀ ਮੇਰੀ ਮੇਰੀ ਨੋ ਨੂੰ ਪਤਾ ਨਹੀਂ ਕੀ ਕੁਛ ਸੁਣਾਤਾ ਚੱਲ ਠੀਕ ਆ ਧੀਏ ਜਾ ਆ ਚੱਲ ਬਾਈ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਗੱਲ ਤਾਂ ਕਰੂ ਜੀ ਤੇ ਮੈਂ ਵੀ ਕਰਨੀ ਇੱਕ ਤੇਰੇ ਨਾਲ ਭਾਈ ਮੈਂ ਤੁਹਾਡੀ ਤਾਂ ਬਾਅਦ ਚ ਸੁਣੂਗੀ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਹਾਂ ਸੁਣਾ ਤੂੰ ਸੁਣਾ ਪਹਿਲਾਂ ਮੇਰੀ ਗੱਲ ਸੁਣੋ ਮੰਮੀ ਮੈਂ ਆਪਣੀ ਭੈਣ ਦਾ ਰਿਸ਼ਤਾ ਜਿੱਥੇ ਮਰਜ਼ੀ ਕਰਾਂ ਤੁਸੀਂ ਵਿੱਚ ਨਾਓ ਏਹ ਗਲਤਮੈਂ ਤੈਨੂੰ ਕਹਨੀ ਆ ਪਈ ਕਿਤੇ ਮਰਜ਼ੀ ਕਰ ਤੇਰੀ ਭੈਣ ਉਹਨੂੰ ਚਾਹ ਖੂਚ ਗਏ ਤੇ ਖਾਤੇ ਚ ਗੇਰ ਤੇ ਕਿਸੇ ਨਾਲ ਰਿਸ਼ਤਾ ਕਰਾ ਮੈਂ ਨਹੀਂ ਕੁਛ ਕਹਿੰਦੀ ਹਾਂ ਮੰਮੀ ਮੈਂ ਜਗਰੂਪ ਨੂੰ ਰਿਸ਼ਤਾ ਕਰਾਉਂਗੀ ਤੁਸੀਂ ਪਰ ਵਿਚ ਨਾ ਆਇਓ ਜਗਰੂਪ ਨੂੰ ਕਰਾ ਦੇ ਕੁਛ ਕਰਾ ਚੇ ਪਰ ਮੈਂ ਨਹੀਂ ਸੋਰੇ ਵਿਚ ਆਉਂਦੀ ਪਰ ਆਏ ਦੇਖ ਲੈ ਕੱਲ ਨੂੰ ਜੇ 1921 ਗੱਲ ਹੋ ਗਈ ਮੈਨੂੰ ਨਾ ਕਹੀਂ ਤੂੰ ਮੰਮੀ ਮੈਂ ਕੀ ਕਹਣਾਗਾ ਤੁਹਾਨੂੰ ਰਿਸ਼ਤਾ ਹੋਊਗਾ ਤਾਂ ਹੋਊਗਾ ਅੱਛਿਆ ਤੂੰ ਰਿਸ਼ਤਾ ਜਗਰੂਪ ਨੂੰ ਕਰਾਉਣਾ ਆਪਣੀ ਭੈਣ ਦਾ ਜੀ ਸੱਦ ਕੇ ਕਰਾ ਪਰ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਕਰਮਜੀਤ ਅੱਜ ਤੱਕ ਤਾਂ ਆਪਾਂ ਰਹੇ ਅਗੇ ਮਾਮਾ ਧੀਆ ਵਾਂਗੂ ਮੈਂ ਤੈਨੂੰ ਰੱਖਦੀ ਸੀ ਲਾਡ ਪਿਆਰ ਨਾਲ ਪਰ ਅੱਜ ਤੋਂ ਬਾਅਦ ਆਪਣਾ ਰਿਸ਼ਤਾ ਸੱਸ ਨੂੰਹਾਂ ਵਾਲਾ ਯਾਦ ਰੱਖੀ ਇਹ ਮੇਰੀ ਗੱਲ ਹਾਂ ਹਾਂ ਬਣੋ ਸੱਸ ਰੰਗ ਟੰਗ ਤਾਂ ਤੁਸੀਂ ਦਿਖਾਉਣ ਲੱਗੇ ਸੱਸਾਂ ਵਾਲੇ ਮਾਂ ਦਾ ਤੁਸੀਂ ਬਣ ਵੀ ਨਹੀਂ ਸਕਦੇ ਕਰਮਜੀਤ ਮੇਰੇ ਨਾਲ ਨਾ ਉੱਚੀ ਬਾਤਾਂ ਨਾਲ ਗੱਲ ਕਰ ਤੂੰ ਕਹਿੰਨੀ ਆ ਨਾ ਵੀ ਸਾਸਾळे ਰੰਗ ਤਾਂ ਘਾਤ ਹੈ ਦਿਖਾਏ ਤਾਂ ਹੈ ਨਹੀਂ ਕਿ ਰੰਗ ਹੂੰ ਦੇਖ ਤੂੰ ਅੱਛਾ ਹੂੰ ਕੀ ਦੀ ਸਾਲੇ ਰੰਗਣੀ ਦਿਖਾਈ ਆ ਜੇ ਕਾਸਰ ਰਹਿ ਗਈ ਲੋਕਾਂ ਲਵੇ ਜਾ ਜਾ ਕੇ ਤੂੰ ਮੇਰੀ ਚੂਕਲੀਆਂ ਕਰਦੀ ਹੈਗੀ ਹਜੇ ਕਹਿੰਦੀ ਮੈਂ ਤੇਰੀ ਮਾਂ ਆਂਗੀ ਮਾਵਾਂ ਨਹੀਂ ਜਿਹੇ ਗੱਲਾਂ ਕਰਿਆ ਕਰਦੀਆਂ ਨੇ ਕੀ ਗੱਲ ਹੋਊਗੀ ਮੂੰਹ ਬਣਾਇਆ ਤਾਂ ਨਾ ਮੂੰਹ ਨਾ ਬਣਾਵਾ ਤਾਂ ਹੋਰ ਕੀ ਕਰਾਂ ਕੀ ਹੋ ਗਿਆ ਰਾਮਣ ਗੱਲ ਕਰ ਕਹਿੰਦੇ ਕੀ ਹੋ ਗਿਆ ਨਾ ਮੇਰੀ ਗੱਲ ਸੁਣੋ ਮੈਂ ਆਪਣੀ ਭੈਣ ਦਾ ਰਿਸ਼ਤਾ ਜਿੱਥੇ ਮਰਜੀ ਕਰਾਂ ਨਾ ਤੇਰੀ ਮਾਂ ਨੂੰ ਵਿੱਚ ਟੰਗ ਜੀ ਡਾਉਣ ਦੀ ਕੀ ਲੋੜ ਹੈ ਮੇਰੀ ਸੁਣ ਗੱਲ ਪਹਿਲਾਂ ਤਾਂ ਆ ਦੱਸ ਆ ਤੇਰੀ ਮਾਂ ਕਿਆ ਹੁੰਦਾ ਤੇਰੀ ਲੱਗਦੀ ਕੁਝ ਨਾ ਮੇਰੀ ਲੱਗਦੀ ਕੁਝ ਹੱਕ ਖੋ ਲਿਆ ਉਹਨੇ ਮੇਰੀ ਸੁਣ ਗੱਲ ਜਗਰੂਪ ਕੇ ਰਿਸ਼ਤੇ ਵਾਸਤੇ ਨਾ ਲੜੋ ਠੀਕ ਹੈ ਜਗਰੂਪ ਮੁੰਡਾ ਠੀਕ ਨਹੀਂ ਹੈਗਾ ਸ਼ਰਾਬੀ ਕਬਾਬੀ ਹੈ ਇਹ ਗੱਲ ਤੁਹਾਨੂੰ ਮੈਂ ਵੀ ਨਾ ਕਰਦਾ ਨਾ ਮੇਰੀ ਗੱਲ ਸੁਣੋ ਸ਼ਰਾਬੀ ਖਵਾਬੀ ਇਹ ਕੌਣ ਨਹੀਂ ਪੀਂਦਾ ਅੱਜ ਗੱਲ ਸਭ ਪੀਂਦੇ ਨੇ ਸੋਨੂੰ ਤਾਂ ਐ ਹੋਇਆ ਪਿਆਗਾ ਵੀ ਮੇਰੇ ਭੈਣ ਮੇਰੇ ਕੋਲ ਨਾ ਆ ਜੇ ਕਿਤੇ ਇੱਕ ਪਿੰਡ 'ਚ ਨਾ ਅਸੀਂ ਇਕੱਠੀਆਂ ਹੋ ਜਾਈਏ ਕਰਮਜੀਤ ਗੱਲ RAM ਨਾਲ ਵੀ ਹੋ ਸਕਦੀ ਐ ਐ ਗੁੱਸੇ ਨਾਲ ਤਾਂ ਕਲੇਸ਼ ਵਾਧਾ ਹੁੰਦਾਗਾ ਨਾ ਨਾ ਮੈਤੋਂ ਨਹੀਂ RAM ਨਾਲ ਹੁੰਦੀ ਹੈਗੀ ਗੱਲ ਬਥੇਰੀ RAM ਨਾਲ ਕਰਕੇ ਦੇਖ ਲਈ ਮੈਂ ਉਹ ਤੈਨੂੰ ਹੋ ਗਿਆ ਗਿਆ ਤੈਨੂੰ ਕਿਸੇ ਨੇ ਭੜਕਾਤਾ ਤੈਨੂੰ ਕਿਸੇ ਨੇ ਕੁਝ ਗਲਤ ਕਹੇਤਾ ਗੱਲ ਤਾਂ ਦੱਸ ਨਾ ਹਾ ਤੇਰੀ ਮਾਂ ਬਾਹਰ ਜਾ ਕੇ ਮੈਨੂੰ ਕੀ ਮਾੜਾ ਚੰਗਾ ਬੋਲਦੀ ਫਿਰਦੀ ਆਂ ਆਪਦੀ ਮਾਂ ਨੂੰ ਸਮਝਾ ਲੈ ਨਾਲੇ ਫालतू ਜੇ ਮੇਰੇ ਮੂੰਹ ਨਾਲ ਲੱਗੇ ਏ ਵੈਗਰੂ ਉਹ ਤੈਨੂੰ ਕਿਆ ਮਾੜਾ ਕਹਿਤਾ ਕੀ ਚੰਗਾ ਕਹਿਤਾ ਤੇਰੇ ਮਨ ਨੂੰ ਵਹਿਮ ਹੋ ਗਿਆ ਤੈਨੂੰ ਗਲਤ ਕਹਿਤਾ ਕਿਸੇ ਨੇ ਕੁਛ ਆਓ ਮੈਨੂੰ ਤਾਂ ਵਹਿਮ ਹੋਣੀ ਐ ਤੂੰ ਵੀ ਮਾਂ ਨਾਲ ਦਈ ਹੈਗਾ ਉਸੇ ਦੀ ਬੋਲੀ ਬੋਲਣੀ ਐ ਤੈ ਵੀ ਲੈ ਆ ਇਹਨੂੰ ਕੀ ਹੋ ਗਿਆ ਅੱਗੇ ਤਾਂ ਕਦੇ ਵੀ ਐਡਾਇਰੈਕਟ ਨਹੀਂ ਕੀਤਾ ਇਹਨੇ ਕਮਾਲ ਹੋ ਗਿਆ ਚਲ ਮੈਂ ਤਾਂ ਜਿਹੜੇ ਕੰਮ ਜਾਣਾ ਜਾਣਾ ਹੀ ਹੈਗਾ ਹਾਂ ਗੁਂਦਰ ਜਾਣ ਲੱਗਿਆ ਭਾਈ ਮੇਰੀ ਗੱਲ ਸੁਣ ਕੇ ਜਾ ਹਾਂ ਮੰਮੀ ਕੀ ਹੋ ਗਿਆ ਪੁੱਤ ਮੇਰੀ ਗੱਲ ਸੁਣ ਲੈ ਹਾਂ ਆ ਕਰਮਜੀਤ ਜਿੱਤੇ ਜਿਹੜੀਆਂ ਗੱਲਾਂ ਕਰ ਰਹੀਆਂ ਹਨ ਨਾ ਇਹ ਚੰਗੀ ਗੱਲ ਨਹੀਂ ਹੈਗੀ ਕੋਈ ਨਾ ਜੇ ਉਹਨੇ ਆਪਣੀ ਭੈਣ ਦਾ ਰਿਸ਼ਤਾ ਕਰਾਉਣਾ ਜਗਰੂਪ ਨੂੰ ਬੇਸ਼ੱਕ ਕਰਾਵੇ ਪਰ ਉਹ ਪਿੰਡ ਵਿੱਚ ਮੇਰੀ ਭੰਡੀ ਕਾ ਨੂੰ ਕਰਦੀ ਫਿਰਦੀ ਹੈ ਮੈਨੂੰ ਕਾਹਦਾ ਬਦਨਾਮ ਕਰਦੀ ਹੈ ਮੇਰਾ ਕੀ ਕਸੂਰ ਆ ਭਲਾ ਇਹਦੇ ਵਿੱਚ ਮੰਮੀ ਮੈਨੂੰ ਸਮਝ ਹੀ ਲੱਗ ਰਹੀ ਵੀ ਕਸੂਰ ਕਿਹਦਾ ਆਹੀ ਗੱਲਾਂ ਮੈਨੂੰ ਕਰਮ ਜਿੱਦ ਕਹਿੰਦੀ ਐ ਆਪਦੀ ਮਾਂ ਨੂੰ ਸਮਝਾ ਲੈ ਆਹੀ ਗੱਲ ਤੁਸੀਂ ਕਹਿ ਰਹੇ ਆ ਆਪਦੀ ਕਰਮ ਜੀ ਸਮਝਾ ਲੈ ਮੈਨੂੰ ਤਾਂ ਕੁਝ ਪਤਾ ਹੀ ਲੱਗ ਰਿਹਾ ਤੁਸੀਂ ਕਹਿ ਕੀ ਰਹੇ ਹੋਗੇ ਪੁੱਤ ਮੈਂ ਤਾਂ ਤੈਨੂੰ ਕਹਿਣਾ ਸੀ ਗੱਲ ਕਹਿਤੀ ਤੂੰ ਉਹਨੂੰ ਮਾੜਾ ਜਿਹਾ ਦੇਖ ਲੈ ਸਮਝਾ ਕੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਮੇਰਾ ਤਾਂ ਬਹੁਤ ਮਨ ਦੁਖੀ ਹੋਇਆ ਪਿਆ ਗੱਲਾਂ ਸੁਣ ਸੁਣ ਕੇ ਨਹੀਂ ਮੰਮੀ ਮੈਨੂੰ ਐ ਦੱਸੋ ਵੀ ਕਾਰਮਜੀਤ ਰਿਸ਼ਤਾ ਕਰ ਰਹੀ ਹੈ ਜਗਰੂਪ ਨਾਉਣੀ ਭੈਣ ਦਾ ਤੁਸੀਂ ਨਾ ਕਰੀਏ ਤੁਸੀਂ ਜਵਾਦਤਾ ਉਹਨਾਂ ਕੋਈ ਮੈਂ ਨਹੀਂ ਕੁਛ ਕਿਹਾ ਪੁੱਤ ਮੈਂ ਤਾਂ ਉਹਨੂੰ ਰਵਾਜਨ ਕਹਿਤਾ ਸੀ ਵੀ ਭਾਈ ਉਹ ਮੁੰਡਾ ਕੋਈ ਕੰਮ ਨਹੀਂ ਕਰਦਾ ਬੇਲਾ ਮੁੰਡਾ ਹੈ ਤੇਰੀ ਭੈਣ ਨਹੀਂ ਖੁਸ਼ ਰਹਿ ਸਕੂਗੀ ਉੱਥੇ ਬਾਕੀ ਮੈਂ ਕਹ ਤੇਰੀ ਮਰਜ਼ੀ ਹੈ ਓਹ ਮੰਮੀ ਆਹੀ ਗੱਲ ਤਾਂ ਮੈਂ ਕਹੀ ਹੈ ਵੀ ਜਗਰੂਪ ਠੀਕ ਨਹੀਂ ਹੈਗਾ दारू ਪਿੰਦਾਗਾ ਉਹ ਤੇਰੀ ਭੈਣ ਨੂੰ ਖੁਸ਼ ਰੱਖ ਨਹੀਂ ਸਕਦਾ ਹੈਗਾ ਪੁੱਤ ਉਹ ਤਾਂ ਬੋਲ ਚੱਲਣ ਦਾ ਵੀ ਤਰੀਕਾ ਬਦਲਿਆ ਪਿਆ ਉਹ ਤਾਂ ਕੁਸਤੇ ਕੁਸ ਬੋਲਦੇ ਮੈਨੂੰ ਤਾਂ ਇੱਕ ਅੱਖ ਨਹੀਂ ਪਾਉਂਦੀ ਦੇਖ ਕੇ ਸਮਝਾ ਲੈ ਤੂੰ ਉਹਨੂੰ ਚਲ ਮੰਮੀ ਮਾਹੌਲ ਹੋ ਗਈ ਆ ਮੇਰੇ ਘਰ ਚ ਕਹਿ ਜਾ ਮਾਹੌਲ ਬਣਿਆ ਪਿਆਗਾ ਜਿਹੜੀਆਂ ਸੱਸ ਨੂੰ ਹਾਂ ਇੱਕ ਦੂਜੇ ਬਿਨਾਂ ਸਾਹ ਨਹੀਂ ਛਿਲੰਦੀਆਂ ਮੰਮੀ ਮੰਮੀ ਪੁੱਤ ਪੁੱਤ ਕਹਿੰਦੀ ਥੱਕ ਜੇ ਨਹੀਂ ਸੀ ਇਹ ਦੁਸ਼ਮਣ ਬਣ ਗਏ ਇੱਕ ਦੂਜੇ ਦੀਆਂ ਇਹ ਮੇਰੇ ਘਰ ਚ ਹੋ ਕੀ ਰਿਹਾਗਾ ਇਹ ਇੱਕ ਗੱਲ ਤਾਂ ਹੈ ਜਿੱਦਣ ਦੀ ਮੇਰੇ ਘਰ ਚ ਜਗਰੂਫ ਦੀ ਗੱਲ ਹੋਣ ਲੱਗੀ ਐ ਜਾਂ ਮੇਰੇ ਘਰ ਚ ਚਾਚੀ ਲੱਗੀਆਂ ਆਣ ਆ ਸਾਰੀ ਪਸੂੜੀ ਨਾ ਉਦਣ ਦੀ ਲੱਗੀ ਐ ਭੈਣ ਮੈਨੂੰ ਪਤਾ ਸਾਰਾ ਕੁਝ ਨਾ ਚਾਚੀ ਦਾ ਕਰਿਆ ਕਰਿਆ ਹੈਗਾ ਪਰ ਜੇ ਮੈਂ ਚਾਚੀ ਨੂੰ ਪੁੱਛੂ ਚਾਚੀ ਨੇ ਕਹਿੰਦਾ ਮੰਨਣਾਗਾ ਚਾਚੇ ਨੂੰ ਫੋਨ ਕਰਕੇ ਦੇਖ ਪਰ ਨਹੀਂ ਉਹ ਬੰਦੇ ਦਾ ਕਸੂਰ ਕਿਤਾ ਭਗਤ ਬੰਦਾ ਨਾਲੇ ਬਾਹਰ ਬੈਠੇ ਬੰਦੇ ਨੂੰ ਟੈਨਸ਼ਨ ਨਹੀਂ ਦੇਣੀ ਚਾਹੀਦੀ ਜਗਰੂਪ ਸ਼ਰਾਬੀ ਹੈ ਜਗਰੂਪ ਸ਼ਰਾਬੀ ਹੈ ਹਾਂ ਮੇਰੇ ਮਸਲੇ ਦਾ ਹੱਲ ਨਾ ਜਗਰੂਪ ਕਰੂਗਾ ਕਿਉਂਕਿ ਉਹ ਸ਼ਰਾਬੀ ਹੈ ਸਾਲ ਕੋਈ ਨਹੀਂ ਇਹ ਸੱਸ ਨੂੰ ਹਾਂ ਨੂੰ ਮਾਵਾਂ ਧੀ ਆ ਨਾ ਮੈਂ ਬਣਾਉਂਗਾ ਜਗਰੂਪ ਸਰਬ ਵੀ ਹੈ ਹਾਂ ਅੱਛਾ ੱਚੀ ਹਾਂ ਬੁੱਤ ਅ ਕਰੀ ਆ ਕੇ ਜਾਏ ਥੋੜਾ ਜਿਹਾ ਕਰੇ ਮੈਂ ਆ ਜਾਨੀ ਹੁਣ ਦੱਸ ਕਿਵੇਂ ਕੋਈ ਜ਼ਰੂਰੀ ਗੱਲ ਕਰਨੀ ਹੈਗੀ ਤੂੰ ਰਹੀ ਕਰ ਲੈ ਟਾਈਮ ਲੱਗ ਜਾਣਾ ਘਰੇ ਜਾਂਦੀ ਮੈਨੂੰ ਚਾਚੀ ਸਭ ਦੇ ਸਾਹਮਣੇ ਗੱਲ ਕਰਨੀ ਐ ਇਕੱਲੇ ਨਾਲ ਨਹੀਂ ਗੱਲ ਬਣਨੀ ਹੈਗੀ ਹਾਂ ਚੱਲ ਫਿਰ ਤੂੰ ਮੂਰੇ ਮੂਰੇ ਮੈਂ ਆਉਣੀ ਆ ਮਗਰ ਝਾੜੂ ਲਾ ਕੇ ਹੁਣੇ ਆਉਣੀ ਆਂ ਜਲਦੀ ਆ ਜਿਓ ਹਾਂ ਤੂੰ ਚੱਲ ਝਾੜੂ ਤਾਂ ਮੈਂ ਫੇਰ ਲਾਵਾਂ ਪਹਿਲਾਂ ਜਾ ਕੇ ਆਵਾਂ ਇਹਨੇ ਮੈਨੂੰ ਲੱਗਦਾ ਰਿਸ਼ਤੇ ਦੀ ਗੱਲ ਕਰਨੀ ਹੋਣੀ ਆ ਮੈਂ ਫੇਰ ਲਾਉ ਝਾੜੂ ਪਹਿਲਾਂ ਜਾ ਕੇ ਆਵਾਂ ਇਹਨਾਂ ਦੇ ਘਰੇ ਨਹੀਂ ਮੇਰੇ ਕੱਪੜੇ ਕਪੜੇ ਬਦਲੇ ਲਾਵਾਂ ਵਧੀਆ ਗੱਲ ਕਰਨੀ ਆ ਕੋਈ ਖੁਸ਼ੀ ਦੀ ਗੱਲ ਕਰਨੀ ਆ ਮੈਂ ਤਾਂ ਫਟਾਫਟ ਕਪੜੇ ਬਦਲਾਂ ਪਹਿਲਾਂ ਬismillah ਹੋ ਗਿਆ ਦੁੱਧ ਦੁੱਧ ਪਾਣੀ ਦਾ ਪਾਣੀ ਮੈਂ ਹੁਣ ਦੱਸ ਦਾਂ ਸਾਰਿਆਂ ਨੂੰ ਮੰਮੀ ਏ ਮੰਮੀ ਹਾਂ ਪੁੱਤ ਕਰਮਜੀਤ ਕਿੱਥੇ ਗਈ ਕਰਮਜੀਤ ਵੀ ਇੱਥੇ ਆਪਣੇ ਕਮਰੇ 'ਚ ਹੈ ਕਰਮਜੀਤ ਕੀ ਗੱਲ ਪੁੱਤ ਹੈਗਾ ਤੂੰ ਬੋਲਦਾ ਕੀ ਹੋ ਗਿਆ ਤੈਨੂੰ ਇੱਧਰ ਆ ਬਹਿਣਾ ਤੂੰ ਹਾਂ ਦੱਸੋ ਪਹਿਲਾਂ ਤਾਂ ਮੈਨੂੰ ਐਂ ਦੱਸੋ ਤੁਹਾਡਾ ਸੱਸ ਨੂੰ ਦਾ ਰੌਲਾ ਕੀ ਐ ਜਿਹੜਾ ਤੁਸੀਂ ਇੱਕ ਦਿਗ ਦੁਸ਼ਮਣ ਬਣੇ ਪਏ ਜਾਂਗੇ ਸਾਡਾ ਕੋਈ ਰੌਲਾ ਨਹੀਂ ਪੁੱਤ ਕੋਈ ਰੌਲਾ ਨਹੀਂ ਸਾਡਾ ਲੈ ਹੈ ਫੇਰ ਤੁਸੀਂ ਮੈਨੂੰ ਬਾਰੀ-ਬਾਰੀ ਘੇਰ ਕੇ ਪੁੱਛਦੇ ਘਾਦੇ ਆ ਤੂੰ ਆਪਦੀ ਨੂੰ ਸਮਝਾ ਤੂੰ ਆਪਦੀ ਮਾਂ ਨੂੰ ਸਮਝਾ ਹੁਣ ਮੂੰਹ ਤੂੰ ਹੀ ਹੋ ਜੋ ਜੋ ਤੁਹਾਨੂੰ ਲੱਗਦਾ ਵੀ ਕਿ ਤੂੰ ਗਲਤ ਬੋਲਿਆ ਗੱਲ ਕਰੋ ਮੇਰੇ ਨਾਲ ਪੁੱਤ ਇਹ ਗੱਲ ਸੱਚੀ ਐ ਏ ਬਹੁਤ ਗੱਲਾਂ ਕਰਦੀਆਂ ਹੀ ਆ ਜੀਆਂ ਜਿਹੜੀ ਇਹਦੇ ਬਸ ਚੰਗੀ ਗੱਲ ਨਹੀਂ ਹੈਗੀ ਹਾਂ ਹਾਂ ਮੰਮੀ ਮੈਂ ਹੀ ਕਰਦੀਆਂ ਜਿਹੜੇ ਤੁਸੀਂ ਮੈਨੂੰ ਬਾਹਰ ਜਾ ਕੇ ਭੰਡੀ ਗੁੱਟ ਕੇ ਆਉਣਾ ਲੋਕਾਂ ਨੇ ਤੀਵੀਂ ਵਾਲੇ ਵੀ ਕੀ ਕਹਿੰਦੇ ਫਿਰਦੇ ਮੇਰੇ ਬਾਰੇ ਗੱਲ ਸੁਣ ਚੁੱਪ ਕਰ ਜਾ ਹੁਣ ਲੜੋ ਨਾ ਹੁਣ ਮੈਂ ਪੁੱਛ ਰਿਹਾ ਨਾ ਮੈਂ ਗੱਲ ਕਰ ਰਿਹਾ ਤਾਂ ਮੇਰੀ ਗੱਲ ਦਾ ਜਵਾਬ ਦੇਈ ਜਾਓ ਠੀਕ ਹੈ ਨਾ ਕੋਈ ਨਵੀਂ ਗੱਲ ਨਾ ਕੋਈ ਵੀ ਕਰਿਓ ਪਹਿਲਾਂ ਮੈਂ ਤੈਨੂੰ ਪੁੱਛਦਾ ਪਹਿਲਾਂ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਬਾਹਰ ਕਿੰਨੇ ਲੋਕਾਂ ਨੇ ਕਿਹਾ ਵੀ ਤੇਰੀ ਸੱਸ ਤੇਰੇ ਖਿਲਾਫ ਹੈਗੀ ਦੱਸ ਬਲ ਮੈਨੂੰ ਮੈਨੂੰ ਕਹਿੰਦੇ ਨੇ ਬਥੇਰੇ ਕਹਿੰਦੇ ਨੇ ਮੈਨੂੰ ਨ ਕਿਸੇ ਦਾ ਨਾਮ ਤਾਂ ਲੈ ਚਾਚੀ ਲੈਵੇ ਗਈ ਕਿ ਆਉਂਦੀ ਹੈ ਮੇਰੇ ਬਾਰੇ ਪੁੱਠੇ ਜਿੱਦੀਆਂ ਗੱਲਾਂ ਤੈਨੂੰ ਚਾਚੀ ਨੇ ਕਿਹਾ ਹਾਂ ਉਹ ਉਸਤੇ ਇਲਾਵਾ ਹੋਰ ਕਿੰਨੇ ਨੇ ਕਿਹਾ ਮੰਨਣੀ ਕਿਸੇ ਨੇ ਹੋਰ ਕਿਹਾ ਹੈਗਾ ਚਾਚੀ ਨੇ ਕਿਹਾ ਨਾ ਗੱਲੀ ਨਾਲ ਹੂੰ ਹੁਣ ਸੁਣੀ ਜਾਈ ਬੋਲੀ ਨਾ ਨਾਨਾ ਪੁੱਤ ਮੈਂ ਕੁਛ ਨਹੀਂ ਕਿਹਾ ਹੈਗਾ ਹੁਣ ਮਮੀ ਤੁਸੀਂ ਦੱਸੋ ਤੁਹਾਡੇ ਕੋਲ ਪਿੰਡ ਦੇ ਕਿੰਨੇ ਲੋਕਾਂ ਨੇ ਕਿਹਾ ਵੀ ਤੇਰੀ ਨੂੰਹ ਇਸ ਤਰ੍ਹਾਂ ਦੀ ਹੈਗੀ ਪੁੱਤੋ ਮੇਰੀ ਤਾਂ ਨੇ ਬਥੇਰੀ ਭੰਡੀ ਕਰਿਆ ਮੈਂ ਤਾਂ ਬਥੇਰੇ ਲੋਕਾਂ ਨੇ ਕਿਹਾ ਕਿਸੇ ਦਾ ਨਾਮ ਤਾਂ ਲਓ ਉਹਦੇ ਵਾਂਗੂ ਕਿਸੇ ਨੇ ਤਾਂ ਬੋਲਿਆ ਹੁਣ ਮੈਨੂੰ ਤੇਰੀ ਚਾਚੀ ਦੱਸ ਕੇ ਗਈਆਂ ਸਾਰੀਆਂ ਗੱਲਾਂ ਕੱਲੀ ਚਾਚੀ ਹੋਰ ਨੇ ਕਿਹਾ ਕਿਸੇ ਨੇ ਨਾ ਹੋਰ ਕਿਸੇ ਨੇ ਨਹੀਂ ਕਿਹਾ ਤੰਨੂ ਕਲੀ ਚਾਚੀ ਤੰਨੂ ਕਲੀ ਚਾਚੀ ਹਾਂ ਕੋਈ ਦਿਮਾਗ ਲਾਇਆ ਤੁਸੀਂ ਦੋਵਾਂ ਨੇ ਸੋਚੋ ਮੜਾ ਜਾ ਕੀ ਹੋ ਗਿਆ ਦੱਸੋ ਤਾਂ ਸਹੀ ਇੱਧਰ ਚਾਚੀ ਮੰਮੀ ਨੂੰ ਕਹਿ ਗਈ ਵੀ ਤੇਰੀ ਨੂੰ ਐ ਤੇ ਆਏਗੀ ਇੱਧਰ ਤੰਨੂ ਕਹਿ ਗਈ ਵੀ ਤੇਰੀ ਸੱਸ ਐ ਤੇ ਐ ਕੋਈ ਦਿਮਾਗ ਲਾਇਆ ਤੁਸੀਂ ਦੋਵਾਂ ਨੇ ਹਾਂ ਫਾਟਾ ਗੱਲ ਸਹੀ ਹੈਗੀ ਲੱਗਿਆ ਪਤਾ ਹਾਂ ਪੁੱਤ ਮੈਨੂੰ ਤਾਂ ਹੁਣ ਸਮਝ ਆਈ ਹੈ ਮਜੀਤਾ ਦੇਖ ਲੈ ਤੁਸੀਂ ਉਹੀ ਇੱਕ ਦੇ ਬੈਰੀ ਹੋਈ ਗਈਆਂ ਤੁਸੀਂ ਗਲਤਾਂ ਕਰਦੇ ਬੈਠ ਕੇ ਵੀ ਮੰਮੀ ਤੂੰ ਜਿਹਦੇ ਕੋਲ ਗੱਲ ਕਰਕੇ ਨੋਂ ਦੱਸ ਮੰਮੀ ਤੁਸੀਂ ਤੁਸੀਂ ਸਿਆਣੇ ਬਣੇ ਤੇ ਤੁਸੀਂ ਉਹ ਗੱਲ ਕਰ ਲੰਦੇ ਵੀ ਕਰਮਜੀਤ ਜਿਹਨੇ ਤੰਨੂ ਭਾਈ ਮੇਰੇ ਬਾਰੇ ਪੜਕਾਇਆ ਨੋਂ ਲੈ ਉਹਦਾ ਪੁੱਤ ਮੈਨੂੰ ਤਾਂ ਪਹਿਲਾਂ ਯਕੀਨ ਨਹੀਂ ਆਇਆ ਮੈਂ ਤਾਂ ਉਹਨੂੰ ਕਿਹਾ ਮੈਂ ਕਿਹਾ ਸਾਡੀ ਬਹੂ ਨਹੀਂ ਅਜਿਹੀ ਗੱਲ ਕਰ ਸਕਦੀ ਹੈਗੀ ਹਾਂ ਮੰਮੀ ਇਹਨਾਂ ਦੇ ਮੇਰੇ ਨਾਲ ਲੜਦੇ ਰਹੋਗੇ ਤੁਸੀਂ ਮਾਗਰ ਲੱਗ ਗਿਆ ਜੀ ਤੁਸੀਂ ਕਹਿ ਰਹੇ ਹੋਗੇ ਹੁਣ ਪਤਾ ਲੱਗਿਆ ਨਾ ਵੇ ਨਾ ਤਾਂ ਤੂੰ ਕੋਈ ਚੁਗਲੀ ਕਰੀ ਐ ਨਾ ਮੈਂ ਵੀ ਤੁਸੀਂ ਚੁਗਲੀ ਕਰੀ ਐ ਅਸਲੀ ਚੁਗਲਕਰ ਕੌਣ ਹੈ ਚਾਚੀ ਸਾਰਾ ਪੰਗਾ ਕਿੱਥੇ ਦੇ ਪਿਆ ਇਹ ਤੇਰੀ ਜ਼ਮੀਨ ਤੋਂ ਕਿਉਂਕਿ ਜਿਸ ਦਿਨ ਤੂੰ ਗੱਲ ਕੀਤੀ ਸੀ ਨਾ ਵੀ ਮੰਮੀ ਜ਼ਮੀਨ ਨਾ ਲਵਾਣੀ ਐ ਛੋਟੀ ਭੈਣ ਦੇ ਜਗਰੂਪ ਮੈਨੂੰ ਕਾ ਕੇ ਫੜਾਣਾ ਆਇਆ ਸੀ ਉਸ ਦਿਨ ਇਹਨੇ ਜਗਰੂਪ ਨੇ ਸਾਰੀ ਗੱਲ ਸੁਣੀ ਹੈਗੀ ਉਹ ਠੀਕ ਹੈ ਹਾਂ ਚਾਚੀ ਤਾਂ ਕਹਿੰਦੀ ਲੋਕਾਂ ਨੂੰ ਪਤਾ ਲੱਗ ਗਿਆ ਮੈਨੂੰ ਤੀਵੀਆਂ ਤੋਂ ਪਤਾ ਲੱਗ ਗਿਆ ਤੇਰੀ ਸੱਸਾਂ ਹੀ ਕਹਿੰਦੀ ਐ ਤੁਸੀਂ ਤਾਂ ਆਪਸ ਵਿੱਚ ਗੱਲਾਂ ਕਰੀਗੇ ਤੁਸੀਂ ਸੱਸ ਨੂੰ ਹਾਂ ਉਹ ਮੈਨੂੰ ਕਾਹਨੇ ਫੜਾਣਾ ਆਇਆ ਸੀ ਮੇਰਾ ਤਾਂ ਕਾਗਜ਼ਾਂ ਮਾਤਾ ਉਹਨੇ ਸਾਰੀ ਗੱਲ ਸੁਣੀ ਐ ਮੇਰੇ ਦਿਮਾਗ 'ਚ ਬਾਹਰ ਚ ਆਏ ਗੱਲ ਲੈ ਮੈਨੂੰ ਤਾਂ ਪੁੱਤ ਸਾਰਾ ਕੁਝ ਦੱਸ ਕੇ ਗਿਆ ਤੇਰੀ ਚਾਚੀ ਕਹਿੰਦੀ ਤੇਰੀ ਨੂੰ ਲੋਕਾਂ ਕੋਲ ਐ ਚੁਗਲੀਆਂ ਕਰਦੇ ਫਿਰਦੇ ਆ ਤੇਰੀਆਂ ਉਹ ਆਹੀ ਗੱਲ ਮੇਰੇ ਕੋਲ ਕਹਿੰਦੀ ਮੰਮੀ ਦੇਖ ਲੈ ਬਹੁ ਮੈਂ ਮਰ ਚਾ ਹੁਣ ਸੁਣੋ ਗੱਲ ਥੋੜਾ ਟਾਈਮ ਹੋ ਠਹਿਰ ਜੋ ਮੈਂ ਚਾਚੀ ਨੂੰ ਬੁਲਾਇਆ ਹੋਇਆ ਕਰੇ ਅੱਛਾ ਆ ਸਾਰਾ ਕੁਝ ਚਾਚੀ ਦੱਸੂਗੀ ਮੈਂ ਕਿਉਂ ਕਰਿਆ ਕਾਤੇ ਕਰਿਆ ਠੀਕ ਹੈ ਹਾਂ ਨਹੀਂ ਪੁੱਛਿਆ ਤੁਸੀਂ ਵੀ ਸਵਾਰ ਕੇ ਠੀਕ ਹੈ ਪੁੱਤ ਆਪ ਅਸੀਂ ਤਾਂ ਇੰਨਾ ਸੱਸ ਨੂੰ ਹਾਰ ਆਈਆਂ ਦੇ ਮਾਮਾ ਤੇ ਆ ਮੰਗੋ ਇਹ ਤਾਂ ਮੈਨੂੰ ਦੇਖ ਕੇ ਨਹੀਂ ਤਜਰਦੀ 1 ਮਿੰਟ ਵੀ ਫੇਰ ਕਦੀ ਵੀ ਕੋਈ ਪੜਕਾਉਂਦਾ ਨਾ ਤੁਹਾਨੂੰ ਗੱਲ ਕਰ ਲਓ ਆਪਸ ਵਿੱਚ ਵੀ ਭਾਈ ਤੂੰ ਮੇਰੇ ਬਾਰੇ ਐ ਬੋਲਿਆ ਤੂੰ ਮੇਰੇ ਬਾਰੇ ਐ ਬੋਲਿਆ ਚੱਲ ਹੁਣ ਛੱਡੋ ਇਹ ਗੱਲ ਨੂੰ ਹੁਣ ਗੱਲ ਸੋਲਵ ਹੋ ਗਈ ਹੁਣ ਆਪਾਂ ਬੈਠ ਕੇ ਚਾਚੀ ਦਾ ਵੇਟ ਕਰਦੇ ਆਂਗੇ ਚਾਚੀ ਆਉਂਦੀ ਹੋਣੀ ਠੀਕ ਹੈ ਕੀ ਕਹਿਣਾ ਤੇ ਵੀ ਹੁਣੇ ਆ ਗਈ ਮੈਂ ਕਹਿ ਕੇ ਆਇਆ ਸੁਨੀਆ ਦੇ ਚਾਚੀ ਜੀ ਤੇ ਕੀ ਕਰਿਓ ਉਹ ਗੱਲ ਕਰਨੀ ਹੈ ਕੋਈ ਹਾਂ ਹਾਂ ਬਲਾਓ ਬਲਾਓ ਨਾ ਬੜੇ ਬਿਲਾਓ ਬਹੁਤ ਮਰਦਾ ਹੈ ਇੰਨਾ ਮਨ ਦੁਖੀ ਹੁੰਦਾ ਸੀ ਸਾਡੀ ਬਹੂ ਉਹੀ ਜੀ ਹੋ ਗਈ ਦੱਸ ਮੈਂ ਤਾਂ ਸੋਚ-ਸੋਚ ਕੇ ਹੈਰਾਨ ਤੀ ਚੱਲ ਤੁਸੀਂ ਬੈਠੋ ਮੈਂ ਦੇਖ ਕੇ ਆਉਂਦੀ ਉਹਨੇ ਤੇ ਸੱਸ ਨੂੰਹਾਂ ਦੀ ਵਧੀਆ ਬਣਦੀ ਹੈ ਹਾਂ ਉਹਨੇ ਤਾਂ ਹੀ ਅਹੀਂ ਚੁਗਲਾਂ ਕਰੀਆਂ ਨੇ ਚੱਲ ਤੁਸੀਂ ਤੁਸੀਂ ਆ ਗੱਲਾਂ ਉਹਦੇ ਮੂਰੇ ਨਾ ਕਰਿਓ ਚਾਚੀ ਨੂੰਹਾਂ ਨਾਲ ਉਹਦੇ ਇੱਕ ਵਾਰੀ ਠੀਕ ਹੈ ਠੀਕ ਹੈ ਚੱਲ ਮੰਮੀ ਮੈਂ ਦੇਖ ਆ ਚਾਚੀ ਨੂੰ ਹੈ ਲੈ ਹਾਂ ਗ੍ਰਿੰਦਰ ਪੁੱਤ ਚਾਚੀ ਦਾ ਆਇਆ ਮੈਨੂੰ ਆਵਾਜ਼ ਮਾਰ ਕੇ ਤੂੰ ਤਾਂ ਆ ਗਿਆ ਮੈਂ ਕਿਹਾ ਪਤਾ ਨਹੀਂ ਮੇਰੇ ਪੁੱਤ ਨੇ ਕਹਾ ਤੇ ਆਵਾਜ਼ ਮਾਰੀ ਹੈ ਕੀ ਗੱਲ ਹੋ ਗਈ ਚਾਚੀ ਮੈਂ ਨਾ ਬਹੁਤ ਜ਼ਰੂਰੀ ਗੱਲ ਕਰਨੀ ਥੋੜੇ ਨਾਲ ਮੈਨੂੰ ਸਾਰਾ ਪਤਾ ਪੁੱਤ ਕੀ ਗੱਲ ਕਰਨੀ ਆ ਮੈਂ ਸਮਝ ਗਈ ਸੀ ਮੈਂ ਕਿਹਾ ਜਿਹੜਾ ਇੰਨਾ ਕਾਲੀ ਕਾਲੀ ਆਇਆ ਮੈਨੂੰ ਕੁਝ ਖੁਸ਼ਖਬਰੀ ਦੇਣ ਆਇਆ ਮੈਨੂੰ ਪਤਾ ਹੈ ਜੇ ਤੁਸੀਂ ਮੰਨ ਗਏ ਨਾ ਸਾਰਾ ਕੁਝ ਠੀਕ ਆ ਮੈਨੂੰ ਪਤਾ ਤੂੰ ਆਪਣੀ ਸਾਲੀ ਦੀ ਗੱਲ ਕਰਦੇ ਆ ਜਗਰੂਪ ਲਈ ਰਿਸ਼ਤੇ ਨੂੰ ਮੈਨੂੰ ਪਤਾ ਹੈ ਚਾਚੀ ਹਾਂ ਗੱਲ ਉਹ ਨਹੀਂ ਹੈਗੀ ਜਿਹੜੀ ਤੁਸੀਂ ਸਮਝੀ ਬੈਠੇ ਐ ਗੱਲ ਕੋਈ ਹੋਰ ਹੈਗੀ ਹੋਰ ਕਿਹੜੀ ਗੱਲ ਹੋਗੀ ਤੁਸੀਂ 2 ਮਿੰਟ ਖੜੋ ਬਸ ਤੁਹਾਨੂੰ ਸਾਰੀ ਗੱਲ ਮੈਂ ਖੁੱਲਕੇ ਦੱਸ ਦਾਂਗਾ ਦੇਖੋ ਆ ਖੜੇ ਨੇ ਚਾਚੀ ਆ ਮਮੀ ਆ ਕਰਮਜੀਤ ਚਾਚੀ ਪਹਿਲਾਂ ਮੈਨੂੰ ਤੁਸੀਂ ਐਂ ਦੱਸੋ ਤੁਸੀਂ ਮਮੀ ਨੂੰ ਕਰਮਜੀਤ ਬਾਰੇ ਕੀ ਬੋਲਿਆ ਮੈਨੂੰ ਕੀ ਲੋੜ ਆ ਕੁਝ ਬੋਲਣ ਦੀ ਮੈਂ ਕੀ ਬੋਲਿਆ ਇਹਨਾਂ ਤੋਂ ਹੀ ਪੁੱਛ ਲੈ ਮੈਂ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਚਲ ਠੀਕ ਐ ਲੈ ਬਣਾ ਤੂੰ ਕਹਿ ਕੇ ਤਾਂ ਗਈਆਂ ਸਾਰਾ ਕੁਝ ਕੀ ਕਹਿ ਕੇ ਗਈਆਂ ਭੈਣ ਮੈਂ ਤੈਨੂੰ ਤੇਰੀ ਨੂੰ ਤੇਰੀ ਭੰਡੀ ਕਰਦੀ ਫਿਰਦੀ ਆ ਲੈ ਦੱਸ ਹੁਣ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਵੀ ਇਹਦੇ ਪੁੱਤ ਨੂੰ ਰਿਸ਼ਤਾ ਹੁੰਦਾ ਏ ਆ ਤੌਮ ਤਾਂ ਲਾਉਂਦੀਆਂ ਨੇ ਚਾਚੀ ਮੇਰੇ ਲਈ ਵੀ ਕਹਿ ਕੇ ਗਈਆਂ ਤੂੰ ਤਾਂ ਪੁੱਠੇ ਸੀਧੇ ਗੱਲਾਂ ਮੇਰੀ ਸੱਸ ਬਾਰੇ ਪੁੱਤ ਆਏ ਨਹੀਂ ਕਰੀਦਾ ਦੇਖ ਮੈਂ ਤੇਰੀ ਮਾਂ ਮਾਂ ਵਰਗੀ ਆ ਹੈ ਆਪਣੇ ਮਾਂ ਬਾਪ ਨੂੰ ਆਏ ਦੂਸ਼ਣ ਨਹੀਂ ਲਾਈਦੇ ਭੈਣ ਮੈਂ ਕੁਝ ਨਹੀਂ ਕਿਹਾ ਕਿਸੇ ਬਾਰੇ ਆਏ ਨਾ ਕਰ ਤੈਨੂੰ ਪਤਾ ਨਹੀਂ ਤੇਰੀ ਮਾਂ ਦਾ ਨਾਲੇ ਤੇਰੀ ਤੀਮੀ ਦਾ ਸੁਣੋ ਚਾਚੀ ਸੁਣੋ ਕਰਮਜੀਤ ਵੀ ਤੁਹਾਡੇ ਵਾਸਤੇ ਬਗਾਨੀ ਆ ਮੰਮੀ ਵੀ ਤੁਹਾਡੇ ਵਾਸਤੇ ਬਗਾਨੀ ਐ ਇਹ ਝੂਠ ਬੋਲਦੀਆਂ ਹਨਾ ਝੂਠ ਬੋਲਦੀਆਂ ਹਨਾ ਮੈਂ ਜਦ ਕੋਈ ਗੱਲੇ ਨਹੀਂ ਕਹੀ ਕਿਸੇ ਨੂੰ ਮੈਂ ਉਹੀ ਤਾਂ ਕਹਿ ਰਹੀ ਆ ਝੂਠ ਬੋਲਦੀਆਂ ਨੇ ਪਰ ਜੇ ਆਹੀ ਗੱਲ ਤੁਹਾਡਾ ਸਫਾ ਕਹੇ ਕੋਈ ਤੁਸੀਂ ਮੰਨ ਲੂਗੇ ਕੀ ਨਾ ਕਿ ਤੁਸੀਂ ਉੱਥੇ ਜਦ ਮੈਂ ਕਿਸੇ ਕੋਲ ਕੋਈ ਗੱਲੇ ਨਹੀਂ ਕੀਤੀਆਂ ਹਾਂ ਚਾਚੀ ਤਾਂ ਮੇਰੇ ਲਈ ਵੀ ਕਿਹਾ ਨਹੀਂ ਹੈਗਾ ਬਿਤੇਰੀ ਸੱਸ ਤਾਂ ਜਮੀਨ ਦਾ ਲਾਲਚ ਕਰਦੀ ਐ ਮੇਰੀ ਸੱਸ ਕਹਿੰਦੀ ਮੈਂ ਤਾਂ ਕੋਈ ਨਹੀਂ ਗਿਆ ਹੈਗਾ ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕਿਹਾ ਇਹ ਤਾਂ ਦੋਹੇ ਮਿਲ ਕੇ ਨਾ ਗੁਰਿੰਦਰ ਮੇਰੇ ਤੇ ਤੂਮਤਾ ਲਾਉਂਦੀਆਂ ਨੇ ਦੇਖ ਲੈ ਨਹੀਂ ਮੁਕਰਗੇ ਮੈਨੂੰ ਵੀ ਕਹਿ ਕੇ ਗਈ ਐ ਕਹਿੰਦੀ ਤੇਰੀ ਨੂੰਹ ਤੇਰੀ ਭੰਡਰੀ ਕਰਦੀ ਫਿਰਦੀ ਐ ਅਸਲ ਚ ਤੈਨੂੰ ਮੈਂ ਦੱਸਦੀਆਂ ਪੁੱਤ ਮੇਰਾ ਪੁੱਤ ਮਾੜੀ ਮੋਟੀ ਜੇ ਪੀ ਲੈਂਦਾ ਐ ਇਹ ਜਰਦੀਆਂ ਨਹੀਂ ਵੀ ਉਹਨੂੰ ਰਿਸ਼ਤਾ ਹੋਵੇ ਹੈ ਆਦਮੀ ਮੇਰਾ ਬਾਹਰ ਬੈਠਾ ਐ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਵੀ ਇਹ ਵਧੀਆ ਖਾਂਦੇ ਨੇ ਵਧੀਆ ਪਹਿਨਦੇ ਨੇ ਉਹਨੂੰ ਖੁੱਲਾ ਦਿੰਦੀ ਐ ਖਰਚਾ ਇਹ ਤਾਂ ਮੇਰੇ ਤੇ ਦੂਸ਼ਣ ਲਾਉਂਦੀਆਂ ਨੇ ਹੋਰ ਕੁਛ ਨਹੀਂਗਾ ਸਾਚੀ ਤੇਰੀ ਸਾਰੀ ਗੱਲ ਜਾਇਜ਼ ਹੈ ਚੱਲ ਮੰਨ ਲੈ 1 ਮਿੰਟ ਵਾਸਤੇ ਵੀ ਤੈਨੂੰ ਦੇਖ ਕੇ ਜਰਦੀਆਂ ਨਹੀਂ ਇਹ ਝੂਠ ਵੀ ਬੋਲਦੀਆਂ ਨੇ ਪਰ ਜੰਗਰੂਪ ਉਹ ਤਾਂ ਤੁਹਾਡਾ ਮੁੰਡਾ ਏ ਤੁਹਾਡਾ ਖੂਨ ਆ ਜਗਰੂਪ ਨੇ ਕੀ ਕਹਿਤਾ ਕੀ ਕਹਿਤਾ ਤੈਨੂੰ ਜਗਰੂਪ ਨੇ ਹੈ ਜਗਰੂਪ ਨੇ ਮੰਨੂ ਅੱਜ ਸਾਰੀ ਗੱਲ ਦੱਸਦੀ ਲੈ ਉਹਦਾ ਕੀ ਆ ਦੇਖ ਦੋ ਪੈਗ ਲਾਏ ਹੋਣੇ ਆ ਕਿਸੇ ਕੰਜਰ ਕੋ ਬੈਠਾ ਹੋਣਾ ਕੁਝ ਭੌਂਕਤਾ ਹੋਣਾ ਕਿਸੇ ਨੇ ਕੁਝ ਕਹਿਤਾ ਹੋਣਾ ਮੇਰਾ ਪੁੱਤ ਹੁਣ ਉਹਦੇ ਤੇ ਉਹਦੇ ਤੇ ਵਿਸ਼ਵਾਸ ਆ ਤੈਨੂੰ ਆਪਣੀ ਮਾਂ ਵਰਗੀ ਚਾਚੀ ਤੇ ਵਿਸ਼ਵਾਸ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਸੁਣੋ ਧਿਆਨ ਨਾਲ ਚਾਚੀ ਅੱਜ ਮੈਂ ਜਗਰੂਪ ਨੂੰ ਮਿਲਿਆ ਅਸੀਂ ਬੈਠ ਕੇ ਦੋਵਾਂ ਨੇ ਦਾਰੂ ਪੀਤੀ ਦੇਖ ਬਈ ਪਾਰਟੀ ਤਾਂ ਹੋ ਗਈ ਵਧੀਆ ਹਾਂ ਪਰ ਮੈਨੂੰ ਇਹ ਸਮਝ ਨਹੀਂ ਲੱਗ ਸੀ ਹਾਂ ਕਿ ਵਿਆਹ ਮੇਰਾ ਹਾਂ ਤੇਰੀ ਸਾਲੀ ਨਾਲ ਹਾਂ ਵਾਟੇ ਤੂੰ ਵਰਦਾ ਓਹੋ ਉਹ ਜਗਰੂਪ ਸਿਆ ਤੇਰਾ ਮੇਰਾ ਬੰਡਿਆ ਕੁਛ ਯਾਰ ਜੇ ਤੇਰਾ ਵਿਆਹ ਗਾ ਮੇਰੀ ਸਾਲੀ ਨਾਲ ਹੈ ਤਾਂ ਤੂੰ ਮੇਰਾ ਸਾਡੂ ਲੱਗਿਆ ਉਹ ਤਾਂ ਚੱਲਿਆ ਮੰਨੂ ਵੀ ਤਾਂ ਚਾਹ ਉਹ ਤੇਰੇ ਵਿਆਹ ਦਾ ਮੈਂ ਤਾਂ ਪਾਰਟੀ ਕਰਤੀ ਬਾਕੀ ਵਿਆਹ ਨੂੰ ਤਾਂ ਪਾਰਟੀ ਕਰਨੀ ਹੋਏ ਜਿੰਨਾ ਮਰਜ਼ੀ ਖਰਚਾ ਕਰ ਲਈ ਮੈਂ ਰੋਕਦਾ ਅੱਛਾ ਹੁਣ ਗੱਲ ਸੁਣ ਮੇਰੀ ਫੈਗ ਤੈਨੂੰ ਬਾਅਦ ਚ ਪਾਉਂਦਾ ਮੈਂ ਮੇਰੀ ਗੱਲ ਦਾ ਜਵਾਬ ਦੇ ਤੇਰੇ ਦਿਮਾਗ ਚ ਕਿਵੇਂ ਆਈ ਵੀ ਤੂੰ ਮੇਰੀ ਸਾਲੀ ਨਾਲ ਵਿਆਹ ਕਰਾਏਗਾ ਪਰ ਥੋੜਾ ਜਿਹਾ ਪਾਣੀ ਪਾ ਹਾਂ 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 ਪਾਣੀ ਪਾ ਲੈ ਕੋਈ ਚੱਕਰ ਨਹੀਂ ਪਾਣੀ ਪਾ ਲੈ ਇਹ ਲੈ ਚੱਕ ਰਾਮਨਾਰਾਮਨਾਰਾਮਨਾਰਾਮਣ ਹੋਰ ਤੂੰ ਗੱਲ ਪੜਾ ਦੇਖ ਮੇਰੀ ਗੱਲ ਸੁਣ ਜਿੱਦਣ ਮੈਂ ਤੈਨੂੰ ਕਾਗਜ਼ ਫੜਾਉਣ ਗਿਆ ਹਾਂ ਉਦੋਂ ਮੈਂ ਭਾਬੀ ਨੂੰ ਤੇ ਤਾਈ ਨੂੰ ਦੇਖਿਆ ਗੱਲਾਂ ਕਰਦੇ ਦੋਨਾਂ ਨੂੰ ਅਖੇ ਛੋਟੀਆਂ ਨੂੰ 5 ਕਿੱਲੇ ਲਿਓ ਆ ਗਾ ਹਾਂ ਕਿ ਉਹ ਜਿਹੜੀ 5 ਕਿੱਲੇ ਦੀ ਜ਼ਮੀਨ ਉਹ ਸਾਰੀ ਮੈਂ ਛੋਟੀ ਨਾਲ ਲਵਾ ਹਾਂ ਮੈਂ ਸੋਚਿਆ ਕਿ ਜਿਹੜੇ 5 ਕਿਲੇ ਛੋਟੀ ਦੇ ਨਾਮ ਆਉਂਦੇ ਆ ਹੂੰ ਉਹਦੇ ਹੈਗੀ ਇੱਕ ਵਾਰੀ ਹੂੰ ਮੈਂ ਜਾ ਕੇ ਫਿਰ ਮੰਮੀ ਨਾਲ ਗੱਲ ਕੀਤੀ ਹੂੰ ਮੰਮੀ ਨੂੰ ਮੈਂ ਇਹ ਗੱਲ ਕਹੀ ਹੂੰ ਕਿ ਜਿਹੜੇ ਭਾਬੀ ਨੂੰ 2.5 ਕਿਲੇ ਆਉਂਦੇ ਆ ਹੂੰ ਉਹ ਕਹਿੰਦੇ ਅਸੀਂ 2.5 ਕਿਲੇ ਛੋਟੀ ਦੇ ਨਾਮ ਲਵਾ ਕੇ 5 ਕਿਲੇ ਉਹਦੇ ਨਾਲ ਲਵਾ ਫਿਰ ਮੈਂ ਮੰਮੀ ਨੂੰ ਝਟਕ ਰਹੀ ਪਿੱਛੇ ਹੂੰ ਮੇਰਾ ਮੰਮੇ ਤੂੰ ਮਿਰਰ ਸਰ ਹੈ ਜੀ ਹੂੰ ਜਦੋਂ ਮੰਮੇ ਤੁਹਾਡੇ ਘਰੇ ਗਈ ਹੂੰ ਤੇ ਤੇਰੇ ਮੰਮੇ ਨਾ ਟਰਾਈ ਹੂੰ ਉਹਨੂੰ ਵੱਡ ਖਾਣੋਂ ਪਈ ਥੋਕੇ ਜਵਾਬ ਦਿੱਤਾ ਕਿ ਸਾਡੀ ਕੁੜੀ ਨੇ ਇਸ ਤਰ੍ਹਾਂ ਸਵਾਰ ਨਿਕਲਣਾ ਅੱਛਾ ਫੇਰ ਬਈ ਮੈਂ ਮੰਮੇ ਨੂੰ ਕਿਹਾ ਮੈਂਗਾ ਮੈਂ ਉਹ ਕੁੜੀ ਨਾਲ ਸੈਗਣਾ ਹਾਂ ਹਾਂ ਮੰਮੀ ਨੇ ਫੇਰ ਗੇਮ ਖੇੜੀ ਫਿਰ ਮੰਮੀ ਦਰਵਾਜ਼ਾ ਛੋਟੀ ਕਰੀ ਹਾਂ ਹਾਂ ਉਹਨਾਂ ਪਰਤੇ ਕਿ ਸੰਮਮੀ ਨੇ ਮੰਮੀ ਨਾ ਟਰਾਈ ਨੂੰ ਤੇ ਪਰ ਵੀ ਨੂੰ ਦੋਨਾਂ ਨੂੰ ਲੜਾਤਾ ਸ਼ਾ ਦੋਵਾਂ ਨੂੰ ਲੜਾਤਾ ਹੈ ਆਪਸ ਵਿੱਚ ਦੋਨਾਂ ਨੂੰ ਲੜਾ ਕੇ ਹਾਂ ਮੇਰੇ ਰਿਸ਼ਤੇ ਦੀ ਗੱਲ ਤੋਰੀ ਫਿਰ ਭਾਬੀ ਨਾ ਸਾਡੇ ਘਰੇ ਆਈ ਭਾਬੀ ਗਈ ਮਰ ਸਕ ਰਹਾ ਹਾਂ ਜੇ ਮੰਮੀ ਨੇ ਜਵਾਬ ਦਿੱਤਾ ਨਾ ਤਮ ਮੇਰੇ ਵਰਲੇ ਹੋਪਰੀਂ ਪਰਦਾ ਇਹ ਕੀ ਵੇ ਆ ਦੇਖ ਲਾ ਆ ਹੁਣ ਮੇਰੇ ਰਿਸ਼ਤੇ ਦੀ ਗੱਲ ਚੱਲ ਗਈ ਆ ਪਾਣੀ ਕਰੇ ਸਹੀ ਗੱਲ ਸਹੀ ਗੱਲ ਉਹ ਮੇਰਾ ਪੈਗ ਰਹਿ ਗਿਆ ਲਾਲ ਪੈਗ ਲਾਲ ਆ ਇਹ ਸਾਰੀ ਗੱਲ ਸ਼ੱਕ ਤਾਂ ਮੈਨੂੰ ਪਹਿਲਾਂ ਹੀ ਆ ਸਾਰਾ ਕੁਝ ਆ ਚੀ ਦਾ ਕਰਾ ਕਰਾ ਵਾਓ ਜਗਰੂਸਿਆ ਉਹ ਹੈ ਠੀਕ ਹੈ ਪਰ ਕਰ ਤੂੰ ਸਖਿਆਲੀ ਗਿਆ ਹੋਰ ਲਾਉਣਾ ਫਿਰ ਬਸ ਬਈ ਅੱਛਾ ਕੋਈ ਹੋਰ ਗੱਲ ਰਹਿ ਗਈ ਤਾਂ ਦੇਖ ਲੈ ਉਹ ਦੇਖੀ 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 ਭਰਾ ਮੇਰਿਆ ਐਂ ਕਰ ਜਗਰੂਪ ਹੁਣ ਹੋ ਗਿਆ ਤੂੰ ਸੈਟ ਤਲੁਕ ਰਿ ਛੱਡੇ ਆਂ ਦਵਾਈ ਮੈਨੂੰ ਛੱਡਿਆ ਹਾਂ ਹਾਂ ਹੁਣ ਮੈਂ ਕਿੱਥੇ ਥੋੜੇ ਰਾਮ ਗੁਰੂ ਚਲ ਆ ਜਾ ਚਲ ਆ ਜਾ ਬਾਕੀ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਨਾ ਨਾ ਤੈਨ ਵਿਆਹ ਦੀ ਗੱਲ ਕਰੀ ਵੀ ਬਿਆਹ ਦਾ ਚਾਹ ਬਹੁਤ ਹੈ ਹੈਨਾ ਹਾਂ ਫਿਰ ਪੂਰੀ ਹਾਂ 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 ਪੂਰੀ ਬੱਲੇ ਬੱਲੇ ਕਰਾਂਗੇ ਆ ਜਾ ਚਲ ਆ ਜਾ ਤੁਹਾਨੂੰ ਛੱਡਾਂ ਤੁਹਾਨੂੰ ਕਰੇ ਆ ਜਾ ਆ ਜਾ ਦੇਖ ਇਧਰ 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 ਦੇਖ ਪਚਾ ਕੇ ਪਚਾ ਦੇ ਚਲ ਬੈਠ ਜਾ ਬੈਠਾ ਰਾਮ ਨਾ ਬੈਠਾ 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 ਚਾਚੀ ਸੁਣ ਲੈ ਨਾ ਸਾਰਾ ਕੁਝ ਮੰਨੂ ਜਗਰੂਪ ਬਣਾ ਨਾ ਕੱਲੀ ਕੱਲੀ ਗੱਲ ਦੱਸਦੀ ਤੁਹਾਡੇ ਪਹਿਲੇ ਦਿਨ ਤੇ ਲੈ ਕੇ ਹੁਣ ਤੱਕ ਕੀ ਪਲੈਨਿੰਗ ਸੀ ਚਾਚੀ ਦੇਖੋ ਜੋ ਹੋ ਗਿਆ ਮਿੱਟੀ ਪਾਓ ਨਾ ਤੂੰ ਜਗਰੂਪ ਤੇ ਸ਼ਰਾਬੀ ਤੇ ਵਿਸ਼ਵਾਸ ਕਰ ਲਿਆ ਤੈਨੂੰ ਆਪਣੀ ਮਾਂ ਵਰਗੀ ਚਾਚੀ ਤੇ ਨਹੀਂ ਵਿਸ਼ਵਾਸ ਹੁੰਦਾ ਹੈ ਚਾਚੀ ਸ਼ਰਾਬੀ ਬੰਦਾ ਕਦੀ ਝੂਠ ਨਹੀਂ ਬੋਲਦਾ ਉਹ ਜਿਹੜੇ ਹਿਸਾਬ ਨਾਲ ਦੱਸ ਰਿਹਾ ਤਾਂ ਨਾ ਉਹ ਸੱਚ ਬੋਲ ਰਿਹਾ ਚਲੋ ਠੀਕ ਹੈ ਮੈਂ ਤੁਹਾਡਾ ਨਾਲ ਬਹਿਸ ਨਹੀਂ ਕਰਨੀ ਕੋਈ ਮੈਂ ਇਹ ਵੀ ਨਹੀਂ ਬਣਾਉਣਾ ਕਿ ਸੱਚ ਬੋਲਦਾ ਸੀ ਉਹ ਕਰਮਜੀਤ ਨੂੰ ਤੇ ਮੰਮੀ ਨੂੰ ਇਹ ਹੋ ਗਿਆ ਵੀ ਉਹ ਇੱਕ ਦਿਵਸ ਤੇ ਗਲਤ ਨਹੀਂ ਹੈ ਚਾਚੀ ਜੋ ਤੁਸੀਂ ਕਰਤਾ ਬਹੁਤ ਧੰਨਵਾਦ ਇੱਕ ਗੱਲ ਕਹਾਂ ਅੱਜ ਦੇ ਬਾਅਦ ਸਾਡੇ ਘਰ ਦੇ ਕਿਸੇ ਵੀ ਮਸਲੇ ਦੇ ਵਿੱਚ ਤੁਸੀਂ ਆਉਣਾ ਨਹੀਂ ਹੈਗਾ ਅਸੀਂ ਤਿੰਨ ਕਰੀਏ 13 ਕਰੀਏ ਠੀਕ ਹੈ ਚਾਚੀ ਸ਼ਾਬਾਸ਼ ਹੈ ਪੁੱਤ ਨਾਮ ਦੇਤਾ ਮੈਨੂੰ ਤੂੰ ਹੈ ਤੈਨੂੰ ਮੈਂ ਆਪਣੇ ਰੂਪ ਤੋਂ ਪਹਿਲਾਂ ਮੰਨਦੀ ਸੀ ਵੀ ਮੇਰਾ ਜੇਠਾ ਪੁੱਤ ਆ ਹੈ ਪਹਿਲਾਂ ਤੇਰੀ ਮਾਂ ਨੇ ਨਹੀਂ ਮੇਰੇ ਪੈਰ ਲੱਗਣ ਦਿੱਤੇ ਆਦਮੀ ਮੇਰਾ ਬਾਹਰ ਆ ਮੈਨੂੰ ਐਸੀ ਚੱਲ ਸੋਖਾ ਮਾੜਾ ਮੋਟਾ ਦਰਾਣੀ ਜਠਾਣੀ ਕੋਲ ਨੇ ਹੁਣ ਇਹਨੇ ਨੂੰ ਨਾਲ ਲਾ ਲਈ ਹਾਂ ਚਾਚਾ ਤੇਰਾ ਬਾਹਰ ਆ ਠੀਕ ਆ ਜੇ ਉਰੇ ਹੁੰਦਾ ਤੂੰ ਇੰਨੀ ਗੱਲ ਕਹਿ ਕੇ ਦੇਖਦਾ ਉਹਦੇ ਸਾਹਮਣੇ ਤੈਨੂੰ ਪਤਾ ਵੀ ਲੱਗ ਜਾਂਦਾ ਤੁਸੀਂ ਵੀ ਐਸ ਨਜਾਇਜ਼ ਫਾਇਦਾ ਚੱਕਿਆ ਵੀ ਉਹ ਹੈ ਨਹੀਂਗਾ ਮੁੰਡਾ ਇਹਦਾ ਸ਼ਰਾਬੀ ਆ ਕੁਛ ਮਰਜੀ ਬੋਲੀ ਚ ਤੂੰ ਤਾਂ ਕਹਿਣਾ ਨਾ ਤੇਰੇ ਮਸਲੇ ਚ ਨਾ ਆਵਾਂ ਮੈਂ ਤੁਹਾਡੇ ਘਰੇ ਹੀ ਨਹੀਂ ਆਉਂਦੀ ਨਾ ਮੈਂ ਆਵਾਂ ਨਾ ਆਵੇ ਮੇਰਾ ਪੁੱਤ ਤੁਹਾਡੇ ਘਰੇ ਭਾਈ ਜਿਵੇਂ ਮਰਜੀ ਰਹੋ ਹਾਇ ਰੱਬਾ ਦੇਖ ਲਾ ਆਪਾਂ ਨੂੰ ਵੀ ਜਣਾ ਕੇ ਲੰਘ ਗਈ ਚਾਚੀ ਤਾਂ ਸੁਣੋ ਮੇਰੀ ਗੱਲ ਚਾਚੀ ਦਾ ਸੁਭਾਅ ਹੈਗਾ ਬੋਲ ਕੇ ਲੰਘ ਗਈ ਜਾਣ ਦੇ ਨਾ ਤਾਂ ਚਾਚੀ ਅੱਜ ਦੇ ਬਾਅਦ ਆਪਣੇ ਘਰੇ ਆਵੇ ਨਾ ਪਾ ਉਹਨਾਂ ਦੇ ਘਰੇ ਜਾਈਏ ਜਗਰੂਪ ਨੂੰ ਕੋਈ ਰੋਕ ਟੋਕ ਨਹੀਂ ਆਵੇ ਜਾਵੇ ਉਹਦੀ ਮਰਜ਼ੀ ਹੈ ਹੁਣ ਤੁਸੀਂ ਦੋਏ ਜਾਣੀ ਗੱਲ ਸੁਣ ਲਓ ਧਿਆਨ ਨਾਲ ਜਦੋਂ ਮਾਵਾਂ ਧੀਆਂ ਤੇ ਸੱਸ ਨੂੰ ਆਪਸ ਵਿੱਚ ਵਰਤਦਿਆਂ ਨਾ ਤਾਂ ਲੋਕਾਂ ਦੇ ਕਾਲਜੇ ਮਚਦੇ ਹੁੰਦੇ ਨੇ ਠੀਕ ਹੈ ਹੱਸਦੇ ਬਸ ਦੇ ਘਰ ਨੂੰ ਰੇਹ ਕਾ ਕੇ ਸੀਖ ਲਾਉਂਦਾ ਤੁਸੀਂ ਕਿਸੇ ਦੀ ਗੱਲ ਚ ਨਹੀਂ ਆਉਣਾ ਹਾਂ ਪੁੱਤ ਇਹ ਤਾਂ ਤੇਰੀ ਗੱਲ ਸਹੀ ਹੈ ਪੁੱਤ ਸਮਝ ਗਏ ਨਾ ਹਾਂ ਅਗਰ ਤੁਹਾਨੂੰ ਕੋਈ ਪੜਕਾਉਂਦਾ ਇੱਕ ਦੂਜੇ 'ਚ ਆ ਕੇ ਉੱਥੇ ਠੋਕ ਦੋ ਉਹਨੂੰ ਵੀ ਸਾਡੇ ਘਰ ਦਾ ਮਸਲਾ ਅਸੀਂ ਲੜੀਏ ਭੜੀਏ ਤੇਰਾ ਵਿੱਚ ਕੰਮ ਨਹੀਂ ਬੋਲਣ ਦਾ ਦੇਖ ਲੈ ਤੀ ਆਪਾਂ ਤਾਂ ਉਹਦੇ ਗੱਲਾਂ ਸੁਣ ਕੇ ਬੌਲੀਆਂ ਬਣ ਗਈਆਂ ਧੀਆਂ ਉਹਦੀਆਂ ਗੱਲਾਂ 'ਚ ਆ ਗਈਆਂ ਆਪਾਂ ਤਾਂ ਆਪਣੇ ਘਰ 'ਚ ਕਲੇਸ ਪਾ ਲਿਆ ਮੈਤੋਂ ਨਾ ਜੀ ਉੱਚਾ ਨਹੀਂ ਮੈਂ ਬੋਲੇਗਾ ਮੈਨੂੰ ਮਾਫ਼ ਕਰ ਦਿਓ ਬਹੁਤ ਵੱਡੀ ਗਲਤੀ ਹੋ ਗਈ ਮੈਤੋਂ ਮੈਂ ਚਾਚੀ ਦੀਆਂ ਗੱਲਾਂ 'ਚ ਆ ਗਈ ਕੋਈ ਨਾ ਪੁੱਤ ਮੈਨੂੰ ਤੇਰੇ ਤੋਂ ਇਹ ਆਸ ਨਹੀਂ ਸੀ ਤੀ ਮੈਂ ਤਾਂ ਉਹਨੂੰ ਕਿਹਾ ਵੀ ਤੀ ਪਰ ਉਹਨੇ ਹੱਟੀ ਨਹੀਂ ਲਾਗਾ ਸਕਲਾ ਮੇਲੇ ਆਉਣ ਤੋਂ ਕੋਈ ਨਾ ਪੁੱਤ ਸਾਡੀ ਵਜ੍ਹਾ ਕਰਕੇ ਤੂੰ ਵੀ ਦੁਖੀ ਹੋਇਆ ਓਹੋ ਤੁਸੀਂ ਵਧੀਆ ਮੈਂ ਕਹਿੰਨਾ ਤੁਸੀਂ ਗੱਲ ਕਰ ਲਈ ਮੇਰੇ ਕੋਲ ਨਹੀਂ ਤਾਂ ਇਹ ਲੜਾਈ ਬਹੁਤ ਵੱਜਣੀ ਸੀ ਹਾਂ ਤੂੰ ਵੀ ਗੁੱਸੇ 'ਚ ਗੱਲ ਕਰ ਲਈ ਮੰਮੀ ਤੁਸੀਂ ਵੀ ਗੱਲ ਕਰ ਲਈ ਜੇ ਤੁਸੀਂ ਦੋਏ ਮੇਰੇ ਕੋਲ ਗੱਲ ਨਾ ਨਾ ਕਰਦੀਆਂ ਇਹ ਗੱਲ ਗਾਹਾਂ ਦੇ ਗਾਹਾਂ ਵਧੀ ਜਾਣੀ ਸੀ ਠੀਕ ਹੈ ਉਦੋਂ ਮੈਨੂੰ ਤਾਂ ਬਹੁਤ ਦੁੱਖ ਹੋਇਆ ਪੈ ਤੀ ਮੈਂ ਕਿਹਾ ਸਾਡਾ ਇਹ ਹਜਾ ਪਿਆਰ ਭਰਿਆ ਘਰ ਤੀ ਇਹ ਕੀ ਹੋ ਗਿਆ ਸਾਡੇ ਘਰ 'ਚ ਮੈਂ ਤਾਂ ਮੰਮੀ ਉਸੇ ਟਾਈਮ ਸਮਝ ਗਿਆ ਤਾਂ ਵੀ ਜਾਗਰੂਕ ਪੁਸ਼ਟਾਂ ਮ ਆਪਣੇ ਘਰੇ ਸੀ ਜੇ ਤੂੰ ਜ਼ਮੀਨ ਦੀ ਗੱਲ ਕਰ ਦਿੱਤੀ ਉਹਨੇ ਘਰੇ ਜਾ ਕੇ ਗੱਲ ਕਰੀ ਆ ਸਾਰਾ ਟਾਂਟਾਂ ਤਾਂ ਪਿਆਗਾ ਚਾਚੀ ਨੂੰ ਤਾਂ ਐ ਸੀ ਵੀ ਮੈਂ ਗ੍ਰਿੰਦਰ ਦੀ ਸਾਲੀ ਦਾ ਰਿਸ਼ਤਾ ਆਪ ਦੇ ਮੁੰਡੇ ਜਗਰੂਪ ਨੂੰ ਕਰਾ ਦਵਾ ਤਾਂ ਕਿ ਉਹ ਪੰਜ ਕਿੱਲੇ ਜਗਰੂਪ ਨੂੰ ਆ ਜਾਣਗੇ ਹਾਂ ਪੁੱਤ ਲਾਸਟ ਨਹੀਂ ਤੀ ਹੋ ਆਪ ਬਦਨਾਮੀ ਕਰੀ ਗਈ ਮੇਰੀ ਕਹਿੰਦੀ ਗ੍ਰਿੰਦਰ ਤੇਰੀ ਮਾਂ ਲਾਲਚੀ ਆ ਹੁਣ ਤੂੰ ਐਂ ਦੇਖ ਲੈ ਇਹਦੇ ਚ ਪੁੱਤ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਇੱਕ ਤਾਂ ਕਦੇ ਵੀ ਆਪਣੇ ਘਰ ਦੀ ਗੱਲ ਨਾ ਕਿਤੇ ਕਰੋ ਕਿਸੇ ਕੋਲ ਨਾ ਕਰੋ ਹਾਂ ਮੰਮੀ ਦੂਜੀ ਮੈਂ ਦੱਸ ਦਿਆਂਗੀ ਵੀ ਕਿਸੇ ਦੀਆਂ ਗੱਲਾਂ ਜਾ ਕੇ ਨਾ ਆਪਦਾ ਘਰ ਨਾ ਖਰਾਬ ਕਰੋ ਹਾਂ